ਲੋ ਜੀ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ 'ਚ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਅੱਜ ਕੋਲੇ ਆਪ ਜੀ ਦੇ ਨਾਲ ਗੱਲਬਾਤਾਂ ਕਰਨ ਨੂੰ ਬਹਿ ਜਾਈਦਾ ਖਬਰਾਂ ਪੂਰੇ ਦਿਨ 'ਚ ਕਈ ਕੁਸ਼ ਘਟਦਾ ਵਾਪਰਦਾ ਤੇ ਕੋਸ਼ਿਸ਼ ਕਰੀਦੀ ਆਪ ਜੀ ਦੇ ਨਾਲ ਸਾਂਝਾ ਕਰ ਲਈਏ ਅੱਜ ਵੀ ਕਈ ਕੁਸ਼ ਹੈ ਜਿਹੜਾ ਕਈ ਐਂਗਲਸ ਤੋਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਈਆਂ ਨੂੰ ਤੰਗ ਕਰੇ ਤੇ ਗੱਲਬਾਤਾਂ ਕਰ ਲਈ ਨਾਲ ਆਪਣੇ ਪਰਮੇਰ ਬਾਠੁਰੀ ਕੀ ਹਾਲ ਨੇ ਬਾਠਸਾ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਸੰਧਾਲੀਆ ਜੀ ਸਾਸਤਰੀ ਕਾਲ ਮਹਾਰਾਜ ਇਨਾ ਸਤਿਕਾਰ ਕਿਉਂ ਮਤਲਬ ਇਲੈਕਸ਼ਨਾਂ ਚ ਦੇਣਾ ਹੈਗੇ ਥੋੜੇ ਜੇ ਅਜੀ ਤਾਂ ਮੈਂ ਚੁਣਿਆ ਵੀ ਨਹੀਂ ਗਿਆ ਨਹੀਂ ਇਹ ਸਤਿਕਾਰ ਤਾਂ ਦਿੱਤਾ ਮੈਂ ਲਪੇਟਣੇ ਅੱਜ ਵਾਲੇ ਪ੍ਰੋਗਰਾਮ ਚ ਅੱਛਾ ਲੀਡਰ ਆਹ ਨਹੀਂ ਤੁਹਾਨੂੰ ਹੀ ਲਪੇਟਣ ਸਾਡੀ ਉਹਨਾਂ ਤੱਕ ਪਹੁੰਚ ਨਹੀਂ ਕਾਰਨ ਪਤਾ ਕੀ ਹੈ ਮੈਂ ਤਾਂ ਕਹੀ ਰਿਹਾ ਇਹ ਸੋਚਦਾ ਹੁੰਨਾ ਕਿ ਜਿਹੜਾ ਇੱਕ ਵਾਰੀ ਐਮਐਲਏ ਬਣ ਜਾਂਦਾ ਉਹਦੀ ਪੈਨਸ਼ਨ ਐਮਪੀ ਦੀ ਪੈਨਸ਼ਨ ਫੰਡ ਵੱਖਰੇ ਸਰਕਾਰੀ ਘਰਕੂਠੀਆਂ ਗੱਡੀਆਂ ਕਾਰਾਂ ਆਹਾ ਇਲਾਜ ਹੈ ਨਾ ਇਲਾਜ ਵੱਖਰਾ ਯਾਤਰਾ ਤੇ ਮੈਂ ਸੋਇਦਾ ਵੀ ਜਿਹੜਾ ਬੰਦਾ ਉਹਨੇ ਥਾਂ ਤੇ ਮਤਲਬ ਬੇਇੱਜ਼ਤੀ ਕਰਾਉਂਦਾ ਘਟੋ ਘਟੋ ਦਾ ਕੋਈ ਕੁਛ ਤਾਂ ਜੇ ਕੁਛ ਤਾਂ 5-5% ਹੀ ਦੇਣ ਤਾਂ ਤੁਹਾਡਾ ਬਾਵਾ ਬਣ ਜਾਣਾ ਮੈਂ ਉਹ ਹੀ ਕਹਣਾ ਬੇਇੱਜ਼ਤੀ ਪੱਤਾ ਹੀ ਲਾ ਦਿੰਦੇ ਹਾਂ ਆ ਨਾਈਟਲ ਬਣਾ ਕੇ ਖਬਰ ਲਾ ਦੀ ਗੁਰਪ੍ਰੀਤ ਸੰਧਾ ਵਾਲੀ ਨੇ ਮੰਗਿਆ ਬੇਇੱਜ਼ਤੀ ਪੱਤਾ ਹਾਂ ਲੀਡਰਾਂ ਦੀ ਥਾਂ ਦੇ ਹਾਂ ਲੀਡਰਾਂ ਦੀ ਥਾਂ ਹਾਂ ਨਾ ਲੀਡਰਾਂ ਕੋਲੋਂ ਤੁਸੀਂ ਦੇਖੋ ਵੀ ਉਹ ਅਗਲੇ ਆਖਣ ਉਹ ਤੂੰ ਵੀਰ ਮੇਰਾ ਜੇ ਕਰਾਉਣੀ ਆ ਤੇ ਚੰਗੀ ਤਰ੍ਹਾਂ ਕਰਾ ਤੂੰ ਲੀਡਰ ਹੀ ਬਣਦਾ ਚੰਗੀ ਹੋਰ ਸੁਣੋ ਤੁਸੀਂ ਉਹ ਤੁਹਾਨੂੰ ਬੇਰੋਜ਼ਗਾਰ ਬੇਜੀ ਪਤਾ ਦੇਣਾ ਤੇ ਮੈਨੂੰ ਢਾਲਣਾ ਕਿ ਤੂੰ ਬੇਜਤੀ ਕਰਦਾ ਸਾਡੇ ਬੰਦੇ ਦੀ ਆਈ ਵੀ ਗੱਲ ਆ ਗਈ ਪਰ ਚਲੋ ਕੋਈ ਗੱਲ ਨਹੀਂ ਆਪਾਂ ਇਹ ਗੱਲਾਂ ਬਾਤਾਂ ਸਾਰੀਆਂ ਕਰ ਲਵਾਂਗੇ ਦੂਜੇ ਪਾਸੇ ਗੱਲ ਇਹ ਆ ਕਿ ਪਹਿਲਾਂ ਪੰਜਾਬ ਵਾਲੇ ਪਾਸੇ ਥੋੜੀ ਜੀ ਗੱਲ ਕਰ ਲਈਏ ਨਹੀਂ ਕਰਨੀ ਬਣਦੀ ਆ ਸੰਧਾਲੀਆ ਸਾਹਿਬ ਜੇ ਪੰਜਾਬ ਵਾਲੇ ਪਾਸੇ ਉਹਨਾਂ ਕੀਤੀ ਕਿਉਂਕਿ ਮੌਸਮ ਖਰਾਬ ਰਿਹਾ ਪਿਛਲੇ ਦਿਨਾਂ ਦੇ ਵਿੱਚ ਨੁਕਸਾਨ ਬਾਬਾ ਹੋ ਗਿਆ ਤੇ ਹੁਣ ਅਸੀਂ ਸੁੱਖ ਮੰਗਦੇ ਮਹਾਰਾਜ ਦੇ ਅੱਗੇ ਕਿ ਮੌਸਮ ਪਾਈ ਹੁਣ ਠੀਕ ਰਹਿ ਦੋ ਕਾਰਨਾਂ ਤੇ ਕਰਕੇ ਸਾਨੂੰ ਮੌਸਮ ਚੰਗਾ ਚਾਹੀਦਾ ਇੱਕ ਤਾਂ ਸਾਡੀ ਫਸਲવાડી ਬਚ ਜੂ ਦੂਜੀ ਲੱਖਾਂ ਬੁਰੀ ਕਣਕ ਜੇ ਖੁੱਲੇ ਅਸਮਾਨ ਦੇ ਹੀਠਾ ਚਾਹੇ ਉਹ ਸਰਕਾਰੀ ਆ ਤੇ ਚਾਹੇ ਉਹ ਕਿਸਾਨ ਦੀ ਚਾਹੇ ਅੜਤੀ ਦੀ ਹੈਗਾ ਤਾਂ ਨਾ ਜਿਆ ਨਾ ਖਾਣਾ ਤੇ ਕਿਸੇ ਆਮ ਬੰਦੇ ਨੇ ਆ ਥੋੜੇ ਬੰਦੇ ਵਾਲੇ ਤਾਂ ਥੈਲੀਆਂ ਵਿਦੇਸ਼ੋਂ ਮੰਗਵਾ ਲੈਣੀਆਂ ਅਸੀਂ ਤਾਂ ਉਹੀ ਲੱਗੀ ਕਣਕ ਖਾਣੀ ਮਹਾਰਾਜ ਮੁੜ ਕੇ ਨਹੀਂ ਨਹੀਂ ਲੱਗੀ ਕਣਕ ਨਹੀਂ ਦੇਾਂਗੇ ਤੁਹਾਨੂੰ ਬਾਝ ਲੱਗ ਜਿਹਦੀ ਕਨੈਕਟੀਵ ਹੈ ਆਪਣੇ ਨੂੰ ਸਾਫ ਆਪਣੇ ਉਹ ਧੋ ਕੇ ਦੇਾਂਗੇ ਗਿੱਲੀ ਕਰਕੇ ਉੱਪਰ ਪਾਣੀ ਪਾ ਕੇ ਪਾਈਪਾਂਾਂ ਤਾਂ ਧੋ ਧੋਤੀ ਹੋਈ ਕੰਮ ਮਿਲੇਗੀ ਅੱਛਾ ਗੱਲ ਇਹ ਆ ਕਿ ਮੈਂ ਪੰਜਾਬ ਦੀ ਗੱਲ ਇਹ ਸੋਚਦਾ ਸੀ ਕਿ ਜੇ ਆਪਾਂ ਉਪਰੀ ਨਜ਼ਰੀੇ ਵੇਖੀਏ ਨਾ ਜੇ ਮੈਨੂੰ ਨਹੀਂ ਲੱਗਦਾ ਵੀ ਉਹ じゃ ਕੋਈ ਸਰਵੇ ਆਇਆ ਹੋਵੇ ਜਦੋਂ ਆਪਾਂ ਬਿਮਾਰੀਆਂ ਦੀ ਗੱਲ ਕਰਦੇ ਆ ਨਾ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਵੀ ਕਿੰਨੇ ਆਪਣੇ ਲੋਕ ਜਿਹੜੇ ਉਹ ਬਿਮਾਰੀਆਂ ਤੋਂ ਗ੍ਰਸਤ ਨੇ ਚਾਹੇ ਛੋਟੀ ਉਮਰ ਦੇ ਲਾ ਲਓ ਦਰਮਿਆਨੀ ਉਮਰ ਦੇ ਲਾ ਲਓ ਬਜ਼ੁਰਗ ਲਾ ਲਓ ਵੀ ਰੋਟੀ ਤਿੰਨ ਟਾਈਮ ਖਾਈਏ ਨਾ ਖਾਈਏ ਚਾਰ ਟਾਈਮ ਦਵਾਈ ਲਗਭਗ ਪਰਿਵਾਰ ਚ ਕੋਈ ਨਾ ਕੋਈ ਖਾਂਦਾ ਹੁਣ ਮੈਂ ਕਹੀ ਜਰਾ ਸੋਚਦਾ ਵੀ ਇਸ ਚੀਜ਼ ਵਾਲੇ ਪਾਸੇ ਆਪਣਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਤੁਸੀਂ ਦੇਖੋ ਨਾ ਵੀ ਇੱਕ ਮੁਸ਼ਕਲ ਆਉਂਦੀ ਹੈ ਉਸ ਮੁਸ਼ਕਲ ਵਾਲੇ ਪਾਸੇ ਬੰਦਾ ਉਹਦਾ ਹੱਲ ਕਰਨ ਵਾਲੇ ਪਾਸੇ ਤੁਰਦਾ ਹੈ ਨਾ ਜੇ ਆਪਾਂ ਦੁਨੀਆ ਭਰ ਦੇ ਹਿਸਾਬ ਨਾਲ ਦੇਖੀਏ ਤੇ ਹਮੇਸ਼ਾ ਇਹੋ ਵੇਖਿਆ ਜਾਂਦਾ ਵੀ ਫਲਾਨੇ ਸਮਾਜ ਚ ਫਲਾਨੀ ਕਮਿਊਨਿਟੀ ਫਲਾਨੀ ਸਟੇਟ ਫਲਾਨੇ ਦੇਸ਼ ਚ ਆਹ ਪ੍ਰੋਬਲਮ ਆਈ ਉਥੋਂ ਦੇ ਲੋਕਾਂ ਨੇ ਉਹਦਾ ਹੱਲ ਕਰ ਲਿਆ ਜਦੋਂ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆਂ ਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਜੇ ਪੰਜਾਬ ਦੇ ਵਿੱਚ ਉਹ ਬਿਮਾਰੀਆਂ ਨੇ ਜੀ ਉਹ ਆ ਬੜੀ ਮੁਸ਼ਕਲ ਆ ਜੀ। ਉਹੀ ਬੰਦੇ ਆਪਾਂ ਜੀ ਇੱਧਰ ਲੈ ਆਉਨੇ ਆ ਤੇ ਕੰਮ ਫੇਰ ਉਹੀ ਐ। ਕੈਨੇਡਾ ਜੀ ਇਹ ਨਹੀਂ ਵੀ ਦਵਾਈਆਂ ਵਾਲੇ ਲਫਾਫੇ ਘਾਟੇ ਉੱਥੇ ਵੀ ਕੰਮ ਉਹੋ ਕੋ ਚੱਲੀ ਜਾਂਦਾ। ਇਹ ਕਾਰਨ ਕੀ ਆ ਵੀ ਇੱਕ ਉਹ ਚੀਜ਼ ਜਿਹੜੀ ਚੀਜ਼ ਦੇ ਨਾਲ ਆਪਣਾ ਜੀਵਨ ਘਟ ਸਕਦਾ, ਛੋਟਾ ਰਹਿ ਸਕਦਾ ਜਾਂ ਕਹ ਲਓ ਕਿ ਵੀ ਜਿਹੜੀ ਇੱਕ ਕੁਆਲਿਟੀ ਆਫ ਲਾਈਫ ਉਹ ਖਰਾਬ ਹੋ ਸਕਦੀ ਐ। ਉਹਨੂੰ ਸੁਧਾਰਨ ਵਾਲੇ ਆਪਣੇ ਪਾਸੇ ਧਿਆਨ ਕੋਈ ਨਹੀਂ ਹੈਗਾ। ਹੋਰ ਆਪਾਂ ਹਰੇਕ ਚੀਜ਼ 'ਤੇ ਅੱਗੇ ਆਂ। ਸੰਦਾਲੀਆ ਸਭ ਮੈਨੂੰ ਤੁਸੀਂ ਇਧਰ ਉਧਰ ਕੰਮ ਭੇਜਦੇ ਰਹਿੰਨੇ ਹੋ ਨਾ ਯਾਤਰਾ ਤੇ ਇਹ ਤੁਹਾਡੀ ਦਵਾਈਆਂ ਵਾਲੀ ਗੱਲ ਠੀਕ ਹੈ ਜੇ ਤਾਂ ਇਧਰ ਨੂੰ ਆਉਣਾ ਹੋਵੇ ਤਾਂ ਬਹੁਤ ਸਾਰੇ ਲੋਟ ਆ ਲਈ ਹੋਇਆ ਥੋੜੀ ਜਿਹੀ ਦਵਾਈ ਲਿਉਣੀ ਆ ਆਵੀ ਆ ਯਾਨੀ ਸਭ ਤੋਂ ਵੱਧ ਜਿਹੜੀ ਤੁਸੀਂ ਸਿਫਾਰਿਸ਼ ਕਰਦੇ ਹੋ ਨੇ ਨਾ ਕਿ ਸਾਡੇ ਬੰਦੇ ਨੇ ਉਹਨਾਂ ਦੀ ਦਵਾਈ ਲਿਆਣੀ ਹੈ ਤੁਹਾਡੀ ਗੱਲ ਫਿਰ ਮੈਨੂੰ ਮੰਨਣੀ ਪੈਂਦੀ ਹੈ ਯਾਨੀ ਸਭ ਤੋਂ ਵੱਧ ਗੱਲ ਇਹ ਹੁੰਦੀ ਹੈ ਕਿ ਦਵਾਈ ਇਧਰੋਂ ਵੀ ਇਹ ਜਾਣਾ ਤੇ ਕਈ ਵਾਰੀ ਉਧਰ ਦੇਖਿਆ ਡੱਬੀ ਪੈਂਦੀ ਇਹ ਡੱਬੀ ਫੇਰ ਕੈਨੇਡਿਆਂ ਆਈ ਆ ਇਹਨਾਂ ਸਿਰ ਬੜੀ ਛੇਤੀ ਹਟਦਾ ਹੀ ਹਾਲਾਂਕਿ ਇੱਧਰ ਉਹ ਤਾਕਤ ਘਟ ਵਾਲੀਆਂ ਹੀ ਹੁੰਦੀਆਂ ਦਵਾਈਆਂ ਤੇ ਉਧਰਲੇ ਜਦੋਂ ਆਪਾਂ ਕਿਤੇ ਜਾਣਾ ਹੈ ਮੰਨ ਲਓ ਸਾਰਾ ਟੱਬਰ ਕਿਤੇ ਭਾਰਤ ਦੇ ਵਿੱਚ ਹੀ ਕਿਤੇ 2 ਦਿਨ ਦੇ ਲਈ ਚੱਲਾ ਵਿਆਹ ਸ਼ਾਦੀ ਤੇ ਚੱਲਾ ਜਦ ਬੀਬੀ ਇੱਕ ਰਾਤ ਲਈ ਕਿਤੇ ਚਲੀ ਹੈ ਇਹ ਨਹੀਂ ਕਿਸ ਨੇ ਪੁੱਛਣਾ ਕਿ ਸੂਟ ਰੱਖ ਲਿਆ ਈ ਹੋਰ ਤੌਲੀਆ ਰੱਖ ਲਿਆ ਹੋਰ ਚਪਲਾ ਰੱਖ ਲਈਆਂ ਜਿਹੜਾ ਬਰ ਦਵਾਈ ਰੱਖ ਲਈ ਬੀਬੀ ਫੇ ਸਾਬਤ ਉਹ ਪਹਿਲੀ ਗੱਲ ਇਹ ਹੀ ਹੁੰਦੀ ਆ ਉਹਨੇ ਫੇ ਰੱਖ ਲਈ ਹੁੰਦੀ ਬੀਬੀ ਨੇ ਉਹ ਰੱਖ ਲਈ ਆ ਪਰ ਇੱਕ ਵਾਰ ਫੇ ਮੈਂ ਚੈੱਕ ਕਰ ਲੈਣੀ ਆ ਬੀਬੀ ਨੇ ਫਿਰ ਚਾਹਿਆ ਵੀ ਇਹ ਨਾ ਕਿਤੇ ਰਹਿ ਜਵੇ ਉਹੀ ਮੈਂ ਕੀ ਆ ਨਾ ਸੋਚਦਾ ਨਹੀਂ ਦੇਖੋ ਵੀ ਆਪਣੇ ਬੰਦੇ ਉਹ ਜੀ ਬਾਹਰ ਜਾਣ ਦੀ ਗੱਲ ਚੱਲੀ ਚਲੋ ਜਾਣਾ ਚਾਹੀਦਾ ਫੇਰ ਉਹ ਕਹਿੰਦਾ ਜੀ ਕੋਠੀ ਆਰ ਵੱਟੀ ਚਾਹੀਦੀ ਚਾਹੇ ਪੰਜਾਬ ਚ ਹੋਵੇ ਚਾਹੇ ਪੰਜਾਬੋਂ ਬਾਹਰ ਜਾ ਪਕਦੇ ਰੇਣਾ ਨਾ ਘਰ ਪਾਜੀ ਵੱਡਾ ਚਾਹੀਦਾ ਚਲੋ ਠੀਕ ਗੱਡੀ ਪਾਜੀ ਨਿੱਕੀ ਨਾਲ ਨਹੀਂ ਗੱਲ ਬਣਦੀ ਫਲਾਣਾ ਗੱਡ ਚਾਹੀਦਾ ਉਹ ਤੇ ਇੰਨੇ ਦੀ ਚੰਦ ਕ ਬੰਦਿਆਂ ਕੋਲੀ ਆਪਣੇ ਕੋਲ ਵੀ ਚਾਹੀਦੀ ਆ ਫੇਰ ਹੋ ਯਾਰ ਕੱਪੜਾ ਤੇ ਫਲਾਨਾ ਹੀ ਚਾਹੀਦਾ ਯਾਰ ਫਲਾਨੇ ਬ੍ਰਾਂਡ ਤੋਰੇ ਤੇ ਮੈਂ ਕਈ ਇਹਨਾਂ ਸੋਚਦਾ ਹਾਂ ਨਾ ਜਿੰਨੀਆਂ ਪਦਾਰਥਵਾਦੀ ਚੀਜ਼ਾਂ ਸਾਰੀਆਂ ਆਲੇ ਪਾਸੇ ਆਪਾਂ ਜੇ ਖਾਣ ਪੀਣ ਦੀ ਆਪਾਂ ਗੱਲ ਕਰ ਲਈਏ ਉਹ ਗੁਰੂ ਆ ਕੇ ਤੇ ਗੁਰੇ ਕੁਝ ਖਾਂਦੇ ਨਾ ਵਿੱਚ ਲੋਣ ਨਾ ਮਿਰਚ ਨਾ ਮਸਾਲਾ ਆ ਲਾਕ ਰੰ ਕਰਾਰਾ ਜਾ ਮਾਲੇ ਕਰਾਂ ਖਾ ਕੇ ਪੀ ਕੇ ਉਸ ਤੋਂ ਬਾਅਦ ਬਧਾਈ ਲਪਣਾ ਯਾਰ ਕੋ ਗੈਸ ਜੀ ਵਾਲੀ ਗੋਲੀ ਨਹੀਂ ਹੈਗੀ ਕੋਈ ਜੇ ਹੈ ਤੇ ਦਈ ਹਾਂ ਮਤਲਬ ਮੈਨੂੰ ਵੀ ਨਹੀਂ ਸਮਝ ਆਉਂਦੀ ਹੁੰਦੀ ਵੀ ਆਪਾਂ ਜਾਂ ਤਾਂ ਆਪਣੇ ਆਪ ਨੂੰ ਲੋੜੋਂ ਵੱਧ ਆਪਣੇ ਆਪ ਵਿੱਚ ਸੁਪੀਰੀਅਰ ਬਣਾ ਕੇ ਬੈਠੇ ਆਂ ਜਾਂ ਫਿਰ ਆਪਾਂ ਨੂੰ ਲੱਗਦਾ ਵੀ ਨਹੀਂ ਇਸ ਚੀਜ਼ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਜਾਂ ਫਿਰ ਆਪਾਂ ਨੂੰ ਇਹ ਲੱਗਦਾ ਵੀ ਨਹੀਂ ਯਾਰ ਕਮਾਉਣੇ ਕੱਲ ਨਹੀਂ ਡਾਕਟਰਾਂ ਨੂੰ ਦੇਣੇ ਆ ਦੇਓ ਕੀ ਫਰਕ ਪੈਂਦਾ ਉਹ ਡਾਕਟਰਾਂ ਵਿਚਾਰਾ ਵੀ ਰੋਟੀ ਖਾਣੀ ਆ ਉਹਦੇ ਵੀ ਨਿਆਣੇ ਨੇ ਪੜ੍ਹਨਾ ਹਸ ਹਸ ਤਾਲ ਖੋਲਿਆ ਕਰੋੜਾਂ ਦਾ ਸੰਧਾਲੀਆ ਸਾਹਿਬ ਮੈਨੂੰ ਐ ਲੱਗਦਾ ਕਿ ਹੌਲੀ ਹੌਲੀ ਜੋ ਸਾਡਾ ਪੰਜਾਬੀਆਂ ਦਾ ਹਾਲ ਹੈ ਅਸੀਂ ਐਕਸਰਸਾਈਜ਼ 'ਤੇ ਧਿਆਨ ਨਹੀਂ ਦੇਣਾ ਸਰੀਰ ਕਿਹੜੀ ਉਮਰ ਦੇ ਵਿੱਚ ਕਿੱਦਾਂ ਦੀ ਐਕਸਰਸਾਈਜ਼ ਕਿੱਦਾਂ ਦੀ ਡਾਈਟ ਕਿੱਦਾਂ ਦਾ ਭੋਜਨ ਮੰਗਦਾ ਹੈ ਕਿਹੜੀਆਂ ਚੀਜ਼ਾਂ ਘੱਟ ਤੇ ਕਿਹੜੀਆਂ ਚੀਜ਼ਾਂ ਵੱਧ ਕਰਨੀਆਂ ਪੈਣੀਆਂ ਸਾਡਾ ਕੋਈ ਧਿਆਨ ਨਹੀਂ ਕੋਈ ਇੱਧਰ ਤੇ ਖਾਸ ਸੈਮੀਨਾਰ ਨਹੀਂ ਹੁੰਦਾ ਕੋਈ ਸਾਡੀ ਆਪਸ ਵਿੱਚ ਬੈਠਿਆਂ ਤੇ ਚਰਚਾ ਨਹੀਂ ਹੁੰਦੀ ਤੁਸੀਂ ਪੰਜਾਬੀ ਦੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਦੇਖ ਲਓ ਕੋਈ ਚੱਜਦੀ ਹੁੰਦੀ ਹੈ ਹਾਂ ਜੇ ਕਹਿੰਨ ਕਿ ਵੇਚਣਾ ਪੁੱਛਣਾ ਉਹ ਗੱਲ ਵੱਖਰੀ ਆ ਕਿ ਇਧਰਲੇ ਪਾਸੇ ਨੂੰ ਏਦਾਂ ਦਾ ਕੱਪੜਾ ਉਹਦੇ ਉੱਪਰ ਲਪੇਟ ਕੇ ਤੁਹਾਨੂੰ ਗੱਲ ਆਖਦਾ ਮੈਨੂੰ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਿੱਦਾਂ ਦੇ ਅਸੀਂ ਮਾਹੌਲ ਦੇ ਵਿੱਚ ਆ ਗਏ ਹਾਂ ਕਿ ਰੋਟੀ ਲੱਗ ਗਈ ਹੁਣ ਚਾਹ ਲੱਗ ਗਈ ਆ ਤੇ ਉਹਦੇ ਵਿੱਚ ਹੀ ਆਖਰੀ ਟੇਬਲ ਦੇ ਉੱਤੇ ਆ ਗੈਸ ਦੀ ਗੋਲੀ ਆ ਜੀ ਆਹ ਇਹਦੀ ਗੋਲੀ ਆ ਜੀ ਅੱਜ ਡਕਾਰਜਾ ਬਹੁਤ ਆਉਂਦੇ ਉਹਦੀ ਗੋਲੀ ਆ ਜੀ ਤੇ ਇਹ ਵੀ ਹੋ ਸਕਦਾ ਕਿ ਕੱਲੂ ਤੁਸੀਂ ਕਿਸੇ ਦੇ ਘਰੇ ਜਾਓ ਤਾਂ ਅਗਲਾ ਨਾਲੇ ਤਾਂ ਪੰਜ ਗਲਾਸ ਠੰਡੇ ਦੀ ਤੇ ਨਾਲ ਇੱਕ ਕੌਲੀ ਇਹ ਜੇ ਕਿਸੇ ਨੂੰ ਹੈਗੀ ਪ੍ਰੋਬਲਮ ਤੇ ਗੋਲੀਆਂ ਵੀ ਇਹਦੇ ਵਿੱਚ ਹੀ ਨੇ ਜੀ ਹਰੇ ਪੱਤੇ ਵਾਲੀ ਇਹਦੇ ਲਈ ਤੇ ਉਹਦੇ ਯਾਨੀ ਬਹੁਤ ਦੂਰ ਨਹੀਂ ਹੈ ਗੱਲ ਕਿਤੇ ਨਾ ਕਿਤੇ ਕੰਮ ਹੋ ਜਾਣਾ ਅਸੀਂ ਅਵੇਅਰ ਬੂਰ ਹੈ ਨਹੀਂ ਇੱਕ ਪਿੰਡ ਦੇ ਵਿੱਚ 1200 ਬੰਦਾ ਵੱਸਦਾ ਹੁੰਦਾ ਤੇ ਸਵੇਰ ਨੂੰ 20 ਬੰਦੇ ਸੈਰ ਨਹੀਂ ਕਰਦੇ ਹੁੰਦੇ ਹੂੰ ਤੇ ਤੁਸੀਂ ਬਾਕੀ ਦੇਖ ਲਓ ਬਾਕੀਆਂ ਨੇ ਗੋਲੀਆਂ ਖਾਣੀਆਂ ਹੋਵੇ ਨਹੀਂ ਨਹੀਂ ਸੈਰ ਤੇ ਗੱਲ ਉਹ ਨਾ ਉਹ ਗਾ ਬਾਹਰ ਕਿੱਥੇ ਨਿਕਲਿਆ ਜਾਂਦਾ ਗੁਰੂ ਇੱਕ ਤੇ ਵਾਰਾ ਕੁੱਤੇ ਮੈਂ ਕਹੀ ਯਾਰ ਨਾ ਸੁਣ ਨਾ ਕੁੱਤੇ ਮੰਗਲ ਗ੍ਰਹਿ ਤੋਂ ਆਏ ਫਿਰ ਨਾ ਜੇ ਆਪਾਂ ਇਥੇ ਉਹ ਗੁਰੂ ਉਹ ਬਾਹਰ ਜਾਈਦਾ ਤੇ ਹੈਗਾ ਟਾਈਮ ਨਹੀਂ ਲੱਗਦਾ ਕੰਮ ਕੁੰਮ ਦੇ ਵਿੱਚੋਂ ਅਜੇ ਨਿਕਲੀ ਦਾ ਮਗਰੋਂ ਕੋਈ ਨਾ ਕੋਈ ਮਿਲ ਪੈਂਦਾ ਉਹ ਮਿਲ ਪੈਂਦਾ ਤੇ ਚੰਗੀ ਗੱਲ ਹੀ ਉਹਨੂੰ ਵੀ ਨਾਲ ਤੋਰ ਲਓ ਹੈ ਨਾ ਉਹਨੂੰ ਨਾਲ ਤੋਰ ਲਓ ਨਾਲੇ ਅਗਲਾ 2 10 ਜੂ ਦੋ ਆਪਾਂ ਦੱਸਦੇ ਕੀ ਪਤਾ ਕਿਸੇ ਵੇਲੇ ਕੋਈ ਗੱਲ ਹੀ ਬਣ ਜਾਂਦੀ ਗਾਂ ਯਾਰ ਮਿਲਿਆਂ ਗਲੇ ਜਾਂ ਗ ਇਹ ਜੇ ਹੋਰ ਕੁਸ਼ਣ ਨਾ ਮਾਣਾ ਲੱਭੇ ਦਸਾਂ ਜਮਾਨਾ ਨਹੀਂ ਠੀਕ ਅੱਜ ਕੱਲ ਪਤਾ ਨਹੀਂ ਵੀ ਕੀ ਹੋ ਜਾਣਾ ਉੱਥੇ ਜੀਆਂ ਅਖਬਾਰ ਪੜੀ ਉਹ ਉਦਾਹਰਨ ਦੇਣੀ ਹੁੰਦੀ ਵੀ ਚੌਥੇ ਜ਼ਿਲ੍ਹੇ ਦੀ ਉਹਦੀ ਕਿ ਗਾਂ ਤਹਿਸੀਲ ਦੇ ਪਿੰਡ ਦੇ ਵਿੱਚ ਉਹ ਜਨਾਨੀਆਂ ਜਾਂਦੀਆਂ ਹੈ ਉੱਥੇ ਸਵੇਰੇ ਮਨੇਰੇ ਕਿਤੇ ਉਹਨਾਂ ਦੇ ਤੇ ਟੁੰਮਾ ਲਾ ਲੀਆਂ ਬੰਦਾ ਪੁੱਛੇ ਵੀ ਜਨਾਨੀਆਂ ਨੇ ਟੁੰਮਾ ਲਾ ਲੀਆਂ ਭਾਈ ਸਾਹਿਬ ਤੁਸੀਂ ਕਿਤੇ ਟੁੰਮਾ ਨਹੀਂ ਨਾ ਪਾਈਆਂ ਇੱਥੇ ਕਿੰਨੇ ਬੰਦੇ ਮੈਨੂੰ ਮਿਲੇ ਤੁਸੀਂ ਜੀ ਪੰਜਾਬ ਤੋਂ ਹੋ ਕਿਆਂ ਜਾਂ ਕਹਿੰਦੇ ਮਾਹੌਲ ਬੜਾ ਖਰਾਬ ਆ ਮੈਂ ਕਿਹਾ ਜੀ ਠੀਕ ਤਾਂ ਨਹੀਂ ਹੈਗਾ ਬਹੁਤਾ ਜਿਵੇਂ ਕਹਾਂ ਕਿ 100% ਠੀਕ ਹੈ ਪਰ ਇੰਨਾ ਖਰਾਬ ਨਹੀਂ ਹੈਗਾ ਕਿ ਕੋਈ ਬੰਦਾ ਬਾਹਰ ਨਹੀਂ ਨਿਕਲ ਸਕਦਾ ਮੈਂ ਕਹਾਂ ਥੋੜਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਗਿਆਨੀ ਪਿੰਡ ਪੁੰਡਾ ਵਾਲਾ ਕੋਈ ਐਦਕੀ ਗਿਆਨੀ ਆਹੋ ਦੱਸਦੇ ਤੋਂ ਵੀ ਇਦਾਂ ਹੀ ਵੀ ਠੀਕ ਆ ਕੋਈ ਏਡੀ ਗੱਲ ਨਹੀਂ ਜਿਹੜੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਆ ਪਤਾ ਚੱਕਰ ਕੀ ਆਪਾਂ ਤਾਂ ਅੱਗੇ ਜ਼ਿਕਰ ਕਰਦੇ ਵੀ ਜਿਹੜੇ ਬੰਦੇ ਕੋਲੇ ਵੇលਿਆ ਉਹਨੇ ਇਹ ਸਾਰੀਆਂ ਚੀਜ਼ਾਂ ਪ੍ਰਚਾਰਨੀਆਂ ਜਾਂ ਜਿੱਦਾਂ ਪਿਛਲੇ ਦਿਨ ਹੀ ਜੰਨੀਆਂ ਕਿ ਘਟਨਾਵਾਂ ਘਟੀਆਂ ਵੀ ਫਲਾਣੇ ਨਾਲ ਉੱਥੇ ਆ ਹੋਇਆ ਜੀ ਐਨ ਆਰ ਆਈ ਨਾਲ ਆ ਹੋਇਆ ਉਹ ਪਹਿਲੀ ਨਜ਼ਰੇ ਖਬਰ ਕੁਝ ਹੋਰ ਸੀ ਅੱਗੇ ਚ ਜਾ ਕੇ ਕੁਝ ਹੋਰ ਬਣਦੀ ਆ ਜਦੋਂ ਕੁਝ ਦਿਨਾਂ ਬਾਅਦ ਉਹਦਾ ਨਤੀਜਾ ਆਉਂਦਾ ਫਿਰ ਉਹ ਚ کہانی ਕੋ ਹੋਰ ਨਿਕਲਦੀ ਆ ਫਿਰ ਉਹ ਵੀ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਆਪਾਂ ਪਹਿਲੀ ਤੇ ਦੂਸਰੀ ਖਬਰ ਪੜ ਲੈਂਦੇ ਆ ਤੀਸਰੀ ਜਿਹੜੀ ਇੱਕ ਫਾਈਨਲ ਖਬਰ ਹੁੰਦੀ ਆ ਵੀ ਉਹ ਕਾਰਨ ਕੀ ਸੀਗਾ ਉਹ ਵੀ ਪੜ ਲੈਣੀ ਚਾਹੀਦੀ ਵੀ ਅਸਲ ਦੇ ਵਿੱਚ ਗੱਲ ਕੀ ਨਹੀਂ ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ ਤੇ ਹੁਣ ਖਬਰਾਂ ਪਹਿਲਵਾਨਾਂ ਦੇ ਪੱਖ ਤੋਂ ਬਹੁਤ ਆ ਰਹੀਆਂ ਜਿਹੜੇ ਦਿੱਲੀ ਦੇ ਜੰਤਰ ਮੰਤਰ ਬੈਠੇ ਅੱਜ 14ਵਾਂ ਦੇ ਨੇ ਸੁਖਨਾ ਹੂੰ 14 ਦਿਨਾਂ ਤੇ 14 ਦਿਨਾਂ ਦੀ ਬਹੁਤ ਬਹੁਤ ਕੁਝ ਘਟਿਆ ਵਾਪਰਿਆ ਐਫ ਆਈ ਆਰ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਉੱਤੇ ਦਰਜ ਹੋ ਗਈਆਂ ਉਹ ਵੀ 2 ਪੋਸਕੋ ਐਕਟ ਲੱਗ ਗਿਆ ਸੁਪਰੀਮ ਕੋਰਟ ਨੇ ਕੇਸ ਬੰਦ ਕਰ ਦਿੱਤਾ ਕਿ ਐਫ ਆਈ ਆਰ ਦਰਜ ਹੋ ਗਈ ਹੈ ਤੁਹਾਡੀ ਮੰਗ ਕੰਪਲੀਟ ਹੋ ਗਈ ਹੈ ਹੋਰ ਕੋਈ ਤੁਹਾਨੂੰ ਗੱਲਬਾਤ ਹੈ ਹਾਈ ਕੋਰਟ ਚਲੇ ਜਾਏ ਉਹ ਮੀ ਪੈ ਗਿਆ ਚੱਕੜ ਹੋ ਗਿਆ ਮੰਜੇ ਨਹੀਂ ਲਿਜਾਣ ਦਿੱਤੇ ਇੱਕ ਸ਼ਰਾਬੀ ਪੁਲਿਸ ਵਾਲੇ ਦਾ ਦੋਸ਼ ਲੱਗਾ ਕਿ ਉਹਨੇ ਧੱਕਾ ਮੁੱਕੀ ਕੀਤੀ ਕੁਝ ਪਲਵਾਨਾਂ ਦੇ ਸਿਰ 파ਟੇ ਕੁਝ ਕਿਸਾਨ ਤੇ ਕੁਝ ਹੋਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਬੰਦੇ ਉੱਧਰ ਜਾਂਦੇ ਸੀ ਉਹ ਗ੍ਰਿਫਤਾਰ ਕਰ ਲਏ ਬੜਾ ਕੁਝ ਪਰ ਹੁਣ ਹੌਲੀ ਹੌਲੀ ਮੈਨੂੰ ਐ ਲੱਗਦਾ ਕਿ ਖਿਡਾਰੀਆਂ ਦੇ ਪੱਖ ਚ ਲੋਕ ਆਉਣ ਲੱਗ ਪਏ। ਇੱਕ ਤਾਂ ਸਭ ਤੋਂ ਵੱਡੀ ਹਿੱਲਜੁਲ ਜਿਹੜੀ ਆ ਹਰਿਆਣੇ ਵਾਲੇ ਪਾਸਿਓਂ ਹੋਈ ਹੈ। ਹਰਿਆਣੇ ਦੇ ਵਿੱਚ ਭਾਜਪਾ ਤੇ ਜਨਨ ਆ ਇੱਕ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੈ। ਤੇ ਉਸ ਸਰਕਾਰ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੋਟਾਲਾ ਨੇ ਕਹਿ ਦਿੱਤਾ ਕਿ ਸਾਡੇ ਖਿਡਾਰੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਹਰਿਆਣੇ ਚ ਵੋਟਾਂ ਨੇ ਬੜੀ ਛੇਤੀ। ਉਹਨਾਂ ਨੂੰ ਵੀ ਨਜ਼ਰ ਆਉਂਦਾ ਹੋਣਾ ਕਿ ਖਾਪ ਪੰਚਾਇਤਾਂ ਸਾਰੀਆਂ ਹੀ ਤੁਰ ਪਈਆਂ। ਹੂੰ। ਜਾ ਕੇ ਖਿਡਾਰੀਆਂ ਦੇ ਨਾਲ ਖੜਦੀਆਂ। ਅਸੀਂ ਹੁਣ ਕਿਤੇ ਦੂਸਰੇ ਪਾਸੇ ਖੜੇ ਰਹੇ ਤਾਂ ਕੱਲ ਨੂੰ ਇਹਨਾਂ ਖਾਪਾਂ ਦੇ ਪੂਲਿੰਗ ਬੂਥਾਂ ਦੇ ਵਿੱਚੋਂ ਕਿਤੇ ਜ਼ੀਰੋ ਆਂਡਾ ਨਿਕਲੇ ਦੂਸਰਾ ਉੱਥੇ ਇੱਕ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਮੰਤਰੀ ਆ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਨਿਲ ਵੇਜ ਉਹ ਵੀ ਕਹਿੰਦੇ ਕਹਿੰਦੇ ਮੈਂ ਵੀ ਨਾਲ ਆ ਖੜਾ ਰਿਆਂਦੇ ਹਮ ਪਹਿਲਵਾਨ ਸਾਡੇ ਮੁੰਡੇ ਕੁੜੀਆਂ ਸਾਡੀ ਇੱਜ਼ਤ ਆ ਉਹ ਸਾਡੇ ਦੇਸ਼ ਦਾ ਨਾਂ ਉੱਚਾ ਕੀਤਾ ਉਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਜਿੱਥੇ ਕਹਿਣਗੇ ਅਸੀਂ ਤਾਂ ਖਲੋਤੇ ਆ ਉੱਥੇ ਯਾਨੀ ਹੁਣ ਪਹਿਲੀ ਵਾਰ ਇੱਥੇ ਤਾਂ ਕੰਮ ਆਇਆ ਕੁਝ ਵਕੀਲ ਭਾਈਚਾਰੇ ਦੇ ਲੋਕਾਂ ਨੇ ਵੀ ਕਿਹਾ ਤਾਂ ਅਸੀਂ ਨਾਲ ਆ ਖਾਪਾਂ ਨੇ ਵੀ ਕਹਿ ਦਿੱਤਾ ਅਸੀਂ ਨਾਲ ਆ ਇੱਕ ਤਾਂ ਜਿਹੜੀ ਰੈਸਲਿੰਗ ਫੈਡਰੇਸ਼ਨ ਆ ਉਹਦੇ ਇੱਕ ਜ਼ਿਲ੍ਹੇ ਦੇ ਸਾਰੇ ਹਰਿਆਣੇ ਦੇ ਅਧਿਕਾਰੀਆਂ ਨੇ ਅਸਤੀਫੇ ਦੇ ਦਿੱਤੇ ਫਤਿਹਬਾਦ ਆ ਮੇਰਾ ਖਿਆਲ ਆ ਕਿ ਭਾਈ ਨਿਆਣਿਆਂ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਆ ਜਾਓ ਅਸੀਂ ਕੀ ਕਰਨੇ ਥੋੜੇ ਉਹਦੇ ਅਸੀਂ ਅਸਤੀਫਾ ਦਿੰਨੇ ਆ ਯਾਨੀ ਕਿਤੇ ਨਾ ਕਿਤੇ ਪ੍ਰੈਸ਼ਰ ਕ੍ਰੀਏਟ ਹੋਣ ਲੱਗ ਪਿਆ ਹੁਣ ਆ ਵੀ ਚਲੋ ਮੈਂ ਨਾਲ ਵੀ ਚੰਗੀ ਗੱਲ ਆ ਜੇ ਪ੍ਰੈਸ਼ਰ ਨਾਲ ਹੀ ਸਹੀ ਕਿਤੇ ਗੱਲ ਬਣ ਜAVE ਕਿਉਂਕਿ ਜਿੱਦਾਂ ਸ਼ੁਰੂ-ਸ਼ੁਰੂ ਚ ਗੱਲ ਚੱਲੀ ਸੀ ਸਾਰਿਆਂ ਦਾ ਧਿਆਨ ਸੀ ਵੇਰੇ ਹੌਲੀ ਹੌਲੀ ਖਬਰਾਂ ਇਹ ਆਉਣ ਲੱਗ ਪਈਆਂ ਵੀ ਉੱਥੋਂ ਉਹ ਇੱਕ ਕਿਰਾਬੰਦੀ ਜੀ ਕਰ ਦਿੱਤੀ ਆ ਬੰਦਿਆਂ ਨੂੰ ਜਾਣ ਆਉਣ ਨਹੀਂ ਦਿੱਤਾ ਜਾਂਦਾ ਜਦ ਦਿਨ ਉਹ ਮੀਂਹ ਪਿਆ ਉੱਥੇ ਗੱਦੇ ਗੁੱਦੇ ਵੀ ਗਿੱਲੇ ਹੋ ਗਏ ਮੰਜੇ ਵਾਲੇ ਵੀ ਨਾ ਲੰਘਣ ਦਿੱਤੇ ਫਿਰ ਜਿਹੜੇ ਕੋ ਮੀਡੀਆ ਵਾਲੇ ਕਵਰ ਕਰਨ ਜਾਂਦੇ ਉਹਨਾਂ ਦੀਆਂ ਵੀ ਬ੍ਰੇਕਾਂ ਲਵਾਤੀਆਂ ਹੁਣ ਜਦੋਂ ਇਹੋ ਜਿਹੀਆਂ ਖਬਰਾਂ ਆਉਣ ਗਿਆ ਤੇ ਫਿਰ ਕਿਸੇ ਨਾ ਕਿਸ ਨੂੰ ਤੇ ਪਹੁੰਚਣੇ ਪੈਣਾ ਮੇਰੇ ਖਿਆਲ ਪੰਜਾਬ ਵਾਲੇ ਪਾਸੋਂ ਵੀ ਕੁਝ ਕਿਸਾਨ ਦੇ ਇੱਥੇ ਬੰਦਿਆਂ ਨੇ ਮਨ ਬਣਾਇਆ ਆ ਵੀ ਅਸੀਂ ਜਾਣਾ ਉੱਥੇ ਚਲੋ ਜੀ ਉਹ ਪਹੁੰਚਣ ਤੇ ਚੰਗੀ ਗੱਲ ਆ ਪਰ ਇੱਕ ਗੱਲ ਦਾ ਜ਼ਰੂਰ ਮੈਨਾ ਖਿਆਲ ਰੱਖਿਆ ਜਾਵੇ ਉਹ ਇਹ ਆ ਕਿ ਵੀ ਜੇ ਸਿਆਸੀ ਤੌਰ ਦੇ ਉੱਪਰਵਰਤਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਚ ਹੋ ਸਕਦਾ ਵੀ ਕਿਸੇ ਦਾ ਫਾਇਦਾ ਹੋਵੇ ਨਾ ਹੋਵੇ ਪਰ ਉਹਨਾਂ ਪਲਵਾਨਾਂ ਦਾ ਖਿਡਾਰੀਆਂ ਦਾ ਨੁਕਸਾਨ ਹੋ ਜਾਣਾ ਕਿਉਂਕਿ ਗੱਲ ਇਹ ਆ ਨਾ ਵੀ ਜਦੋਂ ਸਿਆਸਤ ਵਾਲੇ ਪਾਸਿਓਂ ਗੱਲ ਚੱਲ ਪਈ ਤੇ ਫਿਰ ਸਿਆਸੀ ਗੱਲ ਦਾ ਸਿਆਸੀ ਜਵਾਬ ਆਉਂਦਾ ਹੁੰਦਾ ਉਹਦਾ ਕੋਈ ਹੱਲ ਨਹੀਂ ਨਿਕਲਣਾ ਜੋ ਪ੍ਰੈਕਟੀਕਲੀ ਉਹ ਚਾਹੁੰਦੇ ਆ ਨਹੀਂ ਠੀਕ ਹੈ ਸੰਧਾਲੀਆ ਸਾਹਿਬ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਵੈਸੇ ਵੀ ਖਿਡਾਰੀਆਂ ਨੇ ਕਿਹਾ ਸੀ ਕਿ ਸਾਨੂੰ ਕਿਸੇ ਵਰਗ ਨਾਲ ਨਾ ਜੋੜੋ ਅਸੀਂ ਸਿਰਫ ਇਸ ਮੁੱਦੇ ਦੇ ਉੱਤੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਤੇ ਜਦੋਂ ਅਨੁਰਾਗ ਠਾਕੁਰ ਸਾਹਿਬ ਜਿਹੜੇ ਕਿਸਬੰਧਤ ਵਿਭਾਗ ਦੇ ਮੰਤਰੀ ਨੇ ਪਿਛਲੀ ਵਾਰ 3 ਮਹੀਨੇ ਪਹਿਲਾਂ ਜਦੋਂ ਇਹ ਖਿਡਾਰੀ ਉੱਥੇ ਬੈਠੇ ਸੀ ਠਾਕੁਰ ਸਾਹਿਬ ਨਾਲ ਹੀ ਮੁਲਾਕਾਤ ਹੋਈ ਸੀ। ਕਈ ਘੰਟੇ ਉਹਨਾਂ ਨੇ ਰੋਟੀ ਪਾਣੀ ਵੀ ਸ਼ਿਕਾਇਆ ਸੀ ਤੇ ਕਿਹਾ ਸੀ ਇਨਸਾਫ ਦੇਾਂਗੇ ਕਮੇਟੀਆਂ ਬਣਾਈਆਂ ਸੀ। ਉਹਨਾਂ ਨੇ ਜਦੋਂ ਪੁੱਛਿਆ ਉਹ ਕਹਿੰਦੇ ਜੀ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਐਫ ਆਈ ਆਰ ਦਰਜ ਹੋ ਗਈ ਹੈ ਤੇ ਜਦੋਂ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ ਤੇ ਉਹਨਾਂ ਦੀ ਜਾਂਚ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਹੈਗੇ ਅਸੀਂ ਵੀ ਕਹਿੰਦੇ ਖਿਡਾਰੀਆਂ ਨਾਲ ਹੀ ਹੂੰ। ਨੇ ਚਲੋ ਚੰਗੀ ਗੱਲ ਆ ਆਪਾਂ ਉਮੀਦ ਕਰਦੇ ਹਾਂ ਵੀ ਉਹਨਾਂ ਹੁਣ ਦੂਜੀ ਗੱਲ ਜੀ ਕਰਨੀ ਆ ਤੇ ਫਿਰ ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟੀਏ ਆ ਜਾਓ ਲੀਡਰ ਅੱਗੇ ਪਿੱਛੇ ਹੋਏ ਆ ਮਾੜਾ ਮੋਟਾ ਜਣੀ ਅੱਗੇ ਪਿੱਛੇ ਨੂੰ ਥਾਂ ਉਹੀ ਹੈ ਕਿ ਅਰੀ ਤੋਪਾਂ ਦੀ ਕੁਰਸੀ ਜਾ ਕੇ ਪਿੱਛੇ ਕਰ ਲਈ ਦੀ ਖਾਸ ਤੌਰ ਤੇ ਸਕੂਲਾਂ 'ਚ ਇਦਾਂ ਹੁੰਦਾ ਸੀ ਨਹੀਂ ਚਲੋ ਫੇਰ ਸ਼ੁਰੂ ਦੇਖੋ ਇਸ ਵੇਲੇ ਸੰਧਾਲੀਆ ਸਭ ਸਭ ਤੋਂ ਅਹਿਮ ਗੱਲ ਜਿਹੜੀ ਹੋਈ ਹੈ ਆਪਾਂ ਇੱਕ ਇੱਕ ਕਰਕੇ ਤਿੰਨ ਮੁੱਦੇ ਚਰਚਾ ਦੇ ਵਿੱਚ ਲਿਆਉਣੇ ਆ ਕਿ ਚੰਦਨ ਗਰੇਵਾਲ ਸਾਹਿਬ ਆਪ ਚ ਗਏ ਜਿਹੜੇ ਕੈਂਡੀਡੇਟ ਨੇ ਬੀਜੇਪੀ ਦੇ ਉਹਨਾਂ ਦੇ ਪਿਤਾ ਜੀ ਚਰਨਜੀਤ ਸਿੰਘ ਘਟਵਾਲ ਸਾਹਿਬ ਉਹ ਭਾਰਤੀ ਜਨਤਾ ਪਾਰਟੀ 'ਚ ਸਿੱਧੇ ਆ ਮਾਏ ਪਰ ਇਹਨਾਂ ਦੋਨਾਂ ਖਬਰਾਂ ਤੋਂ ਪਹਿਲਾਂ ਜਿਹੜੀ ਮੁੱਖ ਖਬਰ ਹੈ ਉਹ ਬੀਬੀ ਜਗੀਰਕੌਰ ਹੋਰਾਂਦੀ ਹੈ ਬੀਬੀ ਜਗੀਰਕੌਰ ਮੈਂ ਸੋਚਦਾ ਸੀ ਕਿ ਜੇ ਉਹ ਅਕਾਲੀ ਦਲ ਦੇ ਵਿੱਚ ਹੀ ਹੁੰਦੇ ਤਾਂ ਉਹ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਅਕਾਲੀ ਦਲ ਦੇ ਇੰਚਾਰਜ ਹੁੰਨੇ ਸੀ ਉਹਨਾਂ ਨੇ ਡਿਊਟੀਆਂ ਲਾਇਆ ਕਰਨੀਆਂ ਸੀ ਕਿ ਤੁਸੀਂ ਇੱਥੇ ਪ੍ਰਚਾਰ ਕਰਨਾ ਤੁਸੀਂ ਇੱਥੇ ਕਰਨਾ ਤੁਸੀਂ ਤੇ ਸਟਾਰ ਪ੍ਰਚਾਰਕ ਹੁੰਨੇ ਸੀ ਕਿਉਂਕਿ ਦੁਆਬਾ ਇਸ ਵੇਲੇ ਅਕਾਲੀ ਦਲ ਉਹਨਾਂ ਦੀ ਦੇਖ ਰਹਿਖ ਚ ਚੱਲਦਾ ਸੀ ਕੋਹੜ ਸਾਹਿਬ ਤਾਂ ਹੈ ਨਹੀਂ ਦੁਨੀਆ ਤੇ ਦੂਜੇ ਪਾਸੇ ਸਰਵਨ ਸਿੰਘ ਫਲੋਰੂ ਰੀ ਪਾਰਟੀ ਛੱਡ ਗਿਆ ਤਫਰ ਹੋਰ ਵੇਖਣਾ ਕਹਿੰਦੇ ਸੀ ਅਕਾਲੀ ਦਲ ਬੀਬੀ ਜਗੀਰਕੁਰ ਹੋਰ ਨੇ ਵੇਖਣਾ ਸੀ ਉਹੀ ਵੇਖਦੇ ਸੀ ਪਰ ਉਹ ਚਲੋ ਪਾਰਟੀ ਤੋਂ ਲਾਂਬੇ ਹੋ ਗਏ ਪਰ ਅਜੇ ਤੱਕ ਇਹ ਨਹੀਂ ਸੀ ਪਤਾ ਲੱਗਦਾ ਕਿ ਜਦੋਂ ਐਸਟੀਪੀਸੀ ਦੀ ਪ੍ਰਧਾਨ ਦੀ ਚੋਣ ਬੀਬੀ ਜੀ ਨੇ ਲੜੀ 40-42 ਵੋਟਾਂ ਲਈਆਂ ਅਕਾਲੀ ਕਹਿੰਦੇ ਸੀ 20 ਤੋਂ ਵੱਧ ਨਹੀਂ ਬੀਬੀ ਕਹਿੰਦੀ 70 ਵਟ ਤੇ ਪਈਆਂ 70 ਤੋਂ ਅੱਧ ਤੇ ਆ ਗਿਆ ਪਈਆਂ ਤੋਂ ਦੁੱਗਣੇ ਹੋ ਗਏ ਅੱਧ ਜਿਹੇ ਚ ਰਹਿ ਗਿਆ ਕੰਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਬਣ ਗਏ ਚਲੋ ਮੈਂ ਬੀਪੀਜੀ ਨੂੰ ਹਾਲ ਪਿਛਲੇ 4 ਮਹੀਨੇ ਦੋ ਵਾਰ ਇੰਟਰਵਿਊ ਕੀਤਾ ਤੇ ਉਹਨਾਂ ਨੂੰ ਦੋਨੇ ਵਾਰੇ ਪੁੱਛਿਆ ਸੀ ਕਿੰਦਾ ਜੀ ਹੁਣ ਜਾਣਾ ਕਿੱਧਰ ਕਹਿੰਦੇ ਨਹੀਂ 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 ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੀ ਅਕਾਲੀ ਦਲ ਤੋਂ ਵੀ ਨਾ ਕਹਿੰਦੇ ਸਾਹਬ ਨਹੀਂ ਆਉਂਦਾ ਠੀਕ ਹੈ ਹੁਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹਨਾਂ ਨੂੰ ਕਹਿ ਦਿੱਤਾ ਕਿ ਇੰਦਰ ਕਵਾਲ ਸਿੰਘ ạtਵਾਲ ਜੀ ਤੁਹਾਨੂੰ ਜਿਤਾਉਣਾ ਹੈ ਬੀਜੇਪੀ ਦੇ ਉਮੀਦਵਾਰ ਨੂੰ ਜਿਤਾਉਣਾ ਤੇ ਕੱਲਿਆਂ ਨਹੀਂ ਕਹਿਤਾ ਇੱਕ ਇਕੱਠ ਕੀਤਾ ਇਕੱਠ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਹਨਾਂ ਦੇ ਸਮਰਥਕ ਆਏ ਹੂੰ ਪੰਜਾਬੋਂ ਬਾਹਰੋਂ ਵੀ ਆਏ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਉਹਨਾਂ ਨੂੰ ਚੇਚਾ ਬੁਲਾਇਆ ਵੀ ਸਟੇਜ ਤੇ ਤੇ ਨਾਲ ਸਟੇਜ ਤੇ ਕੌਣ ਬੈਠਾ ਸੀ ਵਿਜੇ ਰupani ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਗੁਜਰਾਤ ਕਿਹੜਾ ਸੂਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਸੂਬਾ ਤੇ ਵਿਜੇ ਰupani ਉਹ ਸੂਬੇ ਦੇ ਮੁੱਖ ਮੰਤਰੀ ਰਹਿ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ ਇੰਚਾਰਜ ਨੇ ਅੱਜਕੱਲ ਬੀਜੇਪੀ ਦੇ ਉਹ ਨਾਲ ਬੈਠੇ ਸੀ ਪਰਮਿੰਦਰ ਸਿੰਘ ਢੀਂਡਸਾ ਨਾਲ ਬੈਠੇ ਸੀ ਸਰਬਜੀਤ ਸਿੰਘ ਮੱਕੜ ਸਾਹਿਬ ਨਾਲ ਬੈਠੇ ਸੀ ਹੋਰ ਬਹੁਤ ਸਾਰੇ ਲੀਡਰ ਨਾਲ ਬੈਠੇ ਸੀ ਇਹਨਾਂ ਦੇ ਨਾਲ ਬੈਠੇ ਹੁੰਦਾ ਇੱਕ ਮਤਲਬ ਹੁੰਦਾ ਹੈ ਸੁਖਦੇਵ ਸਿੰਘ ਢੀਂਟਸਾ ਸਾਹਿਬ ਦੀ ਹਾਜ਼ਰੀ ਉਹਦੇ ਵਿੱਚ ਬੀਬੀ ਜੀ ਨੇ ਕਿਹਾ ਉਹ ਕਹਿੰਦੇ ਜੀ ਦੇਖੋ ਕਾਂਗਰਸੀਆਂ ਤੋਂ ਤਾਂ ਹੀ ਉਧਰ ਦੇਖ ਵੀ ਨਹੀਂ ਸਕਦੇ ਹਮ ਅਕਾਲੀ ਦਲ ਬੀਬੀ ਜੀ ਕਹਿੰਦੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਅਕਾਲੀ ਦਲ ਦਾ ਉਤੋਂ ਆਸ ਹੀ ਕੋਈ ਨਹੀਂ ਤੇ ਆਮ ਆਦਮੀ ਪਾਰਟੀ ਵਾਲਿਆਂ ਤਾਂ ਬੰਦੇ ਫੜਫੜ ਡਿਬਰੂਗੜ ਜੇਲ੍ਹ ਚ ਭੇਜ ਦਿੰਦੇ ਆਸਾਮ ਚ ਸਾਡੇ ਕੋਲ ਬੀਜੇਪੀ ਤੋਂ ਬਣਾ ਆਪਸ਼ਨ ਹੀ ਕੋਈ ਨਹੀਂ ਅਸੀਂ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਕੁਝ ਮੁੱਦੇ ਇਹਨਾਂ ਤੋਂ ਹੱਲ ਕਰਾ ਸਕਦੇ ਆ ਮੈਂ ਕਹਿੰਦੇ ਐਵੇਂ ਸਪੋਰਟ ਨਹੀਂ ਕੀਤਾ ਪਰ ਕਹਿੰਦੇ ਮਤ ਸਮਝ ਜਾਵੇ ਮੈਂ ਬੀਜੇਪੀ ਚਾ ਮੈਂ ਅਕਾਲੀ ਸੀ ਮੈਂ ਅਕਾਲੀ ਹਾਂ ਤੇ ਬੀਬੀ ਜੀ ਕਹਿੰਦੇ ਮੈਂ ਅਕਾਲੀ ਰਹਾਂਗੀ ਹੂੰ ਚਾਰ ਨੁਕਤੇ ਸਾਹਮਣੇ ਰੱਖ ਦਿੱਤੇ ਉਹ ਕਹਿੰਦੇ ਜੀ ਪੁੱਛਿਆ ਸਾਰਿਆਂ ਨੇ ਕਹਿੰਦੇ ਮੈਨੂੰ ਪਤਾ ਤੁਸੀਂ ਸਵਾਲ ਪੁੱਛਣੇ ਆ ਕਿਉਂ ਗਏ ਉਹ ਕਹਿੰਦੇ ਦਿੱਲੀ ਦੇ ਹਵਾਈ ਅੱਡੇ ਤੇ ਦੁਨੀਆ ਭਰ ਤੋਂ ਲੋਕ ਆਉਂਦੇ ਆ ਤੇ ਆਣ ਕੇ ਜਦੋਂ ਉਤਰਦੇ ਆ ਤੇ ਉਹਦਾ ਨਾਂ ਲਿਖਿਆ ਹੁੰਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਉਹ ਕਹਿੰਦੇ ਰਪਾਣੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਤੱਕ ਸਾਡਾ ਸੁਨੇਹਾ ਕਲ ਦਿਓ ਕਿ ਉਸ ਬੀਬੀ ਦੇ ਨਾਂ ਤੋਂ 에ਰਪੋਰਟ ਦਾ ਨਾਂ ਬਦਲੋ ਪਹਿਲਾਂ ਤਾਂ ਉਹਨਾਂ ਨੇ ਤਾਂ ਸਿੱਖਾਂ ਦੇ ਕਾਤਲ ਕਈ ਸ਼ਬਦ ਵਰਤੇ। ਹੂੰ। ਪਹਿਲੀ ਕਹਿੰਦੇ ਮੰਗੇ ਇਹ, ਦੂਸਰਾ ਉਹ ਕਹਿੰਦੇ ਜੀ ਸਾਡੇ ਇੱਥੋਂ ਮੁੰਡੇ ਗਰੀਬ ਕਰਾਉਂਦੇ ਆ ਫੜ ਕੇ ਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਭੇਜ ਦਿੱਤੇ। ਮੈਂ ਬੇਨਤੀ ਇਹਨਾਂ ਨੂੰ ਕਰਕੇ ਕੰਮ ਕਰਾਉਣਾ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆਓ। ਕਾਨੂੰਨੀ ਕਾਰਵਾਈ ਕਰੋ। ਪਰ ਪੰਜਾਬ ਦੀਆਂ ਜੇਲਾਂ ਚ ਲਿਆਓ ਜੀ ਇੱਥੇ ਨਹੀਂ ਲਿਆ ਹੁੰਦਾ ਤੇ ਆ ਸਾਡੇ ਗਵਾਂਡ ਦੇ ਵਿੱਚ ਹੀ ਹਰਿਆਣਾ ਹੈ। ਹਰਿਆਣੇ ਦੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਜੇਲਾਂ ਨੇ ਉਹਨਾਂ ਨੂੰ ਬਿਲਕੁਲ ਮੋੜ ਲੈਓ ਘਟੂ ਘਟ ਟੱਬਰ ਦੇ ਮੈਂਬਰ ਉਹਨਾਂ ਨੂੰ ਮਿਲ ਤਾਂ ਸਕਣ। ਹੂੰ। ਫਿਰ ਤੀਸਰੀ ਗੱਲ ਉਹ ਕਹਿੰਦੇ ਬੰਦੀ ਸਿੰਘ ਤਾਂ ਰਿਹਾ ਕਰਾਉਣੀ ਆ ਜੇ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਦੇਖੋ ਤੁਸੀਂ ਬੀਬੀ ਜੀ ਦੇ ਕਹਿਣ ਦਾ ਸਟਾਈਲ ਉਹ ਕਹਿੰਦੇ ਜੇ ਪ੍ਰਧਾਨ ਮੰਤਰੀ ਸਾਹਿਬ ਕਰਤਾਰਪੁਰ ਸਾਹਿਬ ਦਾ ਲੰਗਾ ਐਡਾ ਵੱਡਾ ਕੰਮ ਕਰ ਸਕਦੇ ਆ ਤੇ ਬੰਦੀ ਸਿੰਘ ਵੀ ਰਿਹਾ ਕਰ ਸਕਦੇ ਆ ਇਸ ਕਰਕੇ ਉਹ ਕਹਿੰਦੇ ਜੀ ਆ ਮੰਗਾਂ ਨੇ ਪੰਥ ਦੀਆਂ ਮੰਗਾਂ ਨੇ ਕੌਮ ਦੀਆਂ ਮੰਗਾਂ ਨੇ ਆਪਾਂ ਪ੍ਰਵਾਨ ਕਰਾਉਣੀਆਂ ਕਹਿੰਦੇ ਬੈਠੇ ਆ ਢੀਂਸਾ ਸਾਹਿਬ ਆਪਾਂ ਅਸਲੀ ਅਕਾਲੀ ਦਲ ਬਣਾਉਣਾ ਉਹ ਅਕਾਲੀ ਦਲ ਤੁਹਾਨੂੰ ਰਿਹਾ ਹੀ ਨਹੀਂ ਪਾਣੀ ਮੈਂ ਵੀ ਸੋਚਦਾ ਜਦੋਂ ਤੁਸੀਂ ਨਾਂ ਗਿਣਾਉਂਦੇ ਸੀ ਨਾ ਕਈ ਨਾਂ ਤੁਸੀਂ ਭੁੱਲ ਗਏ ਪਰ ਉਹ ਹੈ ਹੈ ਕਿ ਉਹ ਮਤਲਬ ਕਹਿ ਲਓਗੇ ਵੀ ਜਾਂ ਢੀਂਡ ਸਾਹ ਸਾਬ ਨਾਲ ਨੇ ਜਾਂ ਬੀਬੀ ਜੀ ਹਰਣਾ ਨਾਲ ਨੇ ਤੇ ਸਮਰਥਨ ਦੋਹਾਂ ਦਾ ਅੱਜ ਕੱਲ ਬੀਜੇਪੀ ਨੂੰ ਮੈਂ ਸਟੇਜ ਦੇ ਉੱਪਰ ਲਿਆਂਦਾ ਹੀ ਨਾਲ ਹਾਂ ਹੁਣ ਮਤਲਬ ਇਹ ਹੈ ਕਿ ਵੀ ਜੇ ਆਪਾਂ ਦੁਆਬੇ ਦੇ ਹਿਸਾਬ ਨਾਲ ਗੱਲ ਕਰੀਏ ਤੇ ਪੌਣਾ ਕ ਅਕਾਲੀ ਦਲ ਤੇ ਲਗਭਗ ਬੀਜੇਪੀ ਦੇ ਨਾਲ ਹੀ ਹੈ ਦੇਖੋ ਸਾਨੂੰ ਤਾਂ ਬਾਹਰ ਲਿਆਂ ਬਾਹਰ ਲਿਆਂ ਦਾ ਪਤਾ ਅੰਦਰੋਂ ਕਿਹੜਾ ਉਹਨਾਂ ਦੇ ਨਾਲ ਆ ਤੁਹਾਨੂੰ ਪਤਾ ਹੋਊਗਾ ਨਹੀਂ ਮੈਂ ਬਾਹਰਲੇ ਪੌਣਿਆਂ ਦੀ ਗੱਲ ਹੀ ਕਰਦਾ ਅੱਛਾ ਜੀ ਬਾਹਰਲੇ ਦੀ ਗੱਲ ਕਰਦੇ ਅੱਛਾ ਜੀ ਤਾਂ ਮੈਂ ਬਾਹਰਲੇ ਦੀ ਗੱਲ ਕਰਦਾ ਕਿਉਂਕਿ ਤੁਸੀਂ ਹਲਕਾ ਵਾਈਜ਼ ਵੇਖਣਾ ਮੋੜਾ ਜਿਹਾ ਦੇ ਕੇ ਦੇਖੋ ਤੁਹਾਨੂੰ ਆਪਣਾ ਵੀ ਆਈਡੀਆ ਹੈਗਾ ਵੀ ਕਿਤੋਂ ਕਿਹੜੇ ਕਿਹੜੇ ਬੰਦੇ ਕਿਧਰ ਨੂੰ ਨੇ ਅੱਛਾ ਵੈਸੇ ਸੋਚਣ ਵਾਲੀ ਗੱਲ ਇੱਕ ਇਹ ਵੀ ਆ ਕਿ ਵੀ ਇਹ ਜਿੱਦਾਂ ਹੁਣ ਮੰਨ ਲਓ ਵੀ ਆਇਤਕੀਨ ਸਮਰਥਨ ਆ 24 ਤੱਕ ਮੇਰਾ ਖਿਆਲ ਢੀਂਸਾ ਸਾਹਿਬ ਜਿੱਦਾਂ ਵਾਰ-ਵਾਰ ਕਹਿੰਦੇ ਆ ਜੀ ਵੀ ਬਹੁਤ ਲੋਡ ਐ ਐਸ.ਜੇ.ਪੀ.ਸੀ ਦੇ ਇਲੈ ਕਿਉਂਕਿ ਇਹ ਸਮਾਂ 24 ਵਾਲੀਆਂ ਲੋਕ ਸਭਾ ਚੋਣਾਂ ਜੀ ਤੇ ਹੈਗਾ ਤੇ ਜੇ ਉਹ ਚੋਣਾਂ ਉਸ ਤੋਂ ਪਹਿਲਾਂ ਆ ਜਾਂਦੀਆਂ ਨੇ ਤੇ ਫਿਰ ਇਹ ਜਿਹੜੇ ਲੀਡਰ ਜੀ ਇਸ ਕੱਲ ਦਾ ਕਰਕੇ ਉਧਰ ਤੁਰੇ ਨੇ ਹੋ ਸਕਦਾ ਇਹਨਾਂ ਦਾ ਵੀ ਸੈੱਟ ਆ ਜੇ ਤੀਜੀ ਗੱਲ ਮੈਨੂੰ ਯਾਦਦਾ ਵੀ ਜਿਹੜੀਆਂ ਮੰਗਾਂ ਬੀਬੀ ਜੀ ਨੇ ਕੀਤੀਆਂ ਨੇ ਉਹ ਮੰਗਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਧਿਆਨ ਜੀ ਹੁਣ ਉੱਪਰਲੇ ਪਾਸੇ ਕਿਉਂਕਿ ਬੜੇ ਚਿਰ ਤੋਂ ਇਹ ਗੱਲ ਚੱਲਦੀ ਸੀ ਨਾ ਕਿ ਸ਼ਾਇਦ ਬੰਦੀ ਸਿੱਖਾਂ ਦੀ ਰਿਹਾਈ ਹੋਏਗੀ ਪਰ 24 ਦੇ ਲਾਗੇ ਬਣੇ ਸ਼ਾਇਦ ਜਾ ਕੇ ਹੋਵੇ ਜਾਂ 23 ਦੇ ਅਖੀਰ ਤੇ ਦੂਜੀ ਰਹੀ ਗੱਲ ਨਾਂ ਬਦਲਣ ਦੀ ਉਹ ਤਾਂ ਕੋਈ ਈਡੀ ਵੱਡੀ ਗੱਲ ਹੈ ਨਹੀਂ ਕਿ ਕਿੰਨੇ ਸ਼ਹਿਰਾਂ ਦਾ ਕਿੰਨੇ ਆ ਥਾਵਾਂ ਦਾ ਆਲਰੇਡੀ ਪਹਿਲਾਂ ਬਦਲਿਆ ਗਿਆ ਕੇਅਰਪੋਰਟ ਦਾ ਬਦਲਿਆ ਜਾਊਗਾ ਤੇ ਫਿਰ ਕੀ ਫਰਕ ਪੈਂਦਾ ਨਹੀਂ ਮੈਨੂੰ ਐ ਲੱਗਦਾ ਕਿ ਜਿਹੜੀਆਂ ਚਾਰ ਮੰਗਾਂ ਬੀਬੀ ਜੀ ਨੇ ਰੱਖੀਆਂ ਉਹਦੇ ਵਿੱਚੋਂ ਅਧੀਆਂ ਆਰਾਮ ਨਾਲ ਪ੍ਰਵਾਨ ਕੀਤੀਆਂ ਜਾ ਸਕਦੀਆਂ ਹੂੰ ਤੇ ਸਭ ਤੋਂ ਵੱਡਾ ਰੌਲਾ ਪਤਾ ਕਿਸ ਗੱਲ ਦਾ ਹੈ ਅੱਜ ਤੋਂ 2 ਸਾਲ ਪਹਿਲਾਂ ਤੱਕ ਜਦੋਂ ਤੱਕ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ ਉਦੋਂ ਬੇਨਤੀ ਕੌਣ ਕਰਦਾ ਸੀ ਮੰਗ ਕੌਣ ਰੱਖਦਾ ਸੀ ਉਦੋਂ ਅਕਾਲੀ ਦਲ ਬਾਦਲ ਵਾਲੇ ਰੱਖਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਜੇ ਕੇਂਦਰ ਮੰਗ ਪ੍ਰਵਾਨ ਕਰਦਾ ਸੀ ਤਾਂ ਫਿਰ ਸੇਰਾ ਉਹਨਾਂ ਦੇ ਸਿਰ ਵੱਜਦਾ ਸੀ ਜੇ ਹੁਣ ਇਹਨਾਂ ਸਮਿਆਂ ਦੇ ਵਿੱਚ ਕੋਈ ਮੰਗ ਮੰਗੀ ਜਾਊਗੀ ਤੇ ਉਹ ਤਾਂ ਫਿਰ ਭਾਈ ਜੀਪੀ ਦੇ ਸਮਰਥਕ ਜਿਹੜੇ ਆ ਸਾਰਾ ਸੇਰਾ ਦਾ ਸੇਰਾ ਉਧਰਲੇ ਪਾਸੇ ਵੱਜੂਗਾ ਕਿਸੇ ਹੋਰ ਦਾ ਨਾ ਇਕੱਠਾ ਸੇਰਾ ਇਕੱਠਾ ਸੇਰਾ ਵਜਣਾ ਹੈਨਾ ਕਿ ਹੁੰਦੇ ਨੇ ਕਹਿੰਦੇ ਮੜ ਜਾ ਤੁਸੀਂ ਵੀ ਹੱਥ ਰੱਖ ਲਓ ਜਦੋਂ ਫੋਟੋਗ੍ਰਾਫਰ ਕਹਿੰਦੇ ਹੁੰਦੇ ਆ ਹੁਣ ਸੰਧਾ ਵਾਲਿਆਂ ਸਭ ਤੁਸੀਂ ਇੱਥੇ ਦੇਖੋ ਮੈਂ ਨਹੀਂ ਕਹਿਣਾ ਕਿ ਬੀਬੀ ਜੀ ਦੀਆਂ ਬਹੁਤ ਵੋਟਾਂ ਨੇ ਮੈਂ ਨਹੀਂ ਕਹਿਣਾ ਕਿ ਇਹ ਜਿਹੜੇ ਬੰਦਿਆਂ ਦਾ ਆਪਾਂ ਜ਼ਿਕਰ ਕੀਤਾ ਪਰਮਿੰਦਰ ਢੀਂਡ ਸਾਹਿਬ ਸਰਜੀਤ ਸਿੰਘ ਮੱਕੜ ਸਾਹਿਬ ਚਰਨਜੀਤ ਸਿੰਘ ਅਟ ਉਹਨਾਂ ਦੇ بیٹے ਦੀ ਗੱਲ ਕਰਦੇ ਆ ਕੈਂਡੀਡੇਟ ਨੇ ਅਜਕਲ ਇੰਦਰ ਇਕਬਾਲ ਸਿੰਘ ਠਵਾਲ ਕਿ ਇਹਨਾਂ ਦੇ ਆਉਣ ਦੇ ਨਾਲ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕਿੱਥੇ ਪਹੁੰਚ ਜਾਣੀ ਕਿਉਂਕਿ ਇਹ ਸਾਰੇ ਹੀ ਬੰਦੇ ਆਪਣੀ ਪਿਛਲੀ ਚੋਣ ਹਾਰੇ ਉਹ ਆ ਬੀਬੀ ਜਗੀਰਕੁਰ ਵੀ ਹਾਰੇ ਵਿਧਾਨ ਸਭਾ ਦੀ ਚੋਣ ਭਲੱਤ ਤੋਂ ਪਰਮਿੰਦਰ ਸਿੰਘ ਢੀਂਡਸਾ ਲਹਿਰੇਗਾ ਅੱਗੇ ਤੋਂ ਹਾਰੇ ਇਹਦੇ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਜਿੰਨੀਆਂ ਲੋਕ ਸਭਾ ਦੀਆਂ ਚੋਣਾਂ ਆਖਰੀ ਦੋ ਤਿੰਨ ਲੜੀਆਂ ਉਹ ਸਾਰੀਆਂ ਹਾਰੇ ਇਹਦੇ ਨਾਲ ਨਾਲ ਸਰਜੀਤ ਸਿੰਘ ਮੱਕੜ ਵੀ ਪਿਛਲੀਆਂ ਦੋ ਚੋਣਾਂ ਹਾਰੇ ਇੱਕ ਕਪੂਰਥਲੇ ਤੋਂ ਹਾਰੇ ਤੇ ਇੱਕ ਜਲੰਧਰ ਕੈਂਟ ਤੋਂ ਹਾਰੇ ਇਹਦੇ ਨਾਲ ਜਿੰਨੇ ਵੀ ਹੋਰ ਲੀਡਰ ਨੇ ਉਹ ਅਕਾਲੀ ਦਲ ਚੋਂ ਆਏ ਆ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਆਪਣੀ ਪਿਛਲੀ ਚੋਣ ਨਹੀਂ ਸੀ ਜਿੱਤ ਸਕਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਪਿੱਛੇ ਬੰਦੇ ਨਹੀਂ ਹੈਗੇ ਯਾਨੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਲਈ ਇਹ ਬਹੁਤ ਵੱਡਾ ਸੰਕਟ ਹੈ ਜਦੋਂ ਵੱਡੇ ਬਾਦਲ ਸਾਹਿਬ ਦੁਨੀਆ 'ਚ ਨਹੀਂ ਜਦੋਂ ਵੱਡੇ ਬਾਦਲ ਸਾਹਿਬ ਦੁਨੀਆ 'ਚ ਨਹੀਂ ਤੇ ਦੁਆਬੇ ਦੇ ਵਿੱਚ ਅਜੀਤ ਸਿੰਘ ਕੋਹਾਰਡ ਜਾਂ ਸਰਵਨ ਸਿੰਘ ਫਲੋਰ ਜਿਹੜੇ ਬਹੁਤ ਪੁਰਾਣੇ ਲੀਡਰ ਸੀ ਜਿਨ੍ਹਾਂ ਨੂੰ 50 50 40 40 ਸਾਲ ਹੋ ਗਿਆ ਸੀ ਰਾਜਨੀਤੀ ਦੇ ਵਿੱਚ ਉਹ ਬੰਦੇ ਵੀ ਅਕਾਲੀ ਦਲ ਦੇ ਵਿੱਚ ਨਹੀਂ ਤਾਂ ਉਸ ਵੇਲੇ ਫਿਰ ਬੀਬੀ ਜਗੀਰਕੌਰ ਦਾ ਚਲੇ ਜਾਣਾ ਇਧਰ ਦੇ ਪਾਸਿਓ ਸਰਜੀਤ ਸਿੰਘ ਮੱਕੜ ਸਾਹਿਬ ਦਾ ਚਲੇ ਜਾਣਾ ਪਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਇਹਨਾਂ ਸਾਰੇ ਬੰਦਿਆਂ ਦਾ ਚਲੇ ਜਾਣਾ ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਇਧਰੋਂ ਉੱਠਿਆ ਨੁਕਸਾਨ ਹੋਇਆ ਤੇ ਉਹਨਾਂ ਦੇ ਨਾਲ ਜਾ ਕੇ ਬੈਠੇ ਆ ਜਿਹੜੇ ਬੰਦੇ ਇਹਨਾਂ ਦੇ ਨਾਲੋਂ ਗੱਠਜੋੜ ਤੋੜ ਕੇ ਗਏ ਉਹ ਦੋਹਰਾ ਨੁਕਸਾਨ ਹੈ ਹੂੰ ਤੇ ਜਦੋਂ ਫਿਰ ਦੋਹਰਾ ਨੁਕਸਾਨ ਆਇਆ ਦੋਹਰੇ ਨੁਕਸਾਨ ਦੀ ਪੂਰਤੀ ਬਹੁਤ ਔਖੀ ਹੋ ਜਾਂਦੀ ਹੈ ਇਹੋ ਜਿਹੇ ਖਬਰਾਂ ਜਦੋਂ ਆਉਂਦੀਆਂ ਨਾ ਤੇ ਮੇਰੇ ਖਿਆਲ ਉਦੋਂ ਜਿਹੜੇ ਬੰਦੇ ਬੀਜੇਪੀ ਦੇ ਵਿੱਚ ਬੈਠੇ ਨੇ ਜਾਂ ਜਿਨ੍ਹਾਂ ਨੇ ਆਪਾਂ ਬਿਆਨ ਸੁਣਦੇ ਉਹ ਬਿਆਨ ਥੋੜੇ ਜਿਹਾ ਹੋਰ ਸੱਚੇ ਲੱਗਦੇ ਆ ਜਿਹਦੇ ਜੋ ਕਹਿੰਦੇ ਨਾ ਹਮ ਕਿਹੜਾ ਗੱਠ ਜੋ ਸਾਡਾ ਤੇ ਨੁਕਸਾਨ ਹੀ ਬੜਾ ਹੋਇਆ ਪਹਿਲਾਂ ਐਂ ਤੇ ਕੱਲਿਆਂ ਇਲੈਕਸ਼ਨ ਲੜਦੀਆਂ ਹਨਾ ਹੁਣ ਜਦੋਂ ਉਹ ਇਦਾਂ ਗੱਲ ਕਰਦੇ ਨੇ ਤੇ ਫਿਰ ਹੌਲੀ ਹੌਲੀ ਉਹ ਜਿਹੜਾ ਕਾਫਲਾ ਉਹ ਵਾਧਾ ਜਾਂ ਕੋ ਸਮਰਥਨ ਦੇ ਰੂਪ ਚ ਵਧ ਜਵੇ ਜਾਂ ਸਿੱਧਾ ਉਹਦੇ ਵਿੱਚ ਭਰਤੀ ਹੋਣ ਦੇ ਵਧ ਜਵੇ ਉਹ ਕਹਿੰਦੇ ਬੀਜੇਪੀ ਵਾਲੇ ਵੀ ਵੀਰ ਮੇਰਾ ਕੋਈ ਫਰਕ ਨਹੀਂ ਪੈਂਦਾ ਬਸ 52 ਸੀਟਾਂ ਬਾਕੀ ਛਾਤੇ ਚੜ ਲਾਂਗੇ ਕਿ ਨਾ ਭਰੀ ਖੜਨੀਆਂ ਬਸ ਪੂਰੀ ਪਤਾ ਲੱਗੇ ਵੀ ਹਾਂ ਭਾਈ ਸਾਹਿਬ ਬਸ ਆ ਗਈ ਇੱਕ ਗੱਲ ਮੈਂ ਹੋਰ ਸੋਚਦਾ ਸੀ WhatsApp ਉਹਨਾਂ ਟਵਾਲ ਸਾਹਿਬ ਬਿਊਰਗ ਲੀਡਰ ਨੇ ਚਲੋ ਅਕਾਲੀ ਦਲ ਚ ਕਿੰਨਾ ਚਿਰ ਰਹੇ ਜਿੱਦਣ ਮੇਰਾ ਖਿਆਲ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਮਾੜੀ ਗੱਲ ਉਹਨਾਂ ਉਹ ਦਿਨ ਵੀ ਕੋਈ ਨਹੀਂ ਕਹੀ ਉਹ ਕਹਿੰਦੇ ਵੀ ਹੁਣ ਤਾਂ ਮੁੰਡੇ ਉਧਰ ਚੱਲ ਗਏ ਸੀ ਕੈਂਡੀਡੇਟ ਉਧਰੋਂ ਹੋ ਗਏ ਪਰਿਵਾਰ ਲਾਗਪਗ ਉਧਰ ਚੱਲ ਗਿਆ ਤੇ ਫਿਰ ਤਾਂ ਕਰਕੇ ਆਖਿਆ ਵੀ ਚਲੋ ਉਦੋਂ ਗੱਲ ਚੱਲਦੀ ਸੀ ਵੀ ਸ਼ਾਇਦ ਉਹ ਸ਼ਾਮਲ ਨਾ ਹੋਣ ਸਮਰਥਨ ਠੀਕ ਆ ਆਪਣੀ ਥਾਂ ਤੇ ਵੀ ਯਾਰ ਚਲੋ ਕੋਈ ਇਹ ਨਾ ਕਹੇ ਵੀ ਯਾਰ ਕੈਂਡੀਡੇਟ ਦਾ ਬਾਪੂ ਦਾ ਅਕਾਲੀ ਐ ਤੇ ਤੁਸੀਂ ਕਹੀ ਜਾਂਦੇ ਵੀ ਹਾਂ ਕੈਂਡੀਡੇਟ ਜਿਹੜਾ ਜੀ ਉਹ ਭਾਜੀਪੀ ਦਾ ਗੱਦਾਂ ਹੋ ਗਿਆ ਹੋ ਸਕਦਾ ਇਸ ਕਰਕੇ ਉਹਨਾਂ ਨੇ ਆਖਿਆ ਵੀ ਨਹੀਂ ਯਾਰ ਉਹ ਵੀ ਹੁਣ ਅਕਾਲੀ ਨਹੀਂ ਹੈਗੇ ਅਖੀਰ ਹੋ ਸਕਦਾ ਪਾਰਟੀ ਵਾਲਿਆਂ ਨੇ ਆਖਿਆ ਵੀ ਨਹੀਂ ਨਹੀਂ ਅਡਵਾਲ ਸਾਹਿਬ ਇਦਾਂ ਥੋੜਾ ਗੱਲ ਬਣਦੀ ਚੰਗੇ ਨਹੀਂ ਲੱਗੇਗਾ ਚੰਗੇ ਨਹੀਂ ਲੱਗਦਾ ਤੁਸੀਂ ਹੁਣ ਤੁਸੀਂ ਦੱਸੋ ਨਾ ਵੀ ਆਪਾਂ ਵੀ ਭਾਜੀਪੀ ਜੀਆ ਸੋ ਉਹ ਜਿਹੜੀ ਸ਼ਮੂਲੀਅਤ ਵਾਲੀ ਗੱਲ ਆ ਨਾ ਵੀ ਕੋਈ ਵੀ ਬੰਦਾ ਉਹ ਜੇ ਉਹ ਆਖੇ ਵੀ ਹਾਂ ਵੀਰ ਹੁਣ ਮੈਂ ਉਹ ਕਹਿੰਦੇ ਉਹਨਾਂ ਨਾਲ ਭਾਵੇਂ ਨਹੀਂ ਹੈ ਪਰ ਉਹ ਕਲੀਅਰ ਦਿਸਣਾ ਚਾਹੀਦਾ ਲੋਕਾਂ ਨੂੰ ਵੀ ਉਹਨਾਂ ਨਾਲ ਨਹੀਂ ਹੁਣ ਸਾਡੇ ਨਾਲ ਦੇਖੋ ਸੰਧਾਲੀਆ ਸਾਹਿਬ ਜਰਨਜੀਤ ਸਿੰਘ ạtਵਾਲ ਸਾਹਿਬ ਦੀ ਜਿਹੜੀ ਭਾਜੀਪੀ ਸ਼ਮੂਲੀਅਤ ਹੈ ਕੋਈ ਬੰਦਾ ਕੁਝ ਵੀ ਆਖੇ ਯਾਰ ਹੁਣ ਕੀ ਫਰਕ ਪੈਂਦਾ ਪਰ ਨਹੀਂ ਸਿਆਸਤ ਵਿੱਚ ਹਰ ਚੀਜ਼ ਦਾ ਫਰਕ ਪੈਂਦਾ ਹੈ ਤੁਸੀਂ ਇਹ ਦੇਖੋ ਕਿ ਐਸ ਵੇਲੇ ਉਹ ਦੌਰ ਚੱਲ ਗਿਆ ਜਦੋਂ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਦੀ ਦਲ ਬਦਲੀ ਵੀ ਮੰਤਰੀ ਪੱਧਰ ਦੇ ਲੀਡਰ ਕਰਾਉਂਦੇ ਆ ਖਾਸ ਤੌਰ ਤੇ ਜਲੰਧਰ ਲੋਕ ਸਭਾ ਕਿ ਦੀ ਜ਼ਿਮਨੀ ਚੋਣ ਚ ạtਵਾਲ ਸਾਹਿਬ ਤਾਂ ਸੁਖਨਾ ਜਲੰਧਰ ਲੋਕ ਸਭਾ ਦੀ ਚੋਣ ਲੜਟਿਆ ਕਰਤਾਰਪੁਰੋਂ ਲੜਟਿਆ ਇਸ ਕਰਕੇ ਹੁੰਦੇ ਹੀ ਆ ਬੰਦੇ ਤਾਂ ਆਪਣੇ ਸੈੱਲ ਤਾਂ ਹੁੰਦੇ ਹੀ ਆ ਜਿੱਦਾਂ ਬੀਬੀ ਜਗੀਰਕੌਰ ਦਾ ਚਰਚਾ ਆਪਾਂ ਕੀਤਾ ਸੀ ਐਸ்சிਪੀ ਦੇ ਪ੍ਰਧਾਨ ਰਹੇ ਨੇ ਐਸਪੀਸੀ ਦੋ ਵਾਰ ਗੁਰੂ ਘਰ ਦੀ ਕੋ ਕਮੇਟੀ ਕਮੇਟੀ ਦਾ ਕੋ ਮੈਂਬਰ ਕਿਸੇ ਹੋਰ ਪਾਸੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਕੋਈ ਨਾ ਕੋਈ ਤਾਂ ਨਾਲ ਸਿੱਧੇ ਤੌਰ ਦੇ ਉੱਤੇ ਜੁੜਿਆ ਹੁੰਦਾ ਹਮ ਅਟਵਾਲ ਸਾਹਿਬ ਦੋ ਵਾਰ ਸਪੀਕਰ ਰਹੇ ਪੰਜਾਬ ਵਿਧਾਨ ਸਭਾ ਦੇ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਆ ਸਾਰੇ ਦੇਸ਼ ਜਾਣਦਾ ਹੁਣਾ ਉਹਨਾਂ ਨੂੰ ਕਿਉਂਕਿ ਜਦੋਂ ਸਪੀਕਰ ਸਾਹਿਬ ਸਹਾ ਲੈਣ ਉੱਠ ਜਾਂਦੇ ਹੁੰਦੇ ਆ ਤਾਂ ਡਿਪਟੀ ਸਪੀਕਰ ਸਾਹਿਬ ਵਾਲੀ ਕੁਰਸੀ ਦੇ ਉੱਤੇ ਬੈਠਦੇ ਤੋਂ ਸਾਰੀ ਕਾਰਵਾਈ ਲਾਈਵ ਚੱਲ ਇਹਦੇ ਨਾਲ ਨਾਲ ਆਪਾਂ ਸਾਰਿਆਂ ਨੂੰ ਪਤਾ ਕਿ ਲੰਬਾ ਸਮਾਂ ਉਹ ਮੈਂਬਰ ਪਾਰਲੀਮੈਂਟ ਰਹੇ ਆ। ਇਹ ਸਾਰੀ ਪ੍ਰਕਿਰਿਆ ਇਹ ਦੱਸਦੀ ਹੈ ਕਿ ਜਦੋਂ ਬੀਜੇਪੀ ਸਿੱਖ ਚਿਹਰਿਆਂ ਦੀ ਲੋੜ ਮਹਿਸੂਸ ਕਰ ਰਹੀ ਹੈ। ਦੋ ਸਾਲ ਪਹਿਲਾਂ ਤੱਕ ਕੀ ਹਾਲਾਤ ਸਨ ਸੰਧਾਲੀਆ ਸਭ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਕੋਵਿਡ ਸੀ। ਐਨ ਲੱਗਦਾ ਸੀ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਪੁੱਛਣਾ ਕਿਹਨੇ ਆ ਬੀਜੇਪੀ ਦੇ ਕੋਲੇ ਸਿੱਖ ਚਿਹਰਾ ਕੌਣ ਹੈ ਖਾਸ ਤੌਰ ਤੇ ਉੱਤੇ ਜਦੋਂ ਅਕਾਲੀ ਦਲ ਬਾਦਲ ਦੇ ਨਾਲ ਉਹ ਗੱਠਚੋੜੀ ਟੁੱਟ ਗਿਆ ਕਿ ਹੁਣ ਬੀਜੇਪੀ ਜਾਊ ਕਿੱਧਰ? ਬੀਜੇਪੀ ਜਾਊ ਕਿੱਧਰ? ਬੀਜੇਪੀ ਕੋ ਕੈਪਟਨ ਸਾਹਿਬ ਬੀਜਪੀ ਕੋ ਚਰਨਜੀਤ ਸਿੰਘ ਅਟਵਾਲ ਸਾਹਿਬ ਬੀਜਪੀ ਕੋ ਇੰਦਰ ਇਕਵਾਲ ਸਿੰਘ ਅਟਵਾਲ ਸਾਹਿਬ ਬੀਜਪੀ ਦੇ ਕੋਲ ਸਰਬਜੀਤ ਸਿੰਘ ਮੱਕੜ ਸਾਹਿਬ ਬੀਜਪੀ ਦੇ ਕੋਲ ਕਈ ਵਾਰ ਦੀ ਐਸਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਭਾਵੇਂ ਬਾਹਰ ਹੋਈ ਨੇ ਨਾਲ ਫਿਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਫਿਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਫਿਰ ਗੁਰਪ੍ਰੀਤ ਸਿੰਘ ਕਾਂਗੜ ਹੋਰੀ ਫਿਰ ਰਾਣਾ ਸੋਢੀ ਹੋਰੀ ਫਿਰ ਮਨਪ੍ਰੀਤ ਸਿੰਘ ਬਾਦਲ ਹੋਰੀ ਜਣੀ ਬੈਂਸਪਰਾ ਬੈਂਸਪਰਾ ਜਿਹੜੀ ਪੂਰੀ ਕਤਾਰ ਵੱਜਦੀ ਹੈ ਜਣੀ ਹੋ ਸਕਦਾ ਹੈ ਕਿ ਜਿਹੜੇ ਬੀਜਪੀ ਦੇ ਆਪਣੇ ਪੁਰਾਣੇ ਪੰਜਾਬ ਦੇ ਲੀਡਰ ਹੈ ਉਹ ਕਈ ਵਾਰੀ ਫੋਟੋ ਖੇਦੇ ਨੇ ਪੰਜ ਜਣੇ ਦੀ ਫੋਟੋ ਤੇ ਮੇਰੇ ਵਰਗਾ ਹੀ ਤਾਂ ਦੋਹਾਂ ਸਰਾਂ ਦੇ ਵਿੱਚ ਦੀਆਂ ਟੇਡਾ ਕਰਕੇ ਸਿਰ ਕੱਢਣਾ ਹੁੰਦਾ ਜਣੀ ਮੈਂ ਨਹੀਂ ਕਹਿਣਾ ਇਦਾਂ ਆ ਮੈਂ ਵੈਸੇ ਦੱਸ ਰਿਹਾ ਨਹੀਂ ਨਹੀਂ ਹੈ ਤੇ ਇਦਾਂ ਹੀ ਖੈਰ ਤੁਸੀਂ ਦੱਸੋ ਚਾਹੇ ਨਾ ਦੱਸੋ ਕਿਉਂਕਿ ਵਿੱਚ ਵਿੱਚ ਉਹਨਾਂ ਦੇ ਇਹ ਕਦੀ ਕਦੀ ਬਿਆਨ ਆਉਂਦੇ ਹੁੰਦੇ ਨੇ ਨਾ ਵੀ ਹਾਂ ਜੀ ਪੁਰਾਣੇ ਜਿਹੜੇ ਮਤਲਬ ਲੀਡਰਸ ਸੀਗੇ ਬੀਜੇਪੀ ਦੇ ਨਾਲ ਜੁੜੇ ਉਹ ਜਿਨ੍ਹਾਂ ਨੇ ਦਹਾਕਿਆਂ ਵੱਧੀ ਕੰਮ ਕੀਤਾ ਉਹ ਹੁਣ ਥੋੜਾ ਜਿਹਾ ਆਪਣੇ ਆਪ ਨੂੰ ਇਗਨੋਰਡ ਮਹਿਸੂਸ ਕਰ ਰਹੇ ਨੇ ਚਲੋ ਮੈਂ ਆ ਜਿਹੜਾ ਤੁਸੀਂ ਮਗਰ ਈਡੀ ਲਾ ਦਿੰਨੇ ਆ ਨਾ ਨਹੀਂ ਮੈਨੂੰ ਚੇਚਾ ਨਹੀਂ ਨਹੀਂ ਤੁਸੀਂ ਆ ਜਿਹੜੇ ਉਹ ਕਹਿੰਦੇ ਜਦੋਂ ਕਹਿਣਾ ਹੋਵੇ ਇਗਨੋਰ ਫਿਰ ਕਹਣਾ ਇਗਨੋਰਡ ਈਡੀ ਹਾਂ ਤਾਂ ਉਹ ਕੈਪਟਲ ਆ ਮੈਂ ਮੇਰੇ ਜੀ ਦੋ ਪੈਨ ਰੱਖੇ ਨੇ ਇੱਕ ਲਾਲ ਇੱਕ ਨੀਲਾ ਮਾੜਾ ਇੱਕ ਪਿੱਛੇ ਕੀ ਕਹਿੰਦੇ ਸ਼ਾਰਪ ਇੱਕ ਸ਼ਬਦ ਵਰਤੇ ਸੀ ਫਿਰ ਇੱਕ ਕਰਕ ਸਵਰਤ ਮੈਂ ਜਾ ਕੇ ਕਾਪੀ ਤੇ ਨੋਟ ਕਰ ਲੈਣਾ ਇਹ ਬਹੁਤ ਚੰਗੀ ਗੱਲ ਆ ਆਪਾਂ ਦੋਆ ਵੀਰਾਂ ਨੇ ਅੰਗਰੇਜ਼ ਬਣ ਜਾਵਾਂਗੇ ਜੇ ਫਿਰ ਤੁਸੀਂ ਗੋਂਗੇ ਨਹੀਂ ਤਾਂ ਅੰਗਰੇਜ਼ੀ ਬੋਲ ਸਕਦੇ ਹੋ ਆਪਾਂ ਖੋਲਣਾ ਅੱਛਾ ਸੰਧਾੜੀਆ ਸਾਹਿਬ ਇਦੇ ਤੋਂ ਪਹਿਲਾਂ ਕਿ ਸਾਰਾ ਕੁਝ ਉਧਰਲੇ ਪਾਸੇ ਨਹੀਂ ਜਾ ਰਿਹਾ ਹੋਰ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਗਮਦਨ ਗਰੇਵਾਲ ਸਾਹਿਬ ਦੀ ਗੱਲ ਕਰ ਰਹੇ ਨੇ ਉਧਰਲੇ ਪਾਸੇ ਮੈਂ ਕਿਹਾ ਵੀ ਉਹ ਵੀ ਉਹਨਾਂ ਨੇ ਵੀ ਹੁਣ ਇੱਕ ਕਹਿੰਦੇ ਸ਼ੀਸ਼ਾ ਰੱਖਿਆ ਕਿ ਉਹ ਸ਼ੀਸ਼ੇ 'ਚ ਬੰਦੇ ਨੂੰ ਦੇਖ ਕੇ ਉਹ ਹਿਸਾਬ ਲਾ ਲੈਂਦੇ ਬੰਦਾ ਬਹੁਤ ਅੱਛਾ ਹੈ ਬਿਹਤਰ ਵਧੀਆ ਆ ਜਾਓ ਵਸਤੂਈ ਦਰਵਾਜ਼ਾ ਅੱਗੇ ਕਹਿੰਦੇ ਜੀ ਇੱਕ ਦਰਵਾਜ਼ਾ ਖੁੱਲਾ ਪਹਿਲਾਂ ਨੌਕ ਕਰਦੇ ਹੁੰਦੇ ਸੀ ਆਮ ਆਦਮੀ ਪਾਰਟੀ ਦੇਖਦੇ ਅੱਛਾ ਬੰਦਾ ਆ ਸਕਦਾ ਫਿਰ ਕਹਿੰਦੇ ਜੀ ਉਹਨਾਂ ਨੇ ਕਹਿੰਦੇ ਇੱਕ ਪਾਸਾ ਖੁੱਲਾ ਹੀ ਰੱਖ ਦਿਓ ਆ ਜਾਣ ਦਿਓ ਫਿਰ ਕਹਿੰਦੇ ਹੁਣ ਕਹਿੰਦੇ ਚਗਾਠ ਵੀ ਪਟ ਦਿਓ ਯਾਰ ਅਗਲੇ ਨੂੰ ਕੋਈ ਸੰਸਾਈ ਨਾ ਰਹੇ ਅਗਲਾ ਕੁੰਡਾ ਖੜਕਾਉਣ ਚਾਹੀਏ ਨਾ ਜਦ ਤੱਕ ਬੰਦੇ ਨੂੰ ਕੋਹਰ ਲੈ ਜਾਏ ਚੰਦਨ ਗਰੇਵਾਲ ਸਾਹਿਬ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਚੰਦਨ ਗਰੇਵਾਲ ਸਾਹਿਬ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਦੇ ਲਈ ਉਹਨਾਂ ਦੇ ਘਰ ਤੱਕ ਗਏ ਚਲੋ ਉਹ ਵੀ ਬੜੇ ਖੁਸ਼ ਹੋ ਰਹੇ ਹੋ ਹੋ ਕਹਿੰਦੇ ਘਰ ਵਾਪਸੀ ਹੋਈ ਹੈ ਹੁਣ ਸੰਧਾਲੀਆ ਸਭ ਚਲੋ ਅਸੀਂ ਤਾਂ ਕਹਿੰਨੇ ਆ ਕਿ ਭਾਈ ਸੰਵਿਧਾਨਕ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਸਾਰਾ ਕੁਝ ਹੀ ਠੀਕ ਹੈ ਪਰ ਕਈ ਚੀਜ਼ਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਨੇ ਮੈਂ ਤੁਹਾਡੇ ਨਾਲ ਹੀ ਕਿਉਂਕਿ ਤੁਸੀਂ ਲੀਡਰ ਬੰਦੇ ਮੈਂ ਆਮ ਬੰਦਾ ਆਮ ਬੰਦੇ ਨੂੰ ਸਾਨੂੰ ਪਤਾ ਕੀ ਹੁੰਦਾ ਉਹ ਯਾਰ ਅਸੀਂ ਪਾਰਟੀ ਨਾਲ ਖੜੇ ਆ ਕਈ ਵਾਰੀ ਹੁੰਦਾ ਯਾਰ ਤੁਸੀਂ ਇਹ ਝੰਡਾ ਲਾਇਆ ਸਰਕਾਰ ਉਹਨਾਂ ਦੀ ਆ ਤੁਸੀਂ ਇਹ ਝੰਡਾ ਲਾ ਦਿਓ ਇਦਾਂ ਉਹ ਯਾਰ ਗੱਲ ਇਹ ਆ ਵੀ ਇਹ ਝੰਡਾ ਤਾਂ ਲੱਗਾ ਹੀ ਰਹਿਣਾ ਆ ਚਾਹੇ ਕੋਈ ਹੈ ਪਾਰਟੀਆਂ ਖੜੇ ਸਾਡੇ ਬਜ਼ੁਰਗ ਪਾਰਟੀ ਨਾਲ ਹੁੰਦੇ ਸੀਗੇ ਇਦਾਂ ਥੋੜੀ ਆ ਵੀ ਅੱਜ ਉਹਨੋਂ ਪਾਰਟੀ ਬਾਹਰ ਆ ਜਾਂ ਪਾਰਟੀ ਦੇ ਬਾਹਰ ਹੰਦੇ ਜਾਂਦਾ ਆਪਾਂ ਪਾਰਟੀ ਨਾਲ ਪਾਈ ਜੋ ਮਰਜ਼ੀ ਹੋ ਜਾ ਲੜਾਈਆਂ ਪੜਾਈਆਂ ਵੀ ਕੁਝ ਪਰ ਮੈਂ ਦੇਖਿਆ ਕਿ ਤੁਸੀਂ ਜਿੱਡੀ ਤਿਲਕਣਵਾਜ਼ੀ ਕਰਦੇ ਹੋ ਨਾ ਕਬੱਡੀ ਦੇ ਵਿੱਚ ਕਈ ਖਿਡਾਰੀ ਹੁੰਦੇ ਆ ਜਿਹੜੇ ਸਰੀਰੋਂ ਹਲਕੇ ਹੁੰਦੇ ਪਰ ਝੁੱਕੀ ਬੜੀ ਦਿੰਦੇ ਆ ਹੂੰ ਹੁਣ ਚੰਦਨ ਕਰੇਵਾਲ ਸਾਹਿਬ ਪਹਿਲੀ ਗੱਲ ਐ ਕਿ ਉਹਨਾਂ ਦੇ ਪਿੱਛੇ ਬੰਦੇ ਹੈਗੇ ਆ ਮੈਂ ਇਹ ਗੱਲ ਸਾਫ਼ ਕਹਿਣਾ ਬੰਦੇ ਹੈਗੇ ਕਰਕੇ ਹਰ ਇੱਕ ਸਿਆਸੀ ਪਾਰਟੀ ਚਾਹੁੰਦੀ ਸਾਡੇ ਵਾਲੇ ਪਾਸੇ ਆ ਜਾਓ ਸਫਾਈ ਕਰਮਚਾਰੀ ਜਿਹੜੇ ਨਗਰ ਨਿਗਮ ਜਲੰਧਰ ਦੇ ਉਹਨਾਂ ਦੇ ਉਹ ਲੀਡਰ ਨੇ ਹੋਰ ਵੀ ਜਿਹੜੇ ਕਰਮਚਾਰੀ ਆ ਵੱਖ-ਵੱਖ ਵਰਗਾਂ ਦੇ ਉਹਨਾਂ ਦੇ ਵੀ ਉਹ ਲੀਡਰ ਨੇ ਕਮ ਜਲੰਧਰ ਦੇ ਵਿੱਚ ਕਰਦੇ ਆ ਪਰ 2017 ਦੀ ਵਿਧਾਨ ਸਭਾ ਚੋਣ ਵੇਲੇ ਜਦੋਂ ਸੋਸ਼ਲ ਮੀਡੀਆ ਤੇ ਐ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਣੀ ਐ ਵੋਟਾਂ ਫਾਰਮੈਲਿਟੀ ਨੇ ਬਸ ਹਮ ਪਰ ਬਾਅਦ ਚ ਪਤਾ ਲੱਗਾ ਕਿ ਸੋਸ਼ਲ ਮੀਡੀਆ ਤੇ ਹੀ ਸਰਕਾਰ ਸੀਗੀ ਥੱਲੇ ਕੋ ਹੋਰ ਬਣਾ ਗਿਆ ਉਦੋਂ ਚੰਦਨ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਨੂੰ ਕਰਤਾਰਪੁਰ ਉਹ ਬੰਦਾ ਚਾਹੀਦਾ ਸੀ ਚੰਦਨ ਗਰੇਵਾਲ ਸਾਹਿਬ ਨੂੰ ਟਿਕਟ ਚਾਹੀਦੀ ਸੀ ਉਹ ਕਹਿੰਦੇ ਕਰਤਾਰਪੁਰ ਖਾਲੀ ਐ ਇਹ ਕਹਿੰਦੇ ਆ ਜੰਨੇ ਆ ਚਲੋ ਆ ਗਏ ਇਹਨਾਂ ਨੂੰ ਕੁੱਲ ਪੋਲ ਹੋਈਆਂ ਵੋਟਾਂ ਦੇ ਵਿੱਚੋਂ 29000 ਵੋਟ ਪਈ ਕੁੱਲ ਪੂਰ ਹੋਈਆਂ ਵੋਟਾਂ ਦਾ 23% ਤੀਸਰੇ ਨੰਬਰ ਤੇ ਆਏ। ਚਲੋ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਤੋਂ ਬਾਅਦ ਕੋਈ ਗੱਲ ਨਹੀਂ ਹੋ ਜਾਂਦਾ ਤੀਸਰੇ ਤੇ ਆ ਗਿਆ 29000 ਵੋਟਾਂ ਥੋੜੀਆਂ। ਮਹੀਨੇ ਥੋੜੇ ਕੱਢੇ ਐਵੇਂ ਯਾਨੀ ਸਾਲ ਨਹੀਂ ਕੱਢ ਹੋਇਆ ਪੂਰਾ। ਹੂੰ। ਇਹ ਫਿਰ ਆਮ ਆਦਮੀ ਪਾਰਟੀ ਨੇ ਸ਼ਰਤੀ ਕਹਿੰਦੇ ਨਹੀਂ ਝਾੜੂ ਠੀਕ ਤਰੀਕੇ ਚੱਲਿਆ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਖੁਦ ਜਿਹੜੇ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਦੀ ਸ਼ਮੂਲੀਅਤ ਕਰਾਈ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਫਿਰ ਗੱਠਜੋੜ ਟੁੱਟ ਗਿਆ ਸ਼ਹਿਰ ਦੀਆਂ ਤਿੰਨ ਸੀਟਾਂ ਭਾਜਪਾ ਲੜਦੀ ਸੀ ਉੱਥੇ ਬੰਦਿਆਂ ਤੇ ਵਰਕਰਾਂ ਤੇ ਲੀਡਰਾਂ ਦੀ ਲੋੜ ਸੀ ਤੇ ਇਹਨਾਂ ਨੂੰ ਪਾਰਟੀ ਦੀ ਲੋੜ ਸੀ ਕਿਉਂਕਿ ਆਮ ਆਦਮੀ ਪਾਰਟੀ ਛੱਡਿਆ ਸੀ ਫਿਰ ਜੀ ਆ 2022 ਦੀ ਜਿਹੜੀ ਪਿਛਲੀ ਚੋਣ ਹੈ ਚੰਦਨ ਗਰੇਵਾਲ ਸਾਹਿਬ ਨੂੰ ਜਲੰਧਰ ਸੈਂਟਰਲ ਤੋਂ ਟਿਕਟ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਤੁਸੀਂ ਇਹ ਦੇਖੋ ਕਿ ਗਰੇਵਾਲ ਸਾਹਿਬ 5 ਸਾਲਾਂ ਚ ਪਾਰਟੀ ਵੀ ਬਦਲ ਗਿਆ ਤੇ ਹਲਕਾ ਵੀ ਬਦਲ ਗਿਆ ਹੈ ਕਈ ਵਾਰੀ ਹੁੰਦੀ ਹੈ ਨਾ ਵਿਦ ਪੋਸਟ ਟ੍ਰਾਂਸਫਰ ਹੁੰਦੇ ਚਲੋ ਉਹਨਾਂ ਕੋਲ 10000 ਵੋਟਾਂ ਪਈਆਂ ਉਹਨਾਂ ਨੂੰ ਹਮ ਉਹ 10 ਫੀਸਤੀ ਬਣੀਆਂ ਹਲਕੇ ਦੀਆਂ ਹੁਣ ਆ ਮਹੀਨੇ 13 14 ਹੋਏ ਹੈ ਜੇ ਵਿਧਾਨ ਸਭਾ ਦੀਆਂ ਚੋਣਾਂ ਹੋਏ ਨੂੰ ਅਜੇ ਥੋੜੇ ਦਿਨ ਪਹਿਲਾਂ ਤੱਕ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਦਮ ਚ ਦਮ ਪਰਦੇ ਸੀ ਤੇ ਹੁਣ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਚ ਵਾਪਸੀ ਹੋ ਗਈ ਹੈ ਹੁਣ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਨੇ ਪਿਛਲਾ ਸਾਬਕਾ ਤਾਬ ਜਿਹੜਾ ਜਲੰਧਰ ਸੈਂਟਰਲ ਦੀ ਇਲੈਕਸ਼ਨ ਲੜਦੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਾਬਤ ਜੋ ਕੁਝ ਆਖਿਆ ਹੈ ਕਿ ਉਹਦੇ ਬਾਬਤ ਕੀ ਹੈ ਪਰ ਜਲੰਧਰ ਦੇ 4 ਹਲਕਿਆਂ ਦੇ ਵਿੱਚੋਂ ਅਤੇ 3-4 ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਰਲ ਆਇਆ। ਉਹ ਕਿਹੜਾ ਛੜਕਾ ਕਰ ਦਿੰਦੇ ਆ ਜਿਹਦੇ ਨਾਲ ਸਾਰਾ ਕੁਝ ਸਾਫ਼ ਸੁਥਰਾ ਹੋ ਜਾਂਦਾ ਮੇਰੀ ਸਮਝੋਂ ਬਾਹਰ ਹੈ। ਨਹੀਂ ਛੜਕਾ ਤੇ ਮੈਨੂੰ ਲੱਗਦਾ ਵੀ ਕਿਉਂਕਿ ਦੋਵੇਂ ਪਾਰਟੀਆਂ ਜਿਹੜੀਆਂ ਉਹ ਪਹਿਲਾਂ ਦਿੱਲੀ ਵਾਲੇ ਪਾਸਿਓਂ ਚਲੀਆਂ ਨੈਸ਼ਨਲ ਪਾਰਟੀਆਂ ਨੇ। ਉਹ ਮੈਨੂੰ ਲੱਗਦਾ ਵੀ ਜਿੱਦਾਂ ਇਹ ਨਹੀਂ ਹੁੰਦਾ ਵੇ ਕਿਸੇ ਥਾਂ ਦੇ ਉੱਪਰ ਕਹਿੰਦਾ ਯਾਰ ਹੁਣ ਨੇ ਕਲੋਨੀ ਡਿਵੈਲਪ ਹੋ ਗਈ ਇੱਥੇ ਨਾ ਹੁਣ ਕਾਰੋਬਾਰ ਖੁੱਲਣ ਲੱਗ ਪਏ ਆ। ਉਹ ਕਹਿੰਦਾ ਯਾਰ ਉਹ ਠੀਕ ਆ ਪਰ ਨੇ ਵੱਡੀ ਫਰੈਂਚਾਈਜ਼ ਨਹੀਂ ਕੋਈ ਖੁੱਲਣੀ ਇਹ ਵੀ ਨੋਟ ਕਰੋ ਵਰਡ ਅ ਉਹ ਕਹਿੰਦਾ ਨਹੀਂ ਨਹੀਂ ਉਹ ਇੱਥੇ ਯਾਰ ਉਹ ਛੋਟੀਆਂ ਦੁਕਾਨਾਂ ਹੁੰਦੀਆਂ ਵੀ ਆ ਆ ਸ਼ਰਮੇ ਹੋਣਾ ਦਾ ਕੱਪੜੇ ਵਾਲਾ ਆ ਲਾਗੇ ਇੱਕ ਮਲ ਪੰਜਰਾ ਵਾਲਾ ਉਦੋਂ ਆ ਅਗਲੇ ਪਾਸੇ ਇਹ ਕਹਿੰਦਾ ਇਹ ਕਦੇ ਕਹਿੰਦਾ ਜੀ ਉਹ ਸਵੇਰੇ ਅਖਬਾਰ ਦਾ ਸਟਾਲ ਸਟੂ ਲਾ ਲਿੰਦੇ ਆ ਮੁੜ ਕੇ ਥੋੜਾ ਬਹੁਤ ਕਿਤਾਬਾਂ ਰੱਖੀਆਂ ਨੇ ਉਹ ਨਿੱਕੀਆਂ ਦੁਕਾਨਾਂ ਇੱਥੇ ਵੱਡਾ ਕੁਝ ਨਹੀਂ ਖੁੱਲਣਾ ਉਹ ਫਿਰ ਜਦੋਂ ਆਉਂਦੇ ਆ ਉਹ ਕਹਿੰਦੇ ਵੀ ਯਾਰ ਉਹ ਚੱਕਰ ਹੀ ਚੱਲਦਾ ਵੀ ਪਿਛਲਾ ਨਾ ਜਿਹੜਾ ਦੁਕਾਨਾਂ ਦੇ ਪਿੱਛੇ ਗੜਾਉਨ ਆ ਉਹ ਲੈ ਲਿਆ ਕਿਸੇ ਨੇ ਹੈਨਾ ਫਿਰ ਹੌਲੀ ਹੌਲੀ ਇੱਕ ਦੁਕਾਨ ਢੈਂਦੀ ਆ ਫਿਰ ਉਹ ਤੋਂ ਅਗਲੀ ਢੈਂਦੀ ਫਿਰ ਉਹ ਤੋਂ ਅਗਲੀ ਢੈਂਦੀ ਉਹ ਜਿੱਥੇ ਤਿੰਨ ਚਾਰ ਦੁਕਾਨਾਂ ਹੁੰਦੀਆਂ ਫਿਰ ਉਨਾਂ ਕਥਾ ਪਧਰਾ ਕਰਕੇ ਨਾ ਉਥੇ ਪਾਰਕਿੰਗ ਬਣ ਜਾਂਦੀ ਜਿਹੜਾ ਪਿਛਲਾ ਗੜਾ ਉਹਨੂੰ ਹੁੰਦਾ ਉਹ ਸ਼ੋਰੂਮ ਬਣ ਜਾਂਦਾ ਹੈ ਹਨਾ ਉਹ ਚੀਜ਼ ਮੈਨੂੰ ਲੱਗਦਾ ਵੀ ਹੌਲੀ ਹੌਲੀ ਹੋ ਰਹੀ ਉਦੋਂ ਫਿਰ ਕੋਈ ਨਹੀਂ ਪੁੱਛਦਾ ਵੀ ਹਾਂ ਵੀਰੇ ਉਹ ਤੇ ਕਦੀ ਵੀ ਨਹੀਂ ਸੀ ਹੋਇਆ ਲੋਕ ਫਿਰ ਪੈਂਚਰ ਕਿੱਥੋਂ ਲਵਾਇਆ ਕਰਨਗੇ ਸ਼ੋਰੂਮ ਚ ਪਕੌੜੇ ਥੋੜਾ ਖਾਈ ਆਇਆ ਕਰਨਗੇ ਉਹ ਕਹਿੰਦੇ ਪੈਂਚਰ ਲਾਉਣਾ ਤੇ ਸ਼ਹਿਰੋਂ ਬਾਹਰ ਬਾਈਪਾਸ ਤੇ ਦੁਕਾਨਾਂ ਇੱਥੇ ਉਹ ਕੁਝ ਨਹੀਂ ਹੈਗਾ ਉਹ ਚੀਜ਼ ਹੁਣ ਇੱਧਰ ਵੀ ਚੱਲਣ ਲੱਗ ਪਈ ਵੈਸੇ ਚੰਦਰ ਗਰੇਵਾਲ ਸਾਹਿਬ ਜਿਨੂੰ ਤੁਸੀਂ ਗੱਲ ਕਰਦੇ ਹੋ ਮੈਨੂੰ ਮੇਰੇ ਖਿਆਲ ਦੇ ਦੇ ਵੀ ਕਿ ਦੇ ਅਖਬਾਰਾਂ ਦੀਆਂ ਕਟਿੰਗਸ ਜਾਂ ਕਿ ਦੇ ਵੀਡੀਓਜ਼ ਪਈਆਂ ਹੁਣ ਸੋਸ਼ਲ ਮੀਡੀਆ ਤੇ ਉਦੋਂ ਸਰਦਾਰ ਸੁਖਵੀਰ ਸਿੰਘ ਖਵਾਲਸਾਹਬ ਨੇ ਮੇਰੇ ਖਿਆਲ 2-4 ਥਾਵਾਂ ਤੇ ਜਾ ਕੇ ਇਹ ਗੱਲ ਕਹੀ ਉਹ ਆਪਣੇ ਹੀ ਬੰਦੇ ਸੀ ਜਿਹੜੇ ਗਏ ਗਏ ਸੀ ਉਧਰ ਇਹਨਾਂ ਕੋਲ ਤੇ ਕੈਂਡੀਡੇਟ ਵੀ ਐ ਨਹੀਂ ਸੀ ਹਨਾ ਬੜਾ ਪੰਜਾਬ ਦੇ ਲੋਕ ਹਰਾਨ ਹੋਏ ਵੀ ਯਾਰ ਕਮਾਲ ਹੋ ਗਈ ਵੀ ਜਿੰਨੇ ਕਈ ਬੰਦੇ ਨੇ ਉਹ ਤੋਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਲੜੀ ਸੀ ਬਾਅਦ ਚ ਮੇਰੇ ਖਿਆਲ ਚੰਦ ਦਿਨਾਂ ਦੇ ਵਿੱਚ ਵਿੱਚ ਹੀ ਮੁੜ ਕੇ ਬਾਅਦ ਦੇ ਵਿੱਚ ਵਾਪਸ ਅਕਾਲੀ ਦਲ ਚਲ ਗਏ ਦੋ ਤਿੰਨ ਜਲੰਧਰ ਜ਼ਿਲ੍ਹੇ ਚ ਸੀ ਆ ਮੈਂ ਅੱਜ ਉਹ ਉਹਨਾਂ ਦੀ ਵਾਪਸੀ ਹੋਈ ਨਹੀਂ ਉਧਰੋਂ ਮੈਂ ਤੇ ਮੈਨੂੰ ਇਹ ਲੱਗਦਾ ਕਿ ਵੀ ਇਹ ਦੇਖੋ ਜੇ ਇਹੋ ਕੁਝ ਚੱਲਦਾ ਰਹਿਣਾ ਕਿਉਂਕਿ ਹਰੇਕ ਬੰਦੇ ਦੀ ਆਪੋ ਆਪਣੀ ਗੱਲ ਹੁੰਦੀ ਨਾ ਵੀ ਤਮੰਨਾ ਹੁੰਦੀ ਕਿ ਉਹਨੂੰ ਲੱਗਦਾ ਹੁੰਦਾ ਵੀ ਯਾਰ ਹੁਣ ਪੈਸੇ ਚਾਰ ਹੈਗੇ ਕਿਸ ਨੂੰ ਹੁੰਦਾ ਵੀ ਯਾਰ ਬੰਦੇ ਚਾਰ ਹੈਗੇ ਹੁਣ ਅਗਲੀ ਤਮਾ ਤਮੰਨਾ ਹੁੰਦੀ ਵੀ ਯਾਰ ਆਪਾਂ ਨੂੰ ਕੋਈ ਲੀਡਰ ਆਖੇਕਰਾਂ ਪਤਾ ਲੱਗੇ ਉਹ ਹਰੇਕ ਦੀ ਠੀਕ ਆਪੋ ਆਪਣੀ ਥਾਂ ਦੇ ਉੱਪਰ ਸੈਟ ਅਪ ਪਰ ਮੈਂ ਨਾ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇੰਨਾ ਜ਼ਰੂਰ ਹਸਾਬਤਾ ਬਲਾਉਣ ਬੀਜੇਪੀ ਵਾਲੇ ਵੀ ਲਾਉਣ ਤੇ ਆਮ ਆਦਮੀ ਪਾਰਟੀ ਵਾਲੇ ਵੀ ਲਾਉਣ ਕਿਉਂਕਿ ਆਮ ਆਦਮੀ ਪਾਰਟੀ ਦੇ ਮੇਰੇ ਖਿਆਲ ਨਾਲ ਪਿਛਲੇ ਦਿਨਾਂ ਦੇ ਜਿੰਨੇ ਕੁ ਰਿਕਾਰਡ ਬੋਲਣ ਨੇ ਤੇ ਜਿਹੜੇ ਬੰਦਿਆਂ ਦਾ ਕਰਕੇ ਬੋਲਣ ਨੇ ਉਹ ਬਾਹਰੋਂ ਹੀ ਆਏ ਸੀ ਇਹਨਾਂ ਦਾ ਆਪਣਾ ਤਾਂ ਇਹਦਾ ਕੋਈ ਲੱਭਾ ਨਹੀਂ ਲੱਦਾ ਹੋ ਜਾ। ਚਲੋ ਹੈਨਾ ਸੰਧਾਲੀਆ ਸਾਹਿਬ ਬਹੁਤਾ ਬਰੀਕੀ ਜਾਂ ਜਾਣ ਦੀ ਲੋੜ ਨਹੀਂ। ਮੈਂ ਵੈਸੇ ਇਨੀ ਕੁ ਬੇਨਤੀ ਜਿਹੜੀ ਹੈ ਉਹ ਜ਼ਰੂਰ ਕਰਦੇ ਹਾਂ ਕਿ ਕੋਈ ਗੱਲ ਨਹੀਂ ਸਾਰਾ ਕੁਝ ਹੁੰਦਾ ਜਿ ਇੱਕ ਪੱਤਰਕਾਰ ਸਾਹਿਬ ਨੇ ਪੁੱਛ ਲਿਆ ਸੀ ਚੰਦਨ ਗਰੇਵਾਲ ਸਾਹਿਬ ਨੂੰ ਕਿ ਦੇਖੋ ਜੀ ਹੁਣ ਜਦੋਂ ਅਕਾਲੀ ਦਲ ਦੇ ਉੱਤੇ ਥੋੜਾ ਜਿਹਾ ਔਖਾ ਸਮਾਂ ਆ ਤੁਸੀਂ ਪਾਰਟੀ ਛੱਡ ਗਏ ਉਹ ਕਹਿੰਦੇ ਜਦੋਂ ਮੈਂ ਆਮ ਆਦਮੀ ਪਾਰਟੀ ਛੱਡੀ ਉਹਨਾਂ ਤੇ ਸੌਖਾ ਸੀ ਉਹਨਾਂ ਦੇ ਵੀ ਕਹਿੰਦੇ ਔਖਾ ਸੀ ਉਹ ਕਹਿੰਦੇ ਬਾਕੀ ਦੇਖੋ ਮੇਰੇ ਸਾਰੇ ਆਪਣੇ ਹੀ ਆ ਇਹ ਹਾਂ ਮੈਂ ਕੁਝ ਆਪਣਾ ਕਹਿੰਦੇ ਕੰਮ ਲਿਆ ਕਦੀ ਕਿਸੇ ਪਾਰਟੀ ਤੋਂ ਆਪਣੇ ਬੰਦਿਆਂ ਦਾ ਆਪਣੇ ਵਰਕਰਾਂ ਦਾ ਆਪਣੇ ਜਿਹੜੇ ਸਾਥੀ ਨੇ ਮਜ਼ਦੂਰ ਨੇ ਕਰਮਚਾਰੀ ਨੇ ਮੈਂ ਕਹਿੰਦੇ ਉਹਨਾਂ ਦੇ ਕੰਮ ਲਈ ਨਾ ਗਲਤ ਤਾਂ ਕੋਈ ਨਹੀਂ ਹੁੰਦੀ ਵੇਖੋ ਲੌਜੀਕਲੀ ਤਾਂ ਠੀਕ ਹੈ ਕਿਉਂਕਿ ਜੇ ਲੀਡਰਾਂ ਦਾ ਕੰਮ ਤੇ ਇਹ ਹੁੰਦਾ ਨਾ ਵੀ ਅਗਲਾ ਕਹਿੰਦਾ ਵੀ ਯਾਰ ਮਤਲਬ ਜੇ ਹੁਣ ਆਪਣੇ ਕੰਮ ਉਦਾਂ ਹੋਣੇ ਦੀ ਫੇ ਉਦਾਂ ਕਰ ਲਓ ਉਹਨਾਂ ਨੂੰ ਪਤਾ ਵੀ ਜੇ 27 ਦਾ ਕਿ ਇਹਨਾਂ ਦੀ ਸਰਕਾਰ ਰਹਿਣੀ ਹੈ ਤੇ ਮੈਂ ਦੂਜੇ ਪਾਸੇ ਵਿਰੋਧੀ ਧਿਰ 'ਚ ਬੈਠਾ ਰਵਾਂ ਕੀ ਲੋੜ ਪਈ ਹੈ 112 ਕਰੋੜ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ ਜੀ ਅੱਛਾ ਜੀ ਠੀਕ ਨਹੀਂ ਤੇ ਹੈ ਵੀ ਨਹੀਂ ਨਹੀਂ ਤੁਸੀਂ ਜਿਹੜੀ ਮੈਨੂੰ ਮੈਨੂੰ ਘਟ ਦੱਸੀ ਏਦੋਂ ਮੈਂ ਉਹੀ ਕਹਿ ਰਿਹਾ ਨਹੀਂ ਠੇਕੇਦਾਰ 12 112 ਕਰੋੜ ਅੱਛਾ ਇਹ ਠੇਕੇਦਾਰ ਗੁਰਿੰਦਰ ਸਿੰਘ ਸਿੰਚਾਈ ਵਿਭਾਗ ਦਾ ਜਿਹੜਾ ਘਟਾਲਾ ਹੈ ਉਹਦੇ ਵਿੱਚ ਬੜਾ ਸਿਆਸੀ ਤੌਰ ਦੇ ਉੱਤੇ ਰੌਲੇ ਰੱਪੇ ਪਏ ਫਿਰ ਕਾਨੂੰਨੀ ਤੌਰ ਦੇ ਉੱਤੇ ਰੌਲੇ ਰੱਪੇ ਪਏ ਫਿਰ ਇੱਕ ਵਾਰੀ ਉਹਨਾਂ ਨੂੰ ਫੜਨ ਲੱਪੇ ਸੀ ਅਜੇ ਫੜਨੀ ਸੀ ਹੋਏ ਕਈ ਸਾਲ ਪੁਰਾਣੀ ਗੱਲ ਹੈ ਕਹਿੰਦੇ ਜੇ ਉਧਰ ਪੁਲਿਸ ਲੱਭਦੀ ਫਿਰਦੀ ਸੀ ਉਧਰ ਉਹਨਾਂ ਦੇ ਬੈਂਕ ਖਾਤੇ 'ਚੋਂ ਪੈਸੇ ਨਿਕਲ ਹੀ ਜਾਂਦੇ ਸੀ ਚਲੋ ਬਾਅਦ ਵਿੱਚ ਬੜਾ ਕੁਝ ਹੋਇਆ ਫਿਰ ਵੱਡੇ ਅਫਸਰਾਂ ਤੱਕ ਵੱਡੇ ਲੀਡਰਾਂ ਤੱਕ ਗੱਲ ਪਹੁੰਚੀ ਲੋਕ ਉਂਗਲਾਂ ਕਰਨ ਲੱਗ ਪਏ ਕਿ ਭਾਏ ਘਟਾਲਾ ਵੱਡਾ ਹੈ ਸਚਾਈ ਘਟਰਾਲਾ ਮੈਨੂੰ ਇਸ ਕਰਕੇ ਵੀ ਬਹੁਤ ਮਹੱਤਵਪੂਰਨ ਲੱਗਦਾ ਸੰਧਾਲਿਆ ਸਭ ਕਿਉਂਕਿ ਤੁਸੀਂ ਇਹ ਦੇਖੋ ਕਿ ਜੇ ਸਿੰਚਾਈ ਦੀ ਪ੍ਰਕਿਰਿਆ ਠੀਕ ਹੈ ਨਾ ਫਿਰ ਪੰਜਾਬ ਦੇ ਖੇਤੀਬਾੜੀ ਵਾਲੇ ਖੇਤਾਂ ਨੂੰ ਪਾਣੀ ਨਹਿਰ ਦਾ ਲੱਗੂਗਾ ਫਿਰ ਉਹਨਾਂ ਖੇਤਾਂ ਦੇ ਵਿੱਚੋਂ ਟਿਊਬਵੈਲ ਦੇ ਨਾਲ ਧਰਤੀ ਹੇਠੋਂ ਪਾਣੀ ਨਹੀਂ ਕੱਢਣਾ ਪਊਗਾ ਜੇ ਅਸੀਂ ਪਾਣੀ ਨਹੀਂ ਕੱਢਾਂਗੇ ਤਾਂ ਪਹਿਲੇ 92% ਪੰਜਾਬ ਦਾ ਇਲਾਕਾ ਡਾਰਕ ਜ਼ੋਨ ਦੇ ਵਿੱਚ ਹੈ ਪਾਣੀ ਬਹੁਤ ਈਠਾਂ ਚਲਾ ਗਿਆ ਫਿਰ ਉਹਦੇ ਕੁਝ ਬਚਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ ਪਰ ਜੇ ਆਪਾਂ ਜਿਹੜੀਆਂ ਨਹਿਰਾਂ ਦੇ ਪਾਣੀ ਦੀ ਸਾਡੇ ਖੇਤਾਂ ਨੂੰ ਸਭ ਤੋਂ ਵੱਧ ਲੋੜ ਹੈ ਪੰਜਾਬ ਦੇ ਬਚਾਅ ਦੇ ਲਈ ਜਿਉਂ ਨਾ ਨਹਿਰਾਂ ਦੇ ਕੰਮਾਂ ਦੇ ਵਿੱਚੋਂ ਵੀ ਰੁਪਈਏ ਤੇ ਲਖਾਈ ਜਾਵਾਂਗੇ ਤੇ ਮੁੜ ਕੇ 112-12 ਕਰੋੜ ਰੁਪਈਏ ਦੀ ਪ੍ਰਾਪਰਟੀ ਅਟੈਚ ਕਰੀ ਜਾਵਾਂਗੇ ਜਿਹੜਾ ਵੀ ਬੰਦਾ ਸਿੰਚਾਈ ਵਿਭਾਗ ਦਾ ਕੋ ठेकेदार ਬਣ ਗਿਆ ਪੰਜਾ ਸਾਲਾਂ ਦੇ ਵਿੱਚ ਜਿਹੋਦੀ ਪ੍ਰਾਪਰਟੀ 3-300 ਗੁਣਾ ਵਧਣ ਲੱਗ ਜੂਗੀ ਬਿਜ਼ਨਸ ਉਹਦਾ ਵਧਣ ਲੱਗ ਜੂਗਾ ਫਰਸੰਧਾ ਵਾਲੀਆ ਸਭ ਕੰਮ ਤਾਂ ਕਿਤੇ ਨਾ ਕਿਤੇ ਹੋਣਾ ਚੰਗੀ ਗੱਲ ਹੈ ਪ੍ਰਾਪਰਟੀ ਅਟੈਚ ਕਰੋ ਫਾਸਟ ਟਰੈਕ ਕੋਰਟ ਬਣਾ ਦਿਓ ਜੇ ਬੰਦਾ ਦੋਸ਼ੀ ਆ ਤਾਂ ਚੱਕ ਕੇ ਅੰਦਰ ਦੇ ਇਹਦੇ ਉਹ ਪ੍ਰਾਪਰਟੀ ਵੇਚ ਕੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਕੇ ਲੋਕਾਂ ਨੂੰ ਪੂਰੀਆਂ ਤਨਖਾਹਾਂ ਦੇਓ। ਨਹੀਂ ਪਰ ਇਹ ਗੱਲਾਂ ਤੁਹਾਡੀ ਠੀਕ ਨੇ ਪਰ ਕਾਰਨ ਇਹ ਮਸਲਾ ਕਿਹੜਾ ਪਿਆਜ ਦਾ ਹੁਣ ਜਿੰਨਾ ਮੈਨੂੰ ਸਮਝ ਆਉਂਦੀ ਗੱਲਬਾਤ ਵੀ ਇੱਕ ਸਰਕਾਰ ਤੇ ਤੀਜੇ ਮੁੱਖ ਮੰਤਰੀ ਤੋਂ ਬਾਅਦ ਜਾ ਕੇ ਵਾਰੀ ਆਈ ਹੈ। ਜੀ ਹੈਨਾ ਹੁਣ ਇੰਨੇ ਚਿਰ ਬਾਅਦ ਜਦੋਂ ਜਾ ਕੇ ਤੇ ਅਜੇ ਵੀ ਇਤੇ ਅਟੈਚ ਹੋਣ ਦੀ ਗੱਲਬਾਤ ਚੱਲੀ ਕਿਉਂਕਿ ਅਜੇ ਵੀ ਤੇ ਅਦਾਲਤਾਂ ਦਾ ਰਾਹ ਤੇ ਖੁੱਲ੍ਹਈ ਹੈ ਨਾ ਪਹਿਲਾਂ ਇੱਕ ਅਦਾਲਤ ਹੋਵੇਗੀ ਫਿਰ ਉਸ ਤੋਂ ਉੱਪਰ ਅਦਾਲਤ ਹੋਵੇਗੀ ਫਿਰ ਉਸ ਤੋਂ ਉੱਪਰ ਅਦਾਲਤ ਹੋਵੇਗੀ। ਕਰਦਿਆਂ ਕਰਦਿਆਂ ਜੀ ਕੋ ਆਪਾਂ ਇਹ ਆਖੀਏ ਵੀ ਓਹੋ ਜੀ ਪ੍ਰੋਪਰਟੀ ਅਟੈਚ ਹੋ ਗਈ ਉਹਦਾ ਕਿਸੇ ਨੇ ਆਸੇ ਪਾਸੇ ਜਿਹੜਾ ਬੰਦਾ ਕੋਈ ਜਾਣਦਾ ਹੋਵੇ ਕੋਈ ਛੋਟੀ ਲੀਡਰਾਂ ਦਾ ਕੰਮ ਇਹ ਨਾ ਵੇਖਿਆ ਉਹ ਹੁਣ ਪੈਸੇ ਸਾਰੇ ਕਰ ਲਏ ਕਾਬੂ ਹੁਣ ਬਸ ਤੁਹਾਡੇ ਜੀ ਵੰਡਣੇ ਆ ਤੁਸੀਂ ਤਗੜੇ ਹੋ ਕੇ ਵੋਟਾਂ ਪਾਓ ਹੈ ਨਾ ਉਹ ਦੋ ਚਾਰ ਵਾਰੀਆਂ ਚ ਹੋ ਸਕਦਾ ਕਿਸੇ ਵੇਲੇ ਬੰਦੇ ਹੋ ਜੇ ਲਾਰੇ ਲਾ ਕੇ ਨਾ ਵੋਟਾਂ ਵੀ ਲੈ ਕੇ ਪਾਸੇ ਹੋ ਜਾਂਦੇ ਨੇ ਤੇ ਬਾਅਦ ਬਰ ਲੰਦਾ ਯਾਰ ਤੁਸੀਂ ਤਾਂ ਕਹਿੰਦੇ ਇਹ ਵੋਟਾਂ ਦੇ ਉਹ ਪੈਸੇ ਲੈ ਲੈ ਤੇ ਤੁਸੀਂ ਹੁਣ ਸਾਡੇ ਵੰਡਣੇ ਉਹ ਕਹਿੰਦਾ ਯਾਰ ਅਸੀਂ ਵੰਡਨੇ ਸੀ ਕਿ ਉਹਨਾਂ ਸਟੇ ਲੈ ਆਂਦਾ ਉਤੋਂ ਉਹਨਾਂ ਨੇ ਅਦਾਲਤ ਉਹਨਾਂ ਸਤੇ ਹੋ ਗਿਆ ਉਹਦੇ ਤੇ ਉਹ ਵੀ ਸੋ ਇਹ ਕਾਰਨ ਇਹ ਆ ਵੀ ਜੇ ਤੇ ਇਹ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਛੇਤੀ ਹੋ ਜਾਣ ਉਹ ਬਹੁਤ ਛੇਤੀ ਇਨਸਾਫ ਮਿਲੇ ਜਿਹੜਾ ਬੰਦਾ ਕਰਨ ਵਾਲਾ ਉਹਨੂੰ ਹੀ ਲੱਗੇ ਡਰ ਲੱਗੇ ਵੀ ਯਾਰ ਜੇ ਮੈਂ ਆਹ ਕੰਮ ਕੀਤਾ ਤੇ ਕੱਲ ਨੂੰ ਮੈਂ ਟੰਗੇ ਜਾਣਾ ਜਿਹੜਾ ਬੰਦਾ ਉਹ ਉਹ ਸਾਰੇ ਕੁਝ ਦਾ ਇਨਸਾਫ ਦਵਾਉਣ ਵਾਲਾ ਉਹ ਇਨਸਾਫ ਦਵਾਉਂ ਕੇ ਵੀ ਉਹਨੂੰ ਇਹ ਲੱਗੇ ਵੀ ਯਾਰ ਮੈਂ ਇਨਸਾਫ ਦਵਾਤਾ ਘਟੋ ਘਟ ਲੋਕਾਂ 'ਚ ਇਹ ਮੈਸੇਜ ਇਹ ਨਹੀਂਗਾ ਵੀ ਇਹ ਬਦਲਾਖੋਰੀ ਦੀ ਕਾਰਵਾਈ ਆ ਅੱਜ ਕੱਲ ਇਹ ਵੀ ਕੰਮ ਚੱਲ ਪੈਂਦਾ ਹੁੰਦਾ ਨਾ ਹੁਣ ਮੈਨੂੰ ਯਾਦ ਆ ਵੀ ਜੇ ਤੇ ਇਹ ਸਾਰਾ ਕੁਝ ਬਹੁਤ ਛੇਤੀ ਤੇ ਬੜੇ ਪਾਰਦਰਸ਼ ਹੋ ਸਕਦਾ ਹੈ ਕਿ ਲੋਕਾਂ ਦੇ ਮਨਾਂ 'ਚ ਕਈਆਂ ਨੂੰ ਤੇ ਚੇਤ ਚੇਤਾ ਭੁੱਲ ਗਣਾ ਵੀ ਯਾਰ ਕਿਹੜਾ ਕੋਈ ਪਤਾ ਨਹੀਂ ਕਿਹੜਾ ਕੋਈ ਸਿੰਚਾਈ ਘਟਾਲਾ ਕੋ ਕਹਿੰਦੇ ਕੁੰਦੇ ਸੀ ਯਾਰ ਪਤਾ ਨਹੀਂ ਹੁਣ ਜਦੋਂ ਕਿਤੇ ਹੋ ਜਾਊਗਾ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਹੋ ਸਕਦਾ ਲੋਕਾਂ ਦਾ ਹੌਕਾ ਆ ਜਾ ਨਿਕਲੇ ਵੀ ਯਾਰ ਇੰਨੇ ਪੈਸੇ ਹੋਈ ਨਹੀਂ ਹੌਕਾ ਤਾਂ ਸੰਧਲੇ ਸਭ ਹੋ ਥੋੜ ਸਾਡੇ ਹਿਸਾਬ ਨਾਲ ਤਾਂ ਨਿਕਲ ਗਿਆ ਹੌਕਾ ਤੁਹਾਡੇ ਹਿਸਾਬ ਨਾਲ ਇਹ ਨਹੀਂ ਨਿਕਲਿਆ ਤਾਂ ਪ੍ਰਾਕੜਾ ਲਓ ਨੇ ਤੁਹਾਡਾ ਤਾਂ ਐਵੇਂ ਨਿਆਹ ਜਾ ਹੋਗਾ ਨਿਕਲੇ ਨਾ ਤੁਸੀਂ ਤੇ ਜ ਖੰਡ ਦਾ ਰੇਡ ਵਾਜੇ ਤਾਂ ਹੋਗਾ ਲੈ ਜ ਨੇ ਦਾੜੀ ਕਿਹੜੀ ਮਰਾ ਜਿੱਦਾਂ ਨਲਕਾ ਕੇ ਪਾਣੀ ਛਾਲੇ ਸਾਡਾ ਹਿਸਾਬੂ ਹੋ ਜਾਂਦਾ ਨਾਲ ਅੱਛਾ ਸੰਧਾਲੀ ਸਭ ਸਾਨੂੰ ਤੇਲ ਸਰਕਾਰੀ ਕੋਟੇ ਚ ਨਹੀਂ ਨਾ ਮਿਲਦਾ ਤੇਲ ਦਾ ਭਾਅ ਵਧੇ ਸਹੀ ਤਾਂ ਓਖੇ ਸਾਨੂੰ ਦਵਾਈ ਆਪ ਦੇ ਪੈਸਿਆਂ ਦੀ ਲੈਣੀ ਪੈਂਦੀ ਹੈ ਸਾਨੂੰ ਅਮਰੀਕਾ ਕੈਨੇਡਾ ਦੇ ਵਿੱਚੋਂ ਇਲਾਜ ਫਰੀ ਨਹੀਂ ਹੈਗਾ ਮੈਂ ਹੋਰ ਦੱਸ ਦਿੰਨਾ ਸਾਡੇ ਗਲਾਂ ਜਹਾਰ ਨਹੀਂ ਪੈਂਦੇ ਸਾਡੇ ਆਮ ਬੰਦਿਆਂ ਦੇ ਗਲਾਂ ਫਾਹੀ ਪੈਂਦੇ ਇਸ ਕਰਕੇ ਇਹਦਾ ਹੈ ਇਹ ਇਹ ਗੱਲ ਮੈਨੂੰ ਬੁਰਾ ਆ ਤੁਸੀਂ ਜਿੱਦਾਂ ਮੂੰਹ ਬਣਾਇਆ ਨਾ ਵਿਰੋਧੀ ਧਿਰ ਦੇ ਨੇਤਾ ਇਹ ਲੱਗੇ ਤੁਸੀਂ ਨਹੀਂ ਚਾਹੀਏ ਬਹੁਤ ਮਾੜੀ ਹਾਲਤ ਹੋ ਗਈ ਇਹ ਕੋਈ ਕਾਰਨ ਹੁੰਦਾ ਨਾ ਹਮਦਰਦੀ ਜੀ ਪਰ ਇੱਕ ਹਮਦਰਦੀ ਵਾਲੇ ਵੋਟ ਵੀ ਹੁੰਦੀ ਆ ਗੱਲ ਨਹੀਂ ਆ ਵੋਟ ਕਹੇ ਤਨ ਆਪਾਂ ਸ਼ੋਅ ਕਰਨਾ ਵੋਟ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਇਹ ਕਦੀ ਨਹੀਂ ਮਤਲਬ ਮੇਰੇ ਖਿਆਲ ਕਿਸੇ ਕਿਤਾਬ ਚ ਨਹੀਂ ਪੜਾਇਆ ਜਾਂਦਾ ਉਦਾਂ ਭਾ ਕੋ ਰਾਜਨੀਤੀ ਸ਼ਾਸਤਰ ਦੀ ਪੀ ਐਚ ਡੀ ਕਰੀ ਫਿਰ ਕੋ ਪੜਾਉਂਦਾ ਉਹ ਚੀਜ਼ਾਂ ਇਹ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ ਨੇ ਅੱਛਾ ਸੰਧਾਲੀਆ ਸਾਹਿਬ ਹੁਣ ਅੱਗੇ ਚੱਲਦੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਲੀਡਰਸ਼ਿਪ ਰੋਮਣੀ ਅ ਉਹਨਾਂ ਨੇ ਇੱਕ 16 17 18 ਸਕਿੰਟ ਦੀ ਇੱਕ ਵੀਡੀਓ ਟਵੀਟ ਕੀਤੀ ਤੇ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਹੈ ਤੇ ਉਹ ਕਹਿੰਦਾ ਜੀ ਮੇਰਾ ਨਾਮ ਆ ਹੈ ਮੈਂ ਇੱਥੋਂ ਦਾ ਰਹਿਣ ਵਾਲਾ ਹਾਂ ਤੇ ਜਿਹੜੀ ਵੀਡੀਓ ਦਾ ਚਰਚਾ ਅੱਜਕੱਲ੍ਹ ਚੱਲ ਰਿਹਾ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੇ ਨਾਲ ਉਸ ਵੀਡੀਓ ਦੇ ਵਿੱਚ ਮੰਤਰੀ ਸਾਹਿਬ ਦੇ ਨਾਲ ਮੈਂ ਹਾਂ ਹੂੰ ਮળો ਮੰਦਾ ਹਾਂ ਤੇ ਉਹ ਪੁਰਾਣੀ ਵੀਡੀਓ ਹੈ ਮੈਂ ਬਹੁਤ ਛੋਟੀ ਉਮਰ ਦਾ ਸੀ ਮੇਰੇ ਨਾਲ ਧੱਕੇਸ਼ਾ ਹੀ ਹੋਈ ਤੇ ਹੁਣ ਸੰਧਾਲੀਆ ਸਭ ਜਿਹੜੀ ਦੋ ਵੀਡੀਓਜ਼ 8 ਮਿੰਟ ਤੇ 4 ਮਿੰਟ ਕੋਲ ਮਿਲਾ ਕੇ 12 ਮਿੰਟ 12 ਮਿੰਟ 11 12 ਮਿੰਟ ਬੜੇ ਇੰਪੋਰਟੈਂਟ ਹੁੰਦੇ ਆ ਲਾਈਫ ਦੇ ਵਿੱਚ ਜੇ ਆਪਾਂ ਬਹੁਤ ਹਿਸਾਬ ਕਿਤਾਬ ਜਿਹਾ ਲਾਈਏ ਨਾ ਕਿਉਂਕਿ 11 12 ਮਿੰਟ ਦੇ ਵਿੱਚ ਜੇ 3 ਘੰਟੇ ਦਾ ਪੇਪਰ ਆ ਪਹਿਲੇ 12 ਮਿੰਟਾਂ 'ਚ ਬੰਦੇ ਨੂੰ ਪਤਾ ਲੱਗ ਜਾਂਦਾ ਨਾਂ ਨੂੰ ਲੈ ਕੇ ਨਾਂ ਨੂੰ ਲਿਖ ਕੇ ਕੁਐਸਚਨ ਪੇਪਰ ਪੜ੍ਹ ਕੇ ਉਦੋਂ ਤੱਕ ਜੇ ਤਾਂ ਪਹਿਲੇ ਪ੍ਰਸ਼ਨ ਦੇ ਵਿੱਚ ਗੇਅਰ ਗੁਰ ਫਸ ਗਿਆ ਫੇਰ ਸਮਝ ਲਓ 12 ਮਿੰਟ ਨਹੀਂ ਇਹ 2 ਘੰਟੇ ਤੇ 60 ਮਿੰਟ ਹੋਰ ਆ ਫੇਰ ਬੰਦਾ ਆਸੇ-ਪਾਸੇ ਡੈਸਕ ਵੇਂਦਾ ਵੀ ਯਾਰ ਕਿਹੜਾ ਵਾਂ ਫੜੂ ਆਪਣੀ ਆਹ ਹੋਸਲੇ ਜਿਹਦੇ ਜਿਹਦੇ ਕੰਤੇ ਵੀ ਦੋ ਛੱਡੀਆਂ ਹੁੰਦੀਆਂ ਤੁਹਾਡੇ ਵਰਗੇ ਮੇਰੇ ਵਰਗੇ ਤੇ ਉਹਨੂੰ ਵੀ ਯਾਰ ਆਹ ਲੋਰ ਮਾਰੇ ਦੱਸੀ ਉੱਤਰ ਨਹੀਂ ਦੱਸਦੇ ਅੱਛਾ ਸੰਧਾਲੀਆ ਸਾਹਿਬ ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਉਹ ਵੀਡੀਓ ਦੇ ਆਏ ਸੀ ਹਮ ਰਾਜਪਾਲ ਸਾਹਿਬ ਨੂੰ ਬੇਨਤੀ ਕਰਿਆ ਸੀ ਕਿ ਇਹਦੀ ਫੋਰੈਂਸਿਕ ਲੈਬ ਦੀ ਜਾਂਚ ਕਰਾ ਕੇ ਤਾਂ ਫਿਰ ਠੀਕ ਠਾਕ ਤਰੀਕੇ ਦੇ ਨਾਲ ਅੱਗੇ ਤੋਰ ਦਿਓ ਕਾਰਵਾਈ ਕਰਾ ਦਿਓ ਮੰਤਰੀ ਮੰਡਲ ਚੋਂ ਮੰਤਰੀ ਕਢਾ ਦਿਓ ਪਰਚਾ ਪੁਰਚਾ ਹੋਣ ਵਾਲਾ ਤਾਂ ਉਹ ਕਰਾ ਦਿਓ ਰਾਜਪਾਲ ਸਾਹਿਬ ਨੇ ਅੱਗੋਂ ਉਹ ਲੈਬ ਦੇ ਲਈ ਭੇਜ ਦਿੱਤੀ ਟੈਸਟ ਲਈ ਕਿ ਤਿੰਨਾਂ ਦਿਨਾਂ ਦੇ ਵਿੱਚ ਰਿਪੋਰਟ ਦਿਓ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਬਾਕੀ ਕੈਬਨਿਟ ਮੰਤਰੀਆਂ ਦੇ ਵਿੱਚੋਂ ਕਿਸੇ ਨੂੰ ਪੁੱਛੋ ਤੇ ਉਹ ਕਹਿੰਦੇ ਜੀ ਸ਼ਿਕਾਇਤ ਹੀ ਨਹੀਂ ਆਈ ਕੋਈ ਹਮ ਕਿਹੜੀ ਵੀਡੀਓ ਕਾਰਵਾਈ ਤਾਂ ਤਾਂ ਕਰੀਏ ਕਹਿੰਦੇ ਕੋਈ ਦੱਸੋ ਦਸੀ ਗੱਲ ਕੀ ਹੈ ਐਵੇਂ ਕਹਿੰਦੇ ਰੌਲਾ ਪਾਇਆ ਚਲੋ ਹੁਣ ਕਹਿੰਦੇ ਆ ਕਿ ਜੇ ਇਸ ਮੁੰਡੇ ਦੀ ਵੀਡੀਓ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਥੋੜੀ ਵੀਡੀਓ ਬਾਕੀ ਇਹ ਸਨੀਓ ਦਾ ਟਵੀਟ ਕੀਤਾ ਉਹਨੇ ਥੋੜੀ ਜਿਹੀ ਕੱਟ ਕੇ ਟਵੀਟ ਕੀਤੀ ਹੈ ਕਿ ਉਹ ਮੁੰਡਾ ਦਿੱਲੀ ਆਪੜ ਗਿਆ ਐਸ்சி ਕਮਿਸ਼ਨ ਦੇ ਕੋਲ ਜਾ ਕੇ ਉਹਨੇ ਬੇਨਤੀ ਕੀਤੀ ਹੈ ਲਿਖਤੀ ਉੱਥੇ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਦੇ ਕੇ ਉਹਦੇ ਵਿੱਚ ਕਿਹਾ ਕਿ ਭਾਈ ਮੇਰੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਮੈਂ ਕਈ ਦਿਨ ਹੋ ਗਏ ਭੱਜਾ ਫਿਰਦਾ ਮੇਰੀ ਜਾਨ ਨੂੰ ਖਤਰਾ ਹੈ ਉਹ ਕਹਿੰਦੇ ਜੀ 2013 14 ਤੋਂ 9 10 ਸਾਲ ਹੋ ਗਏ ਇਹ ਕੰਮ ਚੱਲੀ ਜਾਂਦਾ ਮੈਨੂੰ ਨੌਕਰੀ ਤੇ ਲਵਾ ਦੇਣ ਦਾ ਲਾਰਾ ਲਾਇਆ ਗਿਆ ਸੀ ਪਰ ਨੌਕਰੀ ਲਵਾਈ ਨਹੀਂ ਗਈ ਮੈਨੂੰ ਬਚਾਓ ਮੈਨੂੰ ਸੁਰੱਖਿਆ ਦਿਓ ਤੇ ਐਸਸੀ ਕਮਿਸ਼ਨ ਨੇ ਕਹਿੰਦੇ ਜੀ ਚੀਫ ਸਕੱਟਰੀ ਪੰਜਾਬ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਕਹਿਤਾ ਕਿ ਪਾਈ ਇੱਕ ਤਾਂ ਸੁਰੱਖਿਆ ਤੇ ਦੂਸਰਾ ਦੱਸੋ ਇਸ ਮੁੱਦੇ ਤੇ ਕੋਈ ਕਾਰਵਾਈ ਕੀਤੀ ਹੈ ਕਿ ਨਹੀਂ ਕੀਤੀ ਮੇਰਾ ਖਿਆਲ ਜਦੋਂ ਖੈਰਾ ਸਾਹਿਬ ਉਹ ਦੀਜ਼ ਕਰਕੇ ਆਏ ਸੀ ਅੰਦਰ ਰਾਜਪਾਲ ਸਾਹਿਬ ਨੂੰ ਦੇ ਕੇ ਆਏ ਸੀ ਵੀਡੀਓਜ਼ ਬਾਹਰ ਜਦੋਂ ਡੀਕਦੇ ਸੀਗੇ ਪੱਤਰਕਾਰ ਭਾਈਚਾਰੇ ਵਾਲੇ ਆਪਣੇ ਵਾਲੇ ਤੇ ਉਦੋਂ ਕਿਸੇ ਨੂੰ ਨਹੀਂ ਪਤਾ ਵੀ ਯਾਰ ਅੱਜ ਪਤਾ ਨਹੀਂ ਕਿਹੜੀ ਗੱਲ ਦਾ ਕਰਕੇ ਗਏ ਨੇ ਖਹਿਰਾ ਸਾਹਿਬ ਉਹਦੇ ਜਦੋਂ ਬਾਹਰ ਆਣ ਕੇ ਉਹਨਾਂ ਨੇ ਗੱਲ ਕੀਤੀ ਤੇ ਹਰੇਕ ਨੂੰ ਇਹ ਸੀ ਯਾਰ ਵੀ ਅਸੀਂ ਤੇ ਕੁਝ ਹੋਰ ਸੋਈਦੇ ਆ ਇਹ ਕਿਹੜੀ ਵੀਡੀਓ ਦੀ ਗੱਲ ਕਰੀ ਜਾਂਦੇ ਫਿਰ ਉਸ ਦਿਨ ਜਦੋਂ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਵੀ ਯਾਰ ਮੈਂ ਤੇ ਚੰਦ ਸਕਿੰਟ ਉਹਨਾਂ ਵੇਖ ਸਕਿਆ ਤੇ ਮੈਂ ਉਦੋਂ ਬਾਅਦ ਇਹ ਸੋਚਿਆ ਵੀ ਯਾਰ ਇਹ ਤਾਂ ਸੋਸ਼ਲ ਮੀਡੀਆ ਤੇ ਵੀ ਨਹੀਂ ਪਾਉਣੀ ਚਾਹੀਦੀ ਇਹ ਤਾਂ ਰਾਜਪਾਲ ਸਾਹਿਬ ਹੀ ਦੇਖਣ ਵੀ ਇਹਦਾ ਕੀ ਕਰਨਾ ਉਸ ਦਿਨ ਬੜੀ ਘਸਰ-ਮੁਸਰਦੀ ਹੋਈ ਪਈ ਯਾਰ ਏਡੀ ਕੀ ਖਾਸ ਗੱਲ ਹੋਊਗੀ ਫਿਰ ਗੱਲ ਨਿਕਲਦੀ 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 ਕਈ ਕੁਝ ਨਿਕਲ ਆਇਆ ਵੀ ਯਾਰ ਉਹ ਤਾਂ ਗੱਲ ਵਾਕੇ ਖਰਾਬ ਹੁਣ ਇਹ ਵੀ ਚਰਚਾ ਚੱਲਦੀ ਸੀ ਵੀ ਸ਼ਾਇਦ ਉਹ ਸਾਰਾ ਕੁਝ ਅਜੇ ਨਾ ਨਿਕਲੇ ਥੋੜਾ ਚਿਰ ਹੋਰ ਪੈ ਜਵੇ ਪਰ ਉਹ ਥੋੜਾ ਚਿਰ ਪਿਆ ਨਹੀਂ ਚਲੋ ਅਜੇ ਵੀਡੀਓ ਤੇ ਮੇਰੇ ਖਿਆਲ ਬਹੁਤੇ ਲੋਕਾਂ ਤੱਕ ਨਾ ਪਹੁੰਚੀ ਹੋਵੇ ਪਰ ਦੇਖੋ ਬੰਦੇ ਦੀ ਵੀਡੀਓ ਉਹਨਾਂ ਨੇ ਚਾਹੇ ਥੋੜੇ ਸਕਿੰਟਾਂ ਦੇ ਕੀਤੀ ਹੋਰ ਵੀ ਕਈ ਲੀਡਰਾਂ ਨੇ ਉਹ ਟਵੀਟ ਕੀਤੀ ਹੈ ਉਹ ਜਿਹੜੀ ਵੀਡੀਓ ਦੇ ਵਿੱਚ ਕਬੂਲ ਨਾਮਾਂ ਤੇ ਜਿਸ ਤਰ੍ਹਾਂ ਉਹ ਲੰਮੀ ਚੌੜੀ ਆਪਣੀ ਗੱਲ ਸਾਰੀ ਦ ਉਦੇ ਤੋਂ ਲੱਗਦਾ ਤੇ ਹੈ ਵੀ ਉਹ ਸ਼ਿਕਾਇਤ ਜਿਹੜੀ ਉਹਨੇ ਪ੍ਰੋਪਰ ਪੱਕੀ ਸਕੇਬੰਦ ਕੀਤੀ ਹੋਊਗੀ ਤੇ ਜਿੱਦਾਂ ਉਹ ਕਹਿੰਦਾ ਵੀ ਹੁਣ ਮੈਂ ਤਾਂ ਜੀ ਘਰੋਂ ਵੀ ਨਿਕਲਿਆ ਫਿਰਦਾ ਫੋਨ 'ਤੇ ਮੈਂ ਤੋੜੀ ਬੈਠਾ ਆਪਣਾ ਤੇ ਪਤਾ ਨਹੀਂ ਵੀ ਮੇਰੇ ਘਰਦਿਆਂ ਦਾ ਕੀ ਬਣਨਾ ਤੇ ਮੇਰਾ ਕੀ ਬਣਨਾ ਮੈਨੂੰ ਬਚਾਓ ਆ ਦੇਖੋ ਸੰਧਾਲਿਆ ਸਾਹਿਬ ਇੱਥੇ ਜੇ ਕੋਈ ਗੱਲ ਗੈਰਕਾਨੂੰਨੀ ਹੋਈ ਹੈ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਜੇ ਕੋਈ ਗੱਲ ਅਨੈਤਿਕ ਹੋਈ ਹੈ ਜੇ ਫੋਰੈਂਸਿਕ ਲੈਬ ਦੇ ਵਿੱਚ ਉਹ ਕਲੀਅਰ ਹੋ ਜਾਂਦੀ ਹੈ ਤਾਂ ਦੇਖੋ ਹਰ ਮੁੱਦਾ ਲਪੇਟਣਾ ਨਹੀਂ ਚਾਹੀਦਾ ਲੰਮਾ ਨਹੀਂ ਖਿੱਚਣਾ ਚਾਹੀਦਾ ਜੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਪੈਂਦਾ ਆਪਣੇ ਬੰਦੇ ਤੇ ਬਗਾਨੇ ਪੈਂਦੇ ਤੇ ਠੋਕੇ ਲਓ ਪਿਕਣ ਚੂਸ ਦੀ ਜਿਹੜੀ ਇੱਦੀ ਹੁੰਦੀ ਕੁਐਸ਼ਨ ਹਾ ਨਾ ਚੁਣ ਕੇ ਚੁਣ ਚੁਣ ਕੇ ਕਾਰਵਾਈ ਨਹੀਂ ਕਰੋ ਨਹੀਂ ਨਹੀਂ ਫਰਕ ਪੈ ਗਿਆ ਦੇਖੋ ਆਹ ਫਰਕ ਹੁੰਦਾ ਤੁਹਾਨੂੰ ਅੰਗਰੇਜ਼ੀ ਦੀ ਕਿਤਾਬ ਦਿੱਤੀ ਜਾ ਇਹ ਮੈਂ ਦੇਖੋ ਮੈਂ ਕੱਲ ਜੀ ਮੈਂ ਕੱਲ ਟਿਊਸ਼ਨ ਨਹੀਂ ਆ ਸਕਿਆ ਇਸ ਗੱਲ ਲਈ ਮਾਫੀ ਏ ਫੋਰ ਐਪਲ ਚਲੋ ਊੜਾ ਊਠ ਵਾਲੇ ਬੰਦਿਆਂ ਨੂੰ A for Apple ਛੇਤੀ ਸਮਝ ਨਹੀਂ ਆਉਂਦਾ ਸੰਧਾਲੀਆ ਸਾਹਿਬ ਊਠ ਤੇ ਐਪਲ ਖਾ ਲਿੰਦਾ ਨੇ ਇਹ ਕਿਹੜੀ ਚੀਜ਼ ਐ ਊਠ ਐਪਲ ਖਾ ਲਿੰਦਾ ਚਲੋ ਚਲੋ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ ਹੁਣ ਇੱਕ ਅੱਧੇ ਦਿਨ ਦੇ ਵਿੱਚ ਰੌਲਾ ਪੈ ਜਾਣਾ ਤੇ ਮੈਨੂੰ ਲੱਗਦਾ ਹੈ 10 ਨੂੰ ਜਲੰਧਰ ਵਾਲੀਆਂ ਵੋਟਾਂ ਹੂੰ 10 ਨੂੰ ਅਜੇ ਦਿਨ 3-4 ਰਹਿੰਦੇ ਐ ਅਜੇ ਮੈਨੂੰ ਲੱਗਦਾ ਕਿ 80 ਘੰਟੇ ਤੋਂ ਵੱਧ ਦਾ ਸਮਾਂ ਪਿਆ ਤੇ ਉਸ ਸਥਿਤੀ ਦੇ ਵਿੱਚ ਇਹ ਘਟਨਾ ਇਹ ਵੀਡੀਓਜ਼ ਇਹ ਸ਼ਿਕਾਇਤਾਂ ਇਹ ਰੌਲਾ ਰੱਪਾ ਕਿਸੇ ਦੇ ਲਈ ਵੀ ਬਹੁਤ ਘਾਤਕ ਸਿੱਧ ਹੋ ਸਕਦੀਆਂ ਕਿਸੇ ਦੇ ਕੰਮ ਆ ਸਕਦੀਆਂ ਨਹੀਂ ਨਹੀਂ ਕੰਮ ਤਾਂ ਆਉਣਗੇ ਹੀ ਕੰਮ ਲਿਆਉਣ ਦਾ ਕਰਕੇ ਤਾਂ ਕਦੋਂ ਤੋਂ ਅਗਲੇ ਬੰਦੇ ਫਟਾਫਟ ਪੇਸ਼ ਕਰੀ ਬਿਠੇ ਨੇ ਪਰ ਦੇਖੋ ਇਹ ਸਾਰੇ ਕੁਝ ਵੀ ਦੇਖੋ ਅਜੇ ਨਾ ਕਿਸੇ ਦਾ ਉਹਦੇ ਵਿੱਚ ਜਰੂਰ ਉਹ ਬੰਦੇ ਨੇ ਵੀਡੀਓ ਚ ਲਿਆ ਕਈਆਂ ਨੇ ਹੁਣ ਹੌਲੀ ਹੌਲੀ ਚਰਚਾ ਵਿੱਚ ਲਾਤੀ ਪਰ ਜਦ ਤੱਕ ਕਲੀਅਰ ਨਹੀਂ ਹੁੰਦਾ ਆਪਾਂ ਕਿਸਦਾ ਨਾਮ ਲੈਂਦੇ ਨਹੀਂ ਪਰ ਗੱਲ ਇਹ ਆ ਵੀ ਇੱਕ ਗੱਲ ਤੇ ਪੱਕੀ ਆ ਵੀ ਜਿੱਦਾਂ ਮੈਂ ਪਹਿਲਾ ਮੜਾਇਆ ਜ਼ਿਕਰ ਕੀਤਾ ਸੀ ਵੀ ਜਿੰਨੇ ਕੁ ਬੰਦਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਉਦੋਂ ਰੱਖਿਆ ਨਾ ਵੀ ਉਹ ਸਾਬਣ ਦੀ ਕਾਚੀ ਰੱਖੀ ਆ ਤੇ ਬਾਲਟੀ 'ਚ ਪਾਣੀ ਆ ਵਾ ਦੋ ਮੱਗ ਉਹਦੇ ਪਾ ਕੇ ਸਾਬਣ ਮਲ ਕੇ ਪਿਛਲੇ ਪਾਪ ਧੋ ਗਏ ਤੇ ਆਜੋ ਸਾਡੀ ਪਾਰਟੀ ਇਹ ਹੋ ਸਕਦਾ ਵੀ ਲੈਣ ਪਤਾ ਨਹੀਂ ਕਿੱਥੋਂ ਤੱਕ ਜਾਵੇ ਇਹੀ ਤੇ ਆਪਾਂ ਹੁਣ ਬੇਨਤੀ ਕਰਦੇ ਆ ਵੀ ਜਿੱਦਾਂ ਇਹ ਹੁਣ ਕਹਿੰਦੇ ਆ ਵੀ ਆਜੋ ਇਹ ਬੰਦਾ ਜੀ ਸਵੇਰੇ ਆਇਆ ਤੇ ਦੁਪਹਿਰੇ ਟਿਕਟ ਤੇ ਸ਼ਾਮ ਨੂੰ ਬਾਜੀਏ ਤਾਂ ਬਹੁਤ ਪੱਕੇ ਸਾਡੇ ਵਰਕਰ ਨੇ ਤੇ ਜਿਹੜਾ ਬੰਦਾ ਪਤਾ ਨਹੀਂ 10 ਸਾਲਾਂ ਲਤਾਂ ਤੜਾਉਂਦਾ ਫਿਰਦਾਣਾ ਦਰਿਆ ਵਿੱਚ ਆਉਂਦਾ ਫਿਰਦਾਣਾ ਉਹ ਜਿਹੜਾ ਮਹਿਸੂਸਇਆ ਜਾ ਹੋਸਦਾ ਘਰੇ ਚਲ ਗਿਆ ਹੋਵੇ ਯਾਰ ਅੱਛਾ ਮੇਰੀ ਕੋਈ ਸੁਣਵਾਈ ਹੈ ਨਹੀਂ ਇਹ ਇਹ ਕਰਨਾ ਨਹੀਂ ਚਾਹੀਦਾ ਜਿੰਨੀਆਂ ਚਾਹੇ ਭਾਜੀਪੀ ਹੋ ਗਈ ਚਾਹੇ ਇਸ ਵਕਤ ਆਮ ਆਦਮੀ ਪਾਰਟੀ ਕੋ ਕਿ ਦੋਵੇਂ ਨਵੀਆਂ ਪਾਰਟੀਆਂ ਆਪਣੇ ਤੌਰ ਤੇ ਪੰਜਾਬ ਚ ਕਿੰਦੀਆਂ ਵਸਿਆਉਣਾ ਸਾਨੂੰ ਬੰਦੇ ਚਾਹੀਦੇ ਉਹ ਬੰਦੇ ਚਾਹੀਦੇ ਯਾਰ ਜੇ ਪਹਿਲਾਂ ਪੰਜਾਬ ਦਾ ਨਹੀਂ ਕੁਝ ਬਣਿਆ ਤੇ ਉਹ ਬੰਦੇ ਇੱਥੇ ਹੀ ਤੁਰੇ ਫਿਰਦੇ ਸੀ ਇੱਧਰ ਉੱਧਰ ਲੀਆਂ ਪਾਰਟੀਆਂ ਦੇ ਵਿੱਚ ਉਹ ਉਹਨਾਂ ਦਾ ਕਰਕੇ ਉਹਨਾਂ ਪਾਰਟੀਆਂ 'ਚ ਰਹਿ ਕੇ ਨਹੀਂ ਗੱਲ ਬਣੀ ਜੇ ਤੁਸੀਂ ਨਵਾਂ ਕੁਛ ਆਏ ਹੋ ਤੇ ਕੁਛ ਨਵਾਂ ਕਰ ਲਓ ਯਾਰ ਤੇ ਜੇ ਤੁਸੀਂ ਆਖਣਾ ਵੇ ਉਹੋ ਹੀ ਬੰਦਾ ਕੋਈ ਨੇ ਸਾਬਣਾ ਹੀ ਉਹਨੂੰ ਲਾਈਫ ਬੁਆਏ ਦੇ ਨਾਲ ਨਵਾਇਆ ਹੈ ਹੈ ਨਾ ਲਾਲਜਾ ਹੁੰਦਾ ਹੈ ਨਾ ਕੋਇਟਾ ਆ ਤੇ ਉਹ ਨਵਾ ਕੇ ਤੇ ਹੁਣ ਅਸੀਂ ਉਹ ਐ ਨਵੇਂ ਨਕੋਰ ਤੌਲੀਏ ਦੇ ਨਾਲ ਪਹੁੰਚ ਕੇ ਪੇਸ਼ ਕੀਤਾ ਤੁਸੀਂ ਵੇਖੋ ਸਹੀ ਵਾਲਾਂ ਸਰੋ ਦਾ ਤੇਲ ਵੀ ਲਾਇਆ ਇਦਾਂ ਨਹੀਂ ਗੱਲ ਚੱਲਦੀ ਇਹ ਗੱਲ ਤੁਹਾਡੀ ਠੀਕ ਹੈ ਬਾਕੀ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਚੇਚਾ ਕੇਜਰੀਵਾਲ ਸਾਹਿਬ ਨੂੰ ਸੱਦਿਆ ਇੱਕ ਸਮਾਗਮ ਸੀ ਤੇ ਸਮਾਗਮ ਦੇ ਵਿੱਚ 80 ਮੁਹੱਲਾ ਕਲੀਨਿਕ ਹੋਰ ਸ਼ੁਰੂ ਕਰ ਦਿੱਤੇ ਤੇ ਕੇਰਿਵਾਲ ਸਾਹਿਬ ਖੁਸ਼ ਬੜੇ ਹਮ ਮੈਨੂੰ ਮੂਝੇ 5 ਸਾਲ ਲੱਗੇ 5 ਵਰਸ਼ 500 ਮੁਹੱਲਾ ਕਲੀਨਿਕ ਦਿੱਲੀ ਵਿੱਚ ਖੋਲਣੇ ਕੋ ਭਗਵਾਨ ਜੀ ਤਾਂ ਬਹੁਤ ਤੇਜ਼ ਗਤੀ ਸੇ ਕੰਮ ਕਰਤੇ ਹਨ ਰਫਤਾਰ ਬੜੀ ਇਨਕੀ ਇਨੋ ਨੇ 13 14 ਮਹੀਨੇ ਮੇ 580 ਮੁਹੱਲਾ ਕਲੀਨਿਕ ਸ਼ੁਰੂ ਕਰ ਦਿਆ ਉਹ ਵੀ ਅੱਛੇ ਵਾਲੇ ਹੁਣ ਦੇਖੋ ਦਿੱਲੀ ਚ 5 ਸਾਲ ਲੱਗੇ ਪੰਜਾਬ ਦੇ ਵਿੱਚ ਉਹ ਕਹਿੰਦੇ ਸਵਾ ਸਾਲ ਦੇ ਵਿੱਚ ਹੀ 580 ਮੁਹੱਲਾ ਕਲੀਨਿਕ ਹੋ ਗਏ ਇਸ ਕਰਕੇ ਕਹਿੰਦੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਕੇਜਰੀਵਾਲ ਸਾਹਿਬ ਕਹਿੰਦੇ ਤੇ ਨਾਲ ਹੀ ਉਹ ਕਹਿੰਦੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੂੰ ਸੰਬੋਧਨ ਕੀਤਾ ਕੇਜਰੀਵਾਲ ਸਾਹਿਬ ਨੇ ਉਹ ਕਹਿੰਦੇ ਜੇ ਕੇਜਰੀਵਾਲ ਬੇਈਮਾਨ ਹੈ ਤਾਂ ਇਮਾਨਦਾਰ ਕੋਈ ਨਹੀਂ ਫਿਰ ਉਹਨਾਂ ਨੇ ਕਿਹਾ ਹੂੰ ਫਿਰ ਉਹ ਕਹਿੰਦੇ ਜੀ ਸਾਡੇ ਦੋ ਬੰਦੇ ਸਤਿੰਦਰ ਜੈਨ ਤੇ ਮਨੀਸ਼ ਸੋਦੀਆ ਉਹ ਕਹਿੰਦੇ ਇਸ ਕਰਕੇ ਥੋੜੀ ਫੜਿਆ ਕਿ ਉਹਨਾਂ ਦੇ ਉੱਤੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਹੈ ਇਸ ਕਰਕੇ ਫੜਿਆ ਕਿ ਉਹ ਸਿਆਸੀ ਤੌਰ ਦੇ ਉੱਤੇ ਜਿੰਨੀ ਤੇਜ਼ ਉਹਨਾਂ ਦੀ ਰਫ਼ਤਾਰ ਸੀ ਇਹਨਾਂ ਤੋਂ ਕਾਬੂ ਨਹੀਂ ਸੀ ਆਉਂਦੇ ਚੱਕ ਕੇ ਬਸ ਅੰਦਰ ਦੇ ਦਿੱਤੇ ਕਿਉਂਕਿ ਇੱਕ ਮੱਲਾਕਲੇ ਨੇ ਖੋਲਦਾ ਸੀ ਦੂਸਰਾ ਸਕੂਲਾਂ ਨੂੰ ਵਧੀਆ ਕਰਦਾ ਸੀ ਦੋਨੋਂ ਹੀ ਇਹਨਾਂ ਦੇ ਪਸੰਦ ਨਹੀਂ ਆਏ ਭਗਵੰਤ ਮਾਨ ਸਾਹਿਬ ਦੀ ਵਾਰੀ ਆਈ ਉਹ ਕਹਿੰਦੇ ਜੀ ਦੇਖੋ ਮੱਲਾਕਲੇ ਨੇ ਖੋਲ ਦਿੱਤੇ ਲੋਕ ਖੁਸ਼ ਬੜੇ ਆ ਤੇ ਹੁਣ ਅਸੀਂ ਜਿਹੜੇ ਵੱਡੇ ਹਸਪੀਟਲ ਨੇ ਸਰਕਾਰੀ ਉਹਨਾਂ ਦੀ ਹਾਲਤ ਸੁਧਾਰਨ ਦੀ ਚਰਚਾ ਸ਼ੁਰੂ ਕਰਨ ਜਾ ਰਹੇ ਤੁਸੀਂ ਦੇਖੀ ਜੋ ਗੱਲ ਕੀ ਹੁੰਦੀ ਹੈ ਫਿਰ ਉਹ ਕਹਿੰਦੇ ਜੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਬਿਜਲੀ ਨਹੀਂ ਆਉਣੀ ਕਹਿੰਦੇ ਬਿਜਲੀ ਵੀ ਆਊ ਕੱਟ ਵੀ ਨਹੀਂ ਲੱਗਣਗੇ ਕੱਟ ਵੀ ਨਹੀਂ ਲੱਗਣਗੇ ਤੇ ਨਾਲ ਦੀ ਨਾਲ ਕਹਿੰਦੇ ਜੀ ਅਸੀਂ ਤਾਂ ਬਿਜਲੀ ਬੂਡ ਵਾਲਿਆਂ ਨੂੰ ਪੈਸੇ ਵੀ ਪਹਿਲਾਂ ਹੀ ਦੇ ਦਿੱਤੇ ਆ ਅਸੀਂ ਕੋਲੇ ਦੀ ਖੱਡ ਸ਼ੁਰੂ ਕਰਾਤੀ ਪਿਛਲੀਆਂ ਸਰਕਾਰਾਂ ਤੋਂ ਸ਼ੁਰੂ ਨਹੀਂ ਸੀ ਹੋਈ ਫਿਰ ਨਾਲ ਉਹਨਾਂ ਨੇ ਜਿਹੜੀ ਖਾਸ ਗੱਲ ਇੱਕ ਆਖੀ ਉਹ ਕਹਿੰਦੇ ਜੀ ਬਹੁਤ ਸਾਫ਼ ਹੈ ਵਿਰੋਧੀ ਪਾਰਟੀਆਂ ਕੋ ਮੁੱਦਾ ਕੋਈ ਨਹੀਂ ਸਾਨੂੰ ਇੱਧਰ ਉੱਧਰ ਲੁਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਇਲੈਕਸ਼ਨ ਜਲੰਧਰ ਦੀ ਲੜ ਰਹੇ ਆ ਨੌਕਰੀਆਂ ਦੇ ਮੁੱਦੇ ਤੇ ਮੁਫਤ ਬਿਜਲੀ ਦੇ ਮੁੱਦੇ ਤੇ ਬਿਜਲੀ ਦੀ ਪ੍ਰਕਿਰਿਆ ਸੁਚਾਰੂ ਬਣਾਉਣ ਦੇ ਮੁੱਦੇ ਤੇ ਤੇ ਬਾਕੀ ਜਿੰਨੇ ਵੀ ਅਸੀਂ ਕੰਮ ਕੀਤੇ ਆ ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਜੀ ਪੈਨਸ਼ਨ ਤਾਂ ਇੱਕੋ ਹੀ ਮਿਲੂਗੀ ਭਾਵੇਂ ਦੋ ਵਾਰੀ ਜਿੱਤ ਜਾਓ ਭਾਵੇਂ ਤਿੰਨ ਵਾਰੀ ਕਹਿੰਦੇ ਸਾਡੀ ਪ੍ਰਾਪਤੀ ਆ ਪੰਜਾਬ ਦੇ ਲੋਕੋ ਭੁੱਲ ਨਾ ਜਾਓ ਇਹ ਦੇਖੋ ਗੱਲੇ ਆ ਵੀ ਜਿੱਥੇ ਪ੍ਰਾਪਤੀਆਂ ਉਥੇ ਪ੍ਰਾਪਤੀਆਂ ਕਹਿਣੀਆਂ ਵੀ ਪੈਣੀਆਂ ਹੁਣ ਗੱਲ ਤੇ ਠੀਕ ਆ ਵੀ ਜੇ 580 ਮੱਲਾ ਕਲੀਨਿਕ ਸਵਾ ਸਾਲ ਚ ਖੋਲਤੇ ਇਹ ਜਿਹੜੇ ਲੋਕਾਂ ਨੂੰ ਉਥੋਂ ਦਵਾਈ ਬੂਟੀ ਮਿਲਦੀ ਹੈ ਜਿਨ੍ਹਾਂ ਦਾ ਉੱਤੇ ਸਹਾਰਾ ਹੋ ਗਿਆ ਉਹਨਾਂ ਨੂੰ ਜਾ ਕੇ ਪੁੱਛਿਆ ਜਾ ਸਕਦਾ ਵੀ ਕਿੰਨੇ ਕੁ ਸੌਕੇ ਨੇ ਜੀ ਹੁਣ ਜੇ ਇਸੇ ਰਫ਼ਤਾਰ ਨਾਲ ਵੀ ਚੱਲਦੇ ਰਹਿਏ ਵੀ ਜੇ ਮੰਨ ਲਓ ਵੀ ਸਾਲ ਦੇ 500 ਵੀ ਖੋਲਣ ਐ ਐਵਰੇਜ ਤੇ ਪੰਜਾਂ ਸਾਲਾਂ ਚ 2500 ਦੀ ਆਸ ਤੇ ਆਪਾਂ ਕਰ ਹੀ ਸਕਦੇ ਹਾਂ 2500 ਥਾਵਾਂ ਐਸੀਆਂ ਬਣ ਜਾਣਗੀਆਂ ਜਿਨ੍ਹਾਂ ਥਾਵਾਂ ਤੇ ਡਾਕਟਰ ਹੋਊਗਾ ਦਵਾਈਆਂ ਹੋਣਗੀਆਂ ਜਾ ਕੇ ਉਹਨਾਂ ਦੀ ਕੋਈ ਟੈਸਟ ਹੋਗੀ ਰਿਪੋਰਟ ਹੋਗੀ ਜਿਹੜਾ ਕੋ ਮਾਤਰ ਤਮਾਤਰ ਬੰਦਾ ਜੇ ਕੋਈ ਨਹੀਂ ਰੁਪਈਆ ਤੇ ਲੀ ਖਰ ਸਕਦਾ ਉਹ ਜਾਪੂ ਯਾਰ ਮੈਨੂੰ ਚੰਗਾ ਇਲਾਜ ਮਿਲ ਗਿਆ ਜਿਹੜੀ ਗੱਲ ਉਹ ਚੰਗੀ ਚੰਗੀ ਆਪਾਂ ਚੰਗੀ ਨੂੰ ਚੰਗੀ ਕਵਾਂਗੇ ਠੀਕ ਆ ਬਿਜਲੀ ਦਾ ਉਹ ਦਾਵਾ ਕਰਦੇ ਨੇ ਹਾਮੀ ਭਰਦੇ ਪੀ ਅਸੀਂ ਲੈ ਕੇ ਆਵਾਂਗੇ ਜਦੋਂ ਆ ਜਾਣੀਆਂ ਗਰਮੀਆਂ ਹੁਣ ਉਹ ਵੀ ਪਤਾ ਲੱਗ ਜਾਊਗਾ ਪਰ ਗੱਲ ਸਿਰਫ ਇਹ ਆ ਕਿ ਵੀ ਜਿਹੜਾ ਫੈਸਲਾ ਹੋਵੇ ਉਹ ਇੱਕ ਤੇ ਕਲੀਅਰ ਹੋਵੇ ਜਿੱਦਾਂ ਹਰੇਕ ਫੈਸਲੇ ਦੇ ਉੱਪਰ ਕੌਂਟਰੋਵਰਸੀ ਹੀ ਹੋ ਜਾਂਦੀ ਹੈ ਉਹਦੇ ਮੁੜ ਕੇ ਉਹਨੂੰ ਕਈ ਵਾਰਾਂ ਵਾਪਸ ਲੈਣ ਦੀ ਗੱਲ ਚੱਲਦੀ ਹੁੰਦੀ ਹੈ ਜਿੱਦਾਂ ਆ 7:30 ਵਜੇ ਦਫ਼ਤਰ ਲਾਉਣ ਵਾਲੀ ਗੱਲ ਆ ਠੀਕ ਆ ਜਦੋਂ ਉਹ ਬਿਆਨ ਆਇਆ ਸੀ ਜਦੋਂ ਚਰਚਾ ਚੱਲੀ ਸੀ ਉਦੋਂ ਗਰਮੀ ਸੀ ਪੰਜਾਬ 'ਚ ਹੁਣ ਆ ਜਦੋਂ ਗਰਮੀ ਹੋਣੀ ਚਾਹੀਦੀ ਉਦੋਂ ਮੀਂਹ ਕਣੀ ਜਾਂ ਹੋਈ ਜਾਂਦਾ ਹੈ ਨਾ ਉਦੋਂ ਗਰਮੀ ਹੈ ਕੋਈ ਨਹੀਂ ਉਹ ਬੰਦੇ ਨੂੰ ਲੱਗਦਾ ਵੀ ਯਾਰ ਇਹਦਾ ਪ੍ਰੈਕਟੀਕਲ ਜੀ ਗੱਲ ਲੱਗਦੀ ਨਹੀਂ ਵੀ ਉਹ ਦਰੋਕਣ ਬਣਾਉਣ ਲਈ ਉਹ ਕਹਿੰਦੇ ਗਰਮੀ ਕਰਕੇ 7:30 ਵਜੇ ਦਫ਼ਤਰ ਖੋਲ੍ਹ ਲਿਆ ਹੋ ਸਕਦਾ ਹਫ਼ਤੇ ਤੱਕ ਮੌਸਮ ਅਜੇ ਵੀ ਸਰਕਾਰ ਨੇ ਕਿਹਾ ਵੀ ਅਜੇ 15 ਦਿਨਾਂ ਬਾਅਦ ਇਹਦੇ ਬਾਰੇ ਸੋਚਾਂ ਵਿਚਾਰਾਂਗੇ ਉਹ ਚਲੋ ਉਸ ਤੋਂ ਬਾਅਦ ਕੀ ਫੈਸਲਾ ਆਊਗਾ ਉਹ ਬਾਅਦ ਚ ਵੇਖਾਂਗੇ ਪਰ ਇੱਕ ਗੱਲ ਆ ਜਿਹੜਾ ਫੈਸਲਾ ਡਿਸੀਜਨ ਆਉਂਦਾ ਉਹ ਏਦਾਂ ਲੱਗੇ ਵੀ ਇਹ ਫਰਮ ਡਿਸੀਜਨ ਐ ਸੋਚ ਵਿਚਾਰ ਕੇ ਲਿਆ ਹੋਇਆ ਤੇ ਇਹਦੇ ਤੇ ਚੱਲਣਾ ਜਿੱਦਾਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਸ਼ਾਮਲਾ ਜਮੀਨਾਂ ਛਡਾਉਣ ਦੀ ਗੱਲ ਚੱਲੀ ਸੀ ਮੈਂ ਕਿਹਾ 9000 ਤੋਂ ਵੱਧ ਏਕੜ ਜ਼ਮੀਨ ਛਡਾ ਲਈਗੀ ਫਿਰ ਉਸ ਤੋਂ ਬਾਅਦ ਬਰੀਕ ਹੀ ਲੱਗੀ ਉਹਦੇ ਤੇ ਹੁਣ ਜੇ ਆਪਾਂ ਸਿੱਧੂ ਸਾਹਿਲ ਦੀਆਂ ਪੁਰਾਣੀਆਂ ਸਟੇਟਮੈਂਟਾਂ ਸੁਣੀਓ ਉਹ ਤੇ ਕਹਿੰਦਾ ਆ ਵੀ ਇੰਨੀ ਜ਼ਮੀਨ ਆ ਇੰਨੀ ਜ਼ਮੀਨ ਆ ਪੀ ਜੇਕ ਦੇ ਅੱਧੀ ਪੌਣੀ ਵੀ ਕਢਾ ਕੇ ਵੇਚਦੀ ਹੈ ਨਾ ਤੇ ਪੰਜਾਬ ਦਾ ਕਰਜ਼ਾ ਵੀ ਲੈ ਜੇ ਤੇ ਕਈ ਇਹਦੇ ਜਿਹੜੇ ਕੰਮ ਉਹ ਵੀ ਹੋ ਜਾਣ ਪੈਸੇ ਖਣੋ ਜਿਹੜੇ ਰੋਗੇ ਆ ਉਹ ਵੀ ਕੰਮ ਰੋਗਿਆ ਮਤਲਬ ਅਸੀਂ ਇਹ ਨਹੀਂ ਆਉਂਦੇ ਵੀ ਹਾਂ ਵੀ ਉਹ ਸਰਕਾਰ ਦਾ ਧਿਆਨ ਨਹੀਂ ਸਰਕਾਰ ਕਰਦੀ ਨਹੀਂ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਸੇ ਵੇਲੇ ਹੁੰਦਾ ਵੀ ਕਾਲੀ ਇੱਕ ਹੁੰਦਾ ਠੰਡੀ ਗੱਡੀ ਨੂੰ ਸੈਲਫ ਮਾਰਨ ਵਾਲੀ ਗੱਲ ਉਹ ਠੰਡੀ ਗੱਡੀ ਨੂੰ ਸੈਲਫ ਨਾ ਮਾਰਿਆ ਜਾਵੇ ਥੋੜਾ ਬਹੁਤ ਜੇ ਪੁਰਾਣੀ ਗੱਡੀ ਆ ਰੇਡੀਏਟਰ ਤੇ ਗਰਮ ਪਾਣੀ ਪੂਣੀ ਮਾਰਨਾ ਕੋਈ ਨਿੱਕਾ ਇਧਰੋਂ ਘਟਾ-ਕੋਟਾ ਝਾੜ ਲੋ ਏ ਕਰਾਂ ਵੇਖ ਲੋ ਏ ਉਹ ਕਰਕੇ ਤੋੜ ਲੈਣ ਤੇ ਜਿਆਦਾ ਵਧੀਆ ਨਹੀਂ ਹੈਗਾ ਨਹੀਂ ਠੀਕ ਹੈ ਜੀ ਪ੍ਰੋਪਰ ਟੈਂਪਰੇਚਰ ਤਾਂ ਚਾਹੀਦਾ ਹੀ ਹੈ ਨਹੀਂ ਤਾਂ ਫਿਰ ਕੋਈ ਨਾ ਕੋਈ ਉਹਦਾ ਸੁਰਖੀ ਬਿੰਦੀ ਜੀ ਲਿੱਥ ਜਾਂਦੀ ਹੁੰਦੀ ਹੈ ਕੋਈ ਨਾ ਕੋਈ ਟੁੱਟ ਜਾਂਦਾ ਹੁੰਦਾ ਹੈ ਕੋਈ ਬੂਟ ਝੱਗਾ ਝੁਗਾ ਜਿਹੜਾ ਤੁਹਾਡਾ ਕੋਟ ਘਾਟ ਉੱਧੜ ਜਾਂਦਾ ਹੁੰਦਾ ਹੈ ਇਸ ਕਰਕੇ ਇਹ ਕਲੀਅਰ ਹੈ ਤੁਸੀਂ ਇੱਕ ਗਲਤ ਹੋ ਰਹਿ ਪਹਿਲੀਆਂ ਜਿੱਦਾਂ ਇਹ ਕਹਿੰਦੇ ਜੀ ਯਾਰ ਜੇ ਕੋ ਕੰਮ ਕਰੂਗਾ ਤੇ ਉਹਦੇ ਕੋ ਗਲਤ ਵੀ ਹੋਊਗਾ ਤੇ ਅਗਲੇ ਨਿੰਦਣਗੇ ਪਹਿਲੇ ਤੇ ਕਰਦੇ ਹੀ ਨਹੀਂ ਜਿੰਨੂੰ ਕਿਸੇ ਨੇ ਕੰਮ ਹੀ ਨਹੀਂ ਕਰਨਾ ਤੇ ਕਿਸੇ ਨੇ ਨਿੰਦਣਾ ਕੀਆ ਮੰਨ ਲਈ ਗੱਲ ਉਹ ਮੈਂ ਨਾ ਵੀ ਜ਼ਰੂਰੀ ਹੈ ਜੇ ਪਹਿਲਾਂ ਕੋਈ ਨਹੀਂ ਸੀ ਕਰਦਾ ਆਪਾਂ 10 ਜ਼ਰੂਰ ਕਰਨੇ ਆਵਾ 5 ਕਰ ਲਈਏ ਨਹੀਂ ਜ਼ਰੂਰੀ ਕਰ ਲਈਏ ਦੇਖੋ ਇੱਕ ਪਾਸੇ ਤਾਂ ਪਿੱਠ ਥਾਪੜੀ ਆ ਉਹਨਾਂ ਨੇ ਆਪਣੀ ਸਰਕਾਰ ਦੀ ਉਹ ਕਹਿੰਦੇ ਆ ਜੀ ਇਲੈਕਸ਼ਨ ਵੀ ਅਸੀਂ ਜਿੱਤਣੀਆਂ ਤਾਂ ਕੰਮ ਵੀ ਆ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕੋ ਵਧੀਆ ਕੀਤੇ ਆ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਤੇ ਮਾਤਾ ਜੀ ਬਲਕੌਰ ਸਿੰਘ ਤੇ ਚਰਨਕੌਰ ਉਹ ਪਹੁੰਚ ਗਏ ਜਲੰਧਰ ਰੁੜਕਾ ਕਲਾਮ ਹੋਰ ਕਈ ਪਿੰਡਾਂ ਦੇ ਵਿੱਚ ਉਹ ਗਏ ਤੇ ਉੱਥੇ ਜਾ ਕੇ ਨੌਜਵਾਨ ਕਾਫੀ ਗਿਣਤੀ ਦੇ ਵਿੱਚ ਇਕੱਠੇ ਹੋਏ ਪਿੰਡਾਂ ਦੇ ਵਿੱਚ ਜਿੰਨੇ ਖੋਣੇ ਚਾਹੀਦੇ ਆ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਮੇਰਾ ਮੁੰਡਾ ਉਹਨੇ ਪਿੰਡ ਆ ਕੇ ਰਿਹਾ ਸਿੱਧੂ ਮੂਸੇ ਵਾਲਾ ਉਹ ਵਿਦੇਸ਼ ਚ ਵੀ ਰਹਿ ਸਕਦਾ ਦੀ ਬਾਦਸ਼ਾਹ ਵਾਲੀ ਜ਼ਿੰਦਗੀ ਅਸੀਂ ਜਿਉਣੀ ਸੀ ਉਹ ਕਹਿੰਦੇ ਜੀ ਬੰਦੇ ਹੈਂਡ ਗ੍ਰੇਨੇਡ ਤੇ ਵੱਡੇ ਹਥਿਆਰ ਲੈ ਕੇ ਸਾਡੇ ਘਰ ਦੇ ਦੁਆਲੇ 15 ਦਿਨ ਫਿਰਦੇ ਰਹਿ ਸਟੇਟ ਨੂੰ ਪਤਾ ਸੀ ਫਿਰ ਵੀ ਉਹਦੀ ਸਿਕਿਉਰਿਟੀ ਕਟਾਈ ਤੇ ਉਹਨੂੰ ਸੋਸ਼ਲ ਮੀਡੀਆ ਤੇ ਪਾਇਆ ਅੱਜ ਮੁੰਡਾ ਸਾਡਾ ਸਾਡੇ ਚ ਨਹੀਂ ਕਹਿੰਦੇ ਇਨਸਾਫ ਮੰਗਦੇ ਹੋਰ ਕੀ ਮੰਗਦੇ ਆ ਕਿ ਬੰਦੇ ਚੱਕ ਕੇ ਅੰਦਰ ਦੇ ਦਿਓ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਉਹਨਾਂ ਸਿੱਧਾ ਕਹਾਂਗੇ ਜਿਹਨੂੰ ਮਰਜ਼ੀ ਵੋਟ ਪਾਓ ਆਮ ਆਦਮੀ ਪਾਰਟੀ ਨੂੰ ਨਾ ਪਾਓ ਹੁਣ ਅੱਜ ਦਾ ਦਿਨ ਵੀ ਸਾਰਾ ਦਿਨ ਉਹਨਾਂ ਨੇ ਪ੍ਰਚਾਰ ਕਰਨਾ ਕਿੰਨਾ ਕ ਫਰਕ ਪੈਂਦਾ ਹੈ ਕਿੰਨਾ ਕ ਅਸਰ ਪੈਂਦਾ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਦੀ ਉਲੰਘਦੇ ਆ ਜਾ ਕੇ ਪ੍ਰਚਾਰ ਕਰਦੇ ਆ ਜਦੋਂ ਇਲੈਕਸ਼ਨ ਮੁੱਕ ਜੂ ਵੋਟਾਂ ਪੈ ਜਾਣਗੀਆਂ ਨਤੀਜੇ ਆ ਜਾਣਗੇ ਸੰਧਾਲੀਆ ਸਭ ਉਦੋਂ ਦੇਖਾਂਗੇ ਕਿ ਉਹਨਾਂ ਪਿੰਡਾਂ ਦੇ ਨਤੀਜੇ ਕਿਉਂਕਿ ਹਰ ਇੱਕ ਪਿੰਡ ਦੇ ਲੀਗਲੀ ਪਤਾ ਲੱਗ ਜਾਂਦਾ ਰਹੇ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਕਿਹਨੂੰ ਕਿੰਨੀਆਂ ਨਹੀਂ ਪਈਆਂ ਆ ਨਹੀਂ ਇਹ ਤਾਂ ਗੱਲ ਹੈਗੀ ਬਾਕੀ ਮਤਲਬ ਪ੍ਰਚਾਰ ਦੀ ਗੱਲ ਤੇ ਉਹਨਾਂ ਨੇ ਪਹਿਲਾਂ ਵੀ ਕ ਵਰਲਡ ਦੇ ਵਿਰੋਧ ਦਾ ਕਿੰਨਾ ਅਸਰ ਹੁੰਦਾ ਇਹ ਤੇ ਸਮਝ ਨਹੀਂ ਦੱਸਣਾ ਪਰ ਮੈਨੂੰ ਲੱਗਦਾ ਵੀ ਜਿੰਨੀ ਉਹ ਚੀਜ਼ ਲੰਮੀ ਹੁੰਦੀ ਜਾਂਦੀ ਆ ਜਾਂ ਜਿੰਨੀ شدت ਦੇ ਨਾਲ ਉਹ ਦੋਵੇਂ ਜੀ ਲੱਗੇ ਇਨਸਾਫ ਦੇ ਲਈ ਹੌਲੀ ਹੌਲੀ ਹੁਣ ਕੁਝ ਲੋਕ ਉਹਦੇ ਤੇ ਅਜੀਬ ਕਮੈਂਟ ਵੀ ਕਰਨ ਲੱਗ ਪਏ ਜਦਾਂ ਜਦਾਂ ਹੁਣ ਇਹ ਜਿਹੜੀ ਗੱਲ ਸਦਾ ਬਲਕੌਰ ਸਿੰਘ ਜੀ ਹੋਰਾਂ ਨੇ ਕਹੀ ਕਿ ਵੀ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰਾਂ ਕਹੀ ਜੀ ਯਾਰ ਸਾਡੇ ਕੋਲੇ ਕੀ ਨਹੀਂ ਸੀਗਾ ਵੀ ਅਸੀਂ ਬਾਹਰ ਰਹਿੰਦੇ ਕਿਉਂਕਿ ਪਿਛਲੇ ਸਮੇਂ 'ਚ ਇੱਕ ਵਾਰ ਉਹਨਾਂ ਨੇ ਸ਼ਾਇਦ ਇਹ ਵੀ ਸਟੇਟਮੈਂਟ ਦਿੱਤੀ ਹੈ ਕਿ ਕਿੰਨੇ ਕਰੋੜ ਤਾਂ ਮੇਰਾ ਪੁੱਤ ਟੈਕਸੀ ਦਿੰਦਾ ਸੀ ਹੈਨਾ ਸਰਕਾਰਾਂ ਨੂੰ ਉਹ ਉਹਦੇ ਤੇ ਲੋਕ ਹੁਣ ਕਿਉਂਕਿ ਸੋਸ਼ਲ ਮੀਡੀਆ ਇੱਕ ਐਸਾ ਪਲੈਟਫਾਰਮ ਜਿੱਥੇ ਤੁਸੀਂ ਜਿੰਨੀ ਜੋ ਮਰਜ਼ੀ ਦਵੱਲੀ ਜਾਓ ਕਹਿੰਨੇ ਕਿਹੜਾ ਪੁੱਛ ਲੈਣਾ ਵੀ ਹਾਂ ਵੀਰ ਤੂੰ ਕਿੱਥੋਂ ਪੁੱਛ ਕੇ ਕਹਿਣ ਡਿਆ ਉੱਤੇ ਲੋਕ ਇਹ ਕਹਿੰਦੇ ਨੇ ਵੀ ਉਹ ਤਾਂ ਜਈ ਇਸੇ ਕਰਕੇ ਪੋਲੀਟਿਕਲ ਪਾਰਟੀਆਂ 'ਚ ਗਿਆ ਸੀ ਕਿਉਂਕਿ ਪੰਗੇ ਪੀਲਾ ਲਏ ਸੀ ਉਹਨਾਂ ਨੂੰ ਪਤਾ ਸੀ ਵੀ ਬਾਹਰਲੇ ਮੁਲਕ ਤੇ ਗਨਮੈਨ ਮਿਲਣੇ ਨਹੀਂ ਨੇ ਉਹਦੇ ਪੰਜਾਬ 'ਚ ਹੀ ਮਿਲਣੇ ਆ ਜੀ ਵੀ ਜੇ ਏਡੇ ਉਹਨੂੰ ਬਾਹਰ ਵੀ ਮਿਲਦੇ ਹੁੰਦੇ ਬਾਹਰ ਚਲੇ ਜਾਂਦਾ ਉਹ ਕਾਰਨ ਆ ਵੀ ਆ ਆ ਟਾਈਮ ਨਹੀਂ ਹੈਗਾ ਉਹ ਗੱਲਾਂ ਕਰਨ ਦਾ ਕਿਉਂਕਿ ਪਿਛਲੇ ਦਿਨ ਹੀ ਜਦੋਂ ਇੱਕ ਇਹ ਸਵਾਲ ਸੀ ਕਿ ਪੱਤਰਕਾਰ ਨੇ ਪੁੱਛਿਆ ਉਹ ਮੈਂ ਤਾਂ ਜਵਾਬ ਮਨੂੰ ਉਹਨਾਂ ਦਾ ਠੀਕ ਲ ਉਹ ਕਹਿੰਦੇ ਲੋਕ ਕਹਿੰਦੇ ਯਾਰ ਇਹਨਾਂ ਹੁਣ ਪੁੱਤ ਦੀ ਮੌਤ ਦਾ ਮੁੱਲ ਵਟ ਰਹੇ ਆ। ਉਹ ਕਹਿੰਦੇ ਯਾਰ ਜਿਹੜੇ ਬੰਦੇ ਕਹਿੰਦੇ ਆ ਨਾ ਉਹਨਾਂ ਕਹਿੰਦਾ ਤੁਸੀਂ ਆਪਣਾ ਮਰਵਾ ਲਓ ਤੇ ਫੇਰ ਵਟ ਕੇ ਦੇਖ ਲਓ ਵੀ ਕਿੰਨਾ ਕੁ ਸੌਖਾ। ਉਹ ਆਪਣੀ ਸਾਹ ਤੇ ਠੀਕ ਨਹੀਂ ਸੌਖੇ ਨੇ ਮਨ ਲੱਗਦਾ ਹੁੰਦਾ ਵੀ ਜੇ ਤੁਸੀਂ ਠੀਕ ਆ ਤੁਹਾਡੀ ਕੋ ਉਹਦੇ ਨਾਲ ਨਰਾਜ਼ਗੀ ਹੈ ਨਹੀਂ ਬਣਦੀ ਤੁਹਾਨੂੰ ਸਿੱਧੀ ਮੂਸੇ ਵਾਲਾ ਨਹੀਂ ਚੰਗਾ ਲੱਗਦਾ ਜਾਂ ਤੁਹਾਨੂੰ ਲੱਗਦਾ ਰਾਜਨੀਤੀ ਹੋ ਰਹੀ। ਚੋਪਰ ਐ ਲੋ ਯਾਰ ਕੋ ਜਰੂਰੀ ਹੈ ਹਰ ਇੱਕ ਗੱਲ ਤੇ ਬੋਲਣਾ। ਨਹੀਂ ਮਾੜਾ ਨਹੀਂ ਬੋਲਣਾ ਚਾਹੀਦਾ ਕਿਸੇ ਦਾ ਦਿਲ ਸੰਧਾ ਵਾਲੀ ਆ ਸਭ ਕਾਨੂੰ ਦਿਖਾਉਣਾ ਹੈ। ਉਹਦੇ ਪਿੱਛੇ ਕੋਈ ਸਿਆਣਪ ਨਹੀਂ ਹੈ। ਤੇ ਬਾਕੀ ਦੇਖਦੇ ਆ ਜੀ ਨਤੀਜਾ ਕਿਧਰਲੇ ਪਾਸੇ ਨੂੰ ਜਾਂਦਾ ਪਰ ਬੇਇਨਸਾਫੀ ਜਿੱਥੇ ਹੋਈ ਹੈ ਉੱਥੇ ਇਨਸਾਫ ਮਿਲੇ ਜਿੱਥੇ ਤੱਕਾ ਹੋਇਆ ਉੱਥੇ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਕਤਲ ਨੂੰ ਕੋ ਵਾਜਿਬ ਕਹਿ ਸਕਦਾ ਹਮ ਸਾਹਮਣੇ ਕਤਲ ਹੋਇਆ ਸਭ ਦੇ ਬੰਦੇ ਫੜ ਕੇ ਅੰਦਰ ਦੇ ਦੇਣੇ ਚਾਹੀਦੇ ਆ ਜੇ ਕੋਈ ਰਹਿੰਦੇ ਆ ਤਾਂ ਫਿਰ ਠੀਕ ਹੈ ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਸ਼ਰਦ ਪਵਾਰ ਸਾਹਿਬ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਚਾਰ ਦਿਨ ਪਹਿਲਾਂ ਅਸਤੀਫਾ ਦਿੱਤਾ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ 14 ਮੈਂਬਰੀ 15 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਕਿ ਭਾਈ ਤੁਸੀਂ ਜਿਹਨੂੰ ਮਰਜੀ ਪ੍ਰਧਾਨ ਚੁਣ ਲਓ ਭਤੀਜਾ ਉਹਨਾਂ ਦਾ ਅਡੌਲ ਦਾ ਸੀ ਮੈਨੂੰ ਬਣਾ ਦਿਓ ਪ੍ਰਧਾਨ ਕੁੜੀ ਸੁਪਰੀਆ ਸੁੱਲੇ ਅੱਡ ਕਹਿੰਦੀ ਸੀ ਮੈਨੂੰ ਬਣਾ ਦਿਓ ਪ੍ਰਧਾਨ ਦੋ ਤਿੰਨ ਹੋਰ ਸੀ ਪਰਫੁੱਲ ਪਟੇਲ ਨਾਂ ਦਾ ਇੱਕ ਬੰਦਾ ਪਾਰਟੀ ਦਾ ਸ਼ਰਦ ਪੁਵਾਰਤਵਾਦ ਸੀਨੀਅਰ ਲੀਡਰ ਹੈ ਫਿਰ ਸਾਰਿਆਂ ਨੇ ਸੋਚਿਆ ਕਿ ਭਾਈ ਕਿਤੇ ਪਾਰਟੀ ਤੜਾਣਾ ਬੈਠੀਏ ਗੁਆਣਾ ਬੈਠੀਏ ਸ਼ਰਦ ਪੁਵਾਰ ਨੂੰ ਬੇਨਤੀ ਕੀਤੀ ਭਾ ਤੂੰ ਹੀ ਬਣਿਆ ਰਹਿ ਜੇ 82 ਸਾਲ ਦਾ ਬੰਦਾ ਹੋ ਗਿਆ ਪਰ ਇਹਦੇ ਵਿੱਚੋਂ ਦੋ ਚੀਜ਼ਾਂ ਹੋਰ ਪੱਤੇ ਲੱਗੀਆਂ ਕਹਿੰਦੇ ਤਾਮਿਲਨਾਡੂ ਦਾ ਬਹੁਤ ਵੱਡਾ ਲੀਡਰ ਸਟ ਮੋਕਮੰਦਰੀ ਹੈ ਡੀਐਮਕੇ ਦਾ ਲੀਡਰ ਹੈ ਕਰਨਾ ਨਿਧ ਦਾ ਪੁੱਤ ਹੈ ਉਹਨੇ ਕਹਿੰਦੇ ਚੇਚਾ ਐਨਸੀਪੀ ਦੇ ਦਫਤਰ ਫੋਨ ਕੀਤਾ ਐਨਸੀਪੀ ਹਾਲਾਂਕਿ ਮਹਾਰਾਸ਼ਟਰ ਚ ਹੈ ਕਿ ਭਾਈ ਸ਼ਰਦ ਪਵਾਰ ਨੂੰ ਹੀ ਪ੍ਰਧਾਨ ਰੱਖਿਓ ਉਹਨੂੰ ਨਾ ਇੱਧਰ ਉੱਧਰ ਕਿਤੇ ਕਰ ਦਿਓ ਫਿਰ ਕਹਿੰਦੇ ਰਾਹੁਲ ਗਾਂਧੀ ਸਾਹਿਬ ਦਾ ਵੀ ਸੁਨੇਹਾ ਗਿਆ ਕਿ ਨਹੀਂ ਯਾਰ ਪ੍ਰਧਾਨ ਸ਼ਰਦ ਪਵਾਰ ਰੱਖਿਓ ਹਾਲਾਂਕਿ ਕਾਂਗਰਸ ਦੇ ਵਿੱਚੋਂ ਨਿਕਲ ਕੇ ਉਹ ਪਾਰਟੀ ਬਣੀ ਸੀ ਹੂੰ ਉਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਲੱਗਦਾ ਕਿ ਸ਼ਰਦ ਪਵਾਰ ਸਰਗਰਮ ਰਹਿਣੇ ਚਾਹੀਦੇ ਅਗਲੀਆਂ ਲੋਕ ਸਭਾ ਚੋਣਾਂ ਤੱਕ ਬਖ ਬਖ ਸੂਬਿਆਂ ਦੀਆਂ ਸਥਾਨਕ ਪਾਰਟੀਆਂ ਨਾਲ ਉਹਦੇ ਸੰਬੰਧ ਬੜੇ ਵਧੀਆ ਜੇ ਕੋਈ ਗੈਰ ਭਾਜਪਾ ਮੋਰਚਾ ਬਣਾਉਣਾ ਹੋਇਆ ਤੇ ਸ਼ਰਦ ਪੁਵਾਰ ਦੀ ਲੋੜ ਪੈਣੀ ਹੈ ਤੇ ਜੋ ਬੰਦਾ ਆਪਣੀ ਪਾਰਟੀ ਦੇ ਵਿੱਚੋਂ ਸੱਜੇ ਖੱਬੇ ਹੋ ਗਿਆ ਤਾਂ ਫਿਰ ਭੜਕ ਨੂੰ ਆਪਾਂ ਚੀਜ਼ਾਂ ਲਿਆਵਾਂਗੇ ਕਿੱਥੋਂ ਆਪਾਂ ਚੀਜ਼ਾਂ ਥਾਂ ਸਰ ਕਰਕੇ ਰੱਖਾਂਗੇ ਕਿੱਥੋਂ ਤੇ ਸ਼ਰਦ ਪੁਵਾਰ ਨੇ ਵੀ ਕਹਿ ਦਿੱਤਾ ਕਹਿੰਦੇ ਠੀਕ ਹੈ ਅਗਰ ਕਾਰਜਕਰਤਾ ਹੀ ਕਹਿੰਦੇ ਹਨ ਤਾਂ ਹਮ ਅਧਿਐਕਸ਼ ਬਨੇ ਰਹੇਗੇ ਭਈਆ ਪਿੰਡਾਂ ਵਾਲੀ ਦੇਸੀ ਜੀ ਉਦਾਹਰਨ ਦਿਆਂ ਇਹ ਉਦਾਂ ਹੁੰਦਾ ਜਦਾਂ ਉਹ ਕਹਿੰਦਾ ਵੀ ਯਾਰ ਉਹ ਫਲਾਨਿਆਂ ਦੀ ਮਸ਼ੀਨ ਨਾ ਆਉਂਦੀ ਆ ਤੇ ਐਤਕੀ ਜਾਲਦਾ ਵੀ ਜਿਹੜਾ ਫੋਰਮੈਨ ਪੁਰਾਣਾ ਨਹੀਂ ਉਹ ਉਹ ਯਾਰ ਹੁਣ ਕਹਿੰਦਾ ਵੀ ਮੈਂ ਨਹੀਂ ਆਉਣਾ ਐਤਕੀ ਮਸ਼ੀਨ ਦੇ ਪਿੰਡਾਂ 'ਚੋਂ ਫੋਨ ਆਉਂਦਾ ਉਹ ਉਹ ਫੋਨ ਆ ਨਾ ਹੋਈ ਤੁਸੀਂ ਸੁਣਿਆ ਹੈ ਵੀ ਐਤਕੀ ਉਹ ਫੋਰਮੈਨ ਪੁਰਾਣਾ ਉਹ ਆਹੋ ਜੀ ਉਹ ਕਹਿੰਦਾ ਹੁਣ ਮੈਂ ਨਹੀਂ ਆਉਣਾ ਕੰਬੈਨ ਨਹੀਂ ਨਹੀਂ ਕਣ ਕੈਤਕੀ ਡਿੱਗੀ ਬੜੀ ਆ ਤੇ ਉਹਦੇ ਤੋਂ ਮੈਨਾਂ ਚੁੱਕੀ ਨਹੀਂ ਜਾਣੀ ਕੀ ਕੁਲ ਵੱਡੀ ਨਹੀਂ ਜਾਣੀ ਉਹਨੂੰ ਜ਼ਰੂਰ ਨਾਲ ਲੈ ਗਏ ਉਹਨ ਸ਼ਰਦ ਪੁਆਰ ਸਾਹਿਬ ਜੇ ਆਪਾਂ ਵੇਖਿਆ ਜਾਵੇ ਤੇ ਜੇ ਆਪਾਂ ਨੈਸ਼ਨਲ ਲੈਵਲ ਤੇ ਵੇਖੀਏ ਤੇ ਜਿੱਦਾਂ ਦੇ ਬਾਦਲ ਸਾਹਿਬ ਦਾ ਸਟੇਟਸ ਹੈਗਾ ਵੀ ਵੱਡੀਆਂ-ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨਾਲ ਜਾ ਕੇ ਗੱਲ ਕਰ ਲੈਣੀ ਬਹਿ ਰਹਿਣਾ ਸਮਝਾ ਲੈਣਾ ਉਹ ਕੰਮ ਉਸਾ ਦਾ ਅਗਲੇ ਨੂੰ ਜਿਆਦਾ ਹੋਏ ਵੀਰ ਮੇ ਰਿਆ ਵੀ ਜੇ ਹੁਣ ਕਣਕਲ ਆਲਰੇਡੀ ਡਿੱਗੀ ਡਿੱਗੀ ਛੜ ਗਏ ਵਿਸ਼ੀ ਪਈ ਏ ਜੇ ਹਿਸਾਬ ਨਾਲ ਪਿਛਲੇ ਸਮੇਂ ਚ ਆਪਾਂ ਵੇਖਣ ਦੇ ਬੀਜੇਪੀ ਲਗਾਤਾਰ ਤੀਸਰੀ ਵਾਰ ਵੀ ਆਉਂਦੇ ਵੀ ਪ੍ਰਧਾਨ ਮੰਤਰੀ ਤੇ ਮੋਦੀ ਸਾਹਿਬ ਹੀ ਹੋਣਗੇ ਹੋਰ ਤਾਂ ਕੋ ਹੋਣਾ ਹੀ ਨਹੀਂ ਜੀ ਤੇ ਅਗਲੇ ਨੂੰ ਜੇ ਜਿਆਦਾ ਵੀ ਯਾਰ ਐਸ ਮੌਕੇ ਤੇ ਡਰਾਈਵਰ ਹੀ ਬਦਲ ਜਾਣਾ ਤੇ ਫੇਰ ਕਰਾਂਗੇ ਕੀ ਨੇ ਕਹਿ ਰਹੇ ਫਾਸੀ ਜਾਈਏ ਕਿਤੇ ਕੋਈ ਨਾ ਕੋ ਹੱਲ ਕਰ ਲਈਏ ਨਹੀਂ ਜ਼ਰੂਰੀ ਹੈ ਜੀ ਦੇਖੋ ਹੁਣ ਦੇਖਦੇ ਹਾਂ ਕਿ ਕਹਾਣੀ ਕਿਧਰੋਂ ਕਿਧਰਲੇ ਪਾਸੇ ਨੂੰ ਗਈ ਆ ਪਰ ਸਾਰਿਆਂ ਨੂੰ ਧਿਆਨ ਐਨ ਸਿੱਧਾ ਰੱਖਣਾ ਚਾਹੀਦਾ ਹੂੰ ਕਿ ਪਾਈ ਕਿਧਰਲੇ ਪਾਸੇ ਆ ਸਮਾਂ ਜਿਹੜਾ ਬੜਾ ਬਿਆਨਤਕ ਕਿ ਕਿਧਰਲੇ ਪਾਸੇ ਨੂੰ ਜਾਣਾ ਕਿਉਂਕਿ ਜਦੋਂ ਫਿਰ ਆਪਾਂ ਇਧਰ ਉਧਰ ਧਿਆਨ ਕਰ ਲਈਏ ਨਾ ਫਿਰ ਸਮੇਂ ਦਾ ਪਤਾ ਨਹੀਂ ਲੱਗਦਾ ਨਹੀਂ ਮੈਂ ਸਮਾਂ ਵੇਖਣ ਦਾ ਕਰਕੇ ਇਧਰ ਉਧਰ ਧਿਆਨ ਮੈਂ ਵੀ ਘੜੀ ਦੇ ਦੇ ਘੜੀ ਦੇ ਦੇਸੀ ਘੜੀ ਮਨੂੰ ਐ ਬਾਵਾਆਂ ਆਈਆਂ ਦੇਈਆਂ ਪਿਆ ਦੇ ਸ਼ਾਇਦ ਮੋਗ ਗਿਆ ਮੋਗ ਗਿਆ ਮੈਂ ਕਿਹਾ ਯਾਰ ਏਡੀ ਜੀਤੀ ਮੋਗ ਗਿਆ ਚਲੋ ਬਹੁਤ ਸੰਧਾ ਲਈਆ ਸਭ ਤੁਹਾਡਾ ਤਨਬਾਦ ਬਾਕੀ ਭਾਈ ਕੋਈ ਗੁੱਸਾ ਗਿਰਿਆ ਕਰਾ ਕਰੇ ਸਾਨੂੰ ਤਾਂ ਜਿੱਦਾਂ ਲੱਗਦਾ ਕਿ ਭਾਈ ਪੰਜਾਬ ਦੇ ਕੰਮ ਸਹੀ ਹੋਣੇ ਚਾਹੀਦੇ ਆ ਦੁਨੀਆ ਜਿੱਥੇ ਵੀ ਪੰਜਾਬੀ ਕਿਤੇ ਵਸਦੇ ਆ ਸਹੀ ਰਹਿਣੇ ਚਾਹੀਦੇ ਤੰਦਰੁਸਤ ਰਹਿਣੇ ਚਾਹੀਦੇ ਗੋਲੀਆਂ ਤੋਂ ਬਚੋ ਕਸਰਤ ਕਰੋ ਇਹਦੇ ਚ ਆਪਾਂ ਇੱਕ ਗੱਲ ਬੇਨਤੀ ਜ਼ਰੂਰ ਕਰਦੇ ਆ ਵੀ ਜਿਹੜੀਆਂ ਬਾਅਦ ਚ ਆਪਾਂ ਸੁਣਾਈਆਂ ਗੱਲਾਂ ਜੀ ਬਹੁਤਾ ਕਰਕੇ ਪਰਿਵਾਰ ਦੇ ਜੀ ਇਹ ਸੁਣਨਾ ਚਾਹੁੰਦੇ ਆ ਜੀ ਪਰ ਗੱਲਾਂ ਜਿਹੜੀਆਂ ਪਹਿਲਾਂ ਪੰਜ ਸੱਤ ਕੀਤੀਆਂ ਸੀ ਅਸਲ ਚ ਉਹਨਾਂ 'ਤੇ ਧਿਆਨ ਦੇਣ ਦੀ ਲੋੜ ਆ ਵੀ ਜੇ ਆਪਾਂ ਚਾਰ ਟਾਈਮ ਗੋਲੀਆਂ ਤੇ ਦੋ ਟਾਈਮ ਰੋਟੀ ਖਾਣੀ ਆ ਜੀ ਤੇ ਵੀਰੇ ਆਪਾਂ ਮਤ ਸਮਝੀਏ ਵੀ ਆਪਾਂ ਤੰਦਰੁਸਤ ਰਵਾਂਗੇ ਜਾਂ ਗਾਂ ਵਾਲੀ ਪੀੜੀ ਚੰਦਰੁਸਤ ਰਹੂਗੀ ਇਹ ਵੀ ਸੰਧਾਲੀਆ ਸਭ ਗੱਲ ਬੜੀ ਦੇਖੋ ਕਲੀਅਰ ਆ ਤੁਹਾਡੇ ਭਾਈਚਾਰੇ ਦੇ ਲੋਕ ਲੀਡਰ ਕਿੱਥੇ ਚਲੇ ਗਿਆ ਕਿੱਥੇ ਆ ਗਿਆ ਸਵਾਦ ਉਹਨਾਂ 'ਚ ਬਹੁਤ ਆਉਂਦਾ ਹੈ ਪਰ ਉਹਦੇ ਵਿੱਚੋਂ ਨਿਕਲਦਾ ਕੱਖ ਨਹੀਂ ਸਵਾਦ ਤਾਂ ਨਿਆਂ ਲੈਣੇ ਨੇ ਮੇਰੇ ਕੋ ਮੈਂ ਲੀਡਰਾਂ ਦੀ ਵੀ ਗੱਲ ਕਰਾਂ ਜਾਂਦੇ ਹੋ ਨਾ ਵੀ ਯਾਰ ਫਲਾਨਾ ਬੰਦਾ ਖੜ ਗਿਆ ਮਿੱਤਰਾ ਉਹ ਨਹੀਂ ਹਿੱਲਣ ਵਾਲਾ ਉਹਦਾ ਤੇ ਆਪਣਾ ਪਤਾ ਨਹੀਂ ਹੁੰਦਾ ਵੀ ਸਵੇਰੇ ਕਿਹਦੇ ਨਾਲ ਸ਼ਾਮ ਨੂੰ ਕਿਹਦੇ ਨਾਲ ਦੁਪਹਿਰੇ ਕਿਹਦੇ ਨਾਲ ਐ ਤੇ ਜਾਂ ਉਸ ਤੋਂ ਬਾਅਦ ਵੀ ਜਿਹਦੇ ਨਾਲ ਚਲੇ ਵੀ ਗਿਆ ਉਹਨਾਂ ਦੇ ਨਾਲ ਹੈਗਾ ਵੀ ਇਹ ਅੰਦਰ ਖਾਤੇ ਕਿਸੇ ਹੋਰ ਨਾਲ ਹਨੀ ਉਹ ਦੇਖੋ ਇਹ ਵੀ ਗੱਲ ਆਮ ਲੋਕਾਂ ਸੰਸਾ ਇਹਦੇ ਕਿ ਲੀਡਰ ਇਕੱਲਾ ਖੇ ਜੋ ਕਰਨੀ ਹੁੰਦਾ ਲੀਡਰ ਵੀ ਉਸ ਨੂੰ ਪਾਰਟੀ ਲੈਂਦੀ ਹੈ ਜਿਹਦੇ ਮਗਰ ਚਾਰ ਬੰਦੇ ਹੈਗੇ ਆ ਹਾਂ ਤੇ ਜੇ ਤੁਸੀਂ ਉਹਨਾਂ ਦੇ ਮਗਰ ਆ ਤੁਸੀਂ ਸਮਝਾ ਕੇ ਰੱਖੋ ਆਪਣੇ ਲੀਡਰ ਨੂੰ ਟਾਈਮ ਨਾਲ ਤਾਂ ਫਿਰ ਠੀਕ ਰਹਿਣਗੇ ਬਾਕੀ ਭਾਈ ਲੋਕਤੰਤਰ ਕਿਤੇ ਵੀ ਜਾਣ ਦੀ ਆਜ਼ਾਦੀ ਹੈ ਕਸਰਤ ਕਰਿਆ ਕਰੋ ਸੈਰ ਕਰਿਆ ਕਰੋ ਚੰਗਾ ਖਾਇਆ ਕਰੋ ਤੇ ਬੋਲਿਆ ਵੀ ਚੰਗੇ ਕਰੋ ਅੱਛਾ ਮੈਂ ਸ਼ਹਾ ਚੰਗਾ ਖਾਇ ਕਰੋ ਮੰਦਾ ਬੋਲਿਆ ਕਰੋ ਨਹੀਂ ਨਹੀਂ ਇਹ ਥੋੜੇ ਵਾਲਾ ਸਿਧਾਂਤ ਆਮ ਲੋਕਾਂ ਤੇ ਲਾਗੂ ਨਹੀਂ ਹੁੰਦਾ ਨਹੀਂ 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 ਸਾਡਾ ਤਾਂ ਕੰਮ ਹੈ ਜੀ ਕਹੋ ਜੀ ਕਹਾਓ ਚਲੋ ਬਹੁਤ ਚੰਗਾ ਤੇ ਵੋਟ ਪਵਾਓ ਵੋਟ ਪਵਾਓ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇਥੇ ਸਮਾਪਤ ਕਰਦੇ ਆ ਤੁਸੀਂ ਫੀਡਬੈਕ ਆਪਣੀ ਭੇਜਦੇ ਰਹੇ ਨੇ ਉਹਦੇ ਲਈ ਧੰਨਵਾਦੀ ਆ ਤੇ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ